ਸਾਸ਼ੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ ਸੋ ਜਿਵੇਂ ਕਿ ਤੁਸੀਂ ਥੰਬਨੇਲ ਤੇ ਦੇਖ ਲਿਆ ਹੋਊਗਾ ਕਿ ਸਪੈਸ਼ਲੀ ਅਸੀਂ ਇੱਕ ਟੌਪਿਕ ਜਿਹੜਾ ਹੈ ਉਹ ਤੁਹਾਡੇ ਵਾਸਤੇ ਲੈ ਕੇ ਆਏ ਆਂ ਸਾਇੰਸ ਦਾ ਪੂਰਾ ਫੁੱਲ ਫਲੈਜ ਕੰਪਲੀਟ ਟੌਪਿਕ ਜਿਹਦੇ ਚ ਅਸੀਂ ਐਸਿਡ ਬੇਸ ਤੇ ਸਾਲਟ ਵਗੈਰਾ ਲਈ ਪੜ੍ਹਾਵਾਂਗੇ ਮੈਂ ਤੁਹਾਡੀ ਜਾਣਕਾਰੀ ਦੱਸਦਾ ਕਿ ਅਸਲ ਚ ਇਸ ਟੌਪਿਕ ਦਾ ਦੀ ਇੰਪੋਰਟੈਂਸ ਕਿੰਨਾ ਬੱਚਿਆਂ ਵਾਸਤੇ ਹੈ ਸਾਡੇ ਚੋਂ ਬਹੁਤ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੱਚੇ ਪੀਐਸ ਸਟੈਟ ਦੀ ਤਿਆਰੀ ਕਰ ਰਹੇ ਆ ਉਹਨਾਂ ਨੂੰ ਪਤਾ ਹੈ ਕਿ ਐਸਿਡ ਬੇਸ ਤੇ ਸੌਲਟ ਜੇ ਪੰਜਾਬੀ ਮੀਡੀਅਮ ਚ ਸਾਨੂੰ ਪੜ੍ਹਾ ਦਿੱਤਾ ਜਾਵੇ ਤਾਂ ਕਿੰਨਾ ਸਾਡੇ ਵਾਸਤੇ ਫਾਇਦੇਮੰਦ ਹੋ ਸਕਦਾ ਹੈ ਇਹਦੇ ਤੋਂ ਬਿਨਾ ਜਿਹੜੇ ਬੱਚੇ ਪੀਸੀਐਸ ਵਗੈਰਾ ਦੇ ਪੇਪਰ ਦਿੰਦੇ ਆ ਉਹਨਾਂ ਨੂੰ ਪਤਾ ਹੈ ਕਿ ਸਾਇੰਸ ਸਾਡੇ ਪੇਪਰ ਚ ਆਉਂਦੀ ਹੈ ਤੇ ਸਾਨੂੰ ਰੱਟਾ ਮਾਰਨਾ ਪੈਂਦਾ ਸਾਨੂੰ ਨਹੀਂ ਪਤਾ ਕਿ ਜਦੋਂ ਮੱਖੀ ਲੜਦੀ ਹੈ ਤਾਂ ਸਾਡਾ ਸਾਡੀ ਬਾਡੀ ਚ ਕਿਹੜਾ ਐਸਿਡ ਚਲਾ ਜਾਂਦਾ ਹੈ ਕਿਹੜਾ ਤਜਾਬ ਚਲਾ ਜਾਂਦਾ ਹੈ ਜਿਹੜਾ ਅਸੀਂ ਮੀਨਸ ਦੁੱਧ ਪੀਂਨੇ ਉਹਦੇ ਚ ਕਿਹੜਾ ਐਸਿਡ ਹੁੰਦਾ ਹੈ ਠੀਕ ਹੈ ਤੇ ਜੋ ਅਸੀਂ ਸਾਬਣ ਹੁੰਦਾ ਓ ਅਮਲ ਜਾਨੀ ਕਿ ਐਸਿਡ ਹੁੰਦਾ ਹੈ ਕਿ ਬੇਸ ਜਾਨੀ ਕਿ ਖਾਰਾ ਹੁੰਦਾ ਹੈ ਫਿਰ ਇਹਨਾਂ ਨਾਲ ਰਿਲੇਟਡ ਜਿੰਨੇ ਸਵਾਲ ਲਿਟਮਸ ਪੇਪਰ ਕੀ ਹੁੰਦਾ ਹੈ ਇਸ ਤੋਂ ਬਾਅਦ ਆਪਾਂ ਕਹਿ ਦਿੰਦੇ ਹਾਂ ਲੌਂਗ ਦਾ ਤੇਲ ਜਿਹੜਾ ਹੈ ਉਹ ਉਹਦੇ ਨਾਲ ਰਿਲੇਟਡ ਸਵਾਲ ਜਿੰਨੇ ਵੀ ਸਵਾਲ ਪੇਪਰ 'ਚ ਬਣ ਸਕਦੇ ਆ ਚਾਹੇ ਉਹ TCS ਦਾ ਪੇਪਰ ਆ ਚਾਹੇ PSAT ਦਾ ਹੋਰ ਛੱਡੋ ਜਿਹੜੇ ਪੇਪਰ ਤੁਹਾਡੇ PPSC ਜਾਂ UPSC 'ਚ ਵੀ ਆ ਜਿੱਥੇ 8ਵੀਂ ਕਲਾਸ ਦੀ ਸਾਇੰਸ ਕਮ ਆਉਣੀ ਆ 8ਵੀਂ ਕਲਾਸ ਦੀ ਸਾਇੰਸ ਦਾ ਤਜਾਬ ਖਾਰਾ ਤੇ ਨਮਕ ਇਹ ਵਾਲਾ ਚੈਪਟਰ ਕੰਮ ਆਉਣਾ ਹੈ ਡੈਫੀਨੇਟਲੀ ਤੁਸੀਂ ਉੱਥੇ ਤੁਹਾਨੂੰ ਇਸ ਚੀਜ਼ ਦਾ ਫਾਇਦਾ ਹੋਊਗਾ ਤੁਸੀਂ ਸਾਡੇ ਪਲੇਟਫਾਰਮ ਤੇ ਇਹ ਸਮਝ ਕੇ ਦੇਖੋ ਕਿ ਚਾਹੇ ਉਹ ਸਾਇੰਸ ਦਾ ਕੋਈ ਲੈਕਚਰ ਆ ਚਾਹੇ ਕੋਈ ਐਸਐਸਟੀ ਦਾ ਲੈਕਚਰ ਆ ਚਾਹੇ এনवायरमेंट ਦਾ ਲੈਕਚਰ ਆ ਤੁਸੀਂ ਜਿਸ ਮਰਜ਼ੀ ਪੱਧਰ ਦੀ ਤਿਆਰੀ ਕਰਾਉਣੀ ਹੋਵੇ ਅਸੀਂ ਕੋਸ਼ਿਸ਼ ਕਰਨੀ ਹੋਵੇ ਅਸੀਂ ਕੋਸ਼ਿਸ਼ ਕਰਨੀ ਹੈ ਕਿ A ਤੋਂ ਲੈ ਕੇ Z ਤੱਕ ਤੁਹਾਨੂੰ ਕੱਲੀ ਅੰਗਰੇਜ਼ੀ ਚ ਨਹੀਂ ਅੰਗਰੇਜ਼ੀ ਦੇ ਨਾਲ ਨਾਲ ਸ਼ੁੱਧ ਪੰਜਾਬੀ ਚ ਪੜਾਇਆ ਜਾਵੇ ਤਾਂ ਜੋ ਟਾੜਾ ਜਿਹੜਾ ਆਪਣੀ ਮਾਂ ਬੋਲੀ 'ਚ ਪੜਨ ਦਾ ਸੁਪਨਾ ਏ ਉਹ ਪੂਰਾ ਹੋ ਸਕੇ ਹੁਣ ਇੱਕ ਘੰਟੇ ਦਾ ਲੈਕਚਰ ਆ ਤੁਸੀਂ ਲਾ ਕੇ ਦੇਖੋ ਤੇ ਤੁਹਾਨੂੰ ਇਹ ਯਕੀਨ ਆਊਗਾ ਕਿ ਸਾਇੰਸ ਵਰਗਾ ਸਬਜੈਕਟ ਜੇ ਆਪਣੀ ਮਾਂ ਬੋਲੀ 'ਚ ਪੜਾਇਆ ਜਾਵੇ ਤਾਂ ਸ਼ਾਇਦ ਇੰਗਲਿਸ਼ ਚੰਗੀ ਤਰ੍ਹਾਂ ਸਮਝਣ ਵਾਲੇ ਬੱਚਿਆਂ ਨੂੰ ਵੀ ਇਹ ਸਾਰਾ ਸੌਖੇ ਤਰੀਕੇ ਨਾਲ ਸਮਝ ਆ ਸਕਦਾ ਹੈ ਸੋ ਕਾਈਂਡਲੀ ਇੱਕ ਵਾਰੀ ਇਹ ਲੈਕਚਰ ਲਾਓ ਤੇ ਦੇਖੋ ਤੁਹਾਡੇ ਪੇਪਰਾਂ 'ਚ ਉਹ ਕਿੰਨਾ ਕੰਮ ਆ ਰਿਹਾ ਹੈ ਤੇ ਜੇ ਤੁਹਾਨੂੰ ਇਹ ਲੈਕਚਰ ਵਧੀਆ ਲੱਗਿਆ ਤੁਸੀਂ ਕੁਝ ਨਹੀਂ ਸਾਡੇ YouTube ਪਲੇਟਫਾਰਮ ਤੇ ਜਾਓ YouTube ਤੇ ਮਾਸਟਰ ਕਲਾਸਿਸ ਪਟਿਆਲਾ ਸਰਚ ਕਰੋ ਉੱਪਰ ਪਲੇਲਿਸਟ ਆਉਂਦੀ ਆ ਉੱਪਰ ਪਲੇਲਿਸਟ ਵਾਲੀ ਫੋਲਡਰ ਚ ਜਾ ਕੇ ਇੱਕ ਮੈਰਾਥਨਸ ਦਾ ਫੋਲਡਰ ਆ ਇੱਕ ਆਈਐਸਪੀਸੀਐਸ ਪੰਜਾਬੀ ਮਾਧਿਅਮ ਦਾ ਫੋਲਡਰ ਆ ਇੰਗਲਿਸ਼ ਪੰਜਾਬੀ ਮੀਡੀਅਮ ਦਾ ਫੋਲਡਰ ਆ ਤੁਸੀਂ ਜਾ ਕੇ ਸਾਡਾ ਕੰਟੈਂਟ ਸਾਡੀਆਂ ਡੈਮੋਸ ਸਾਡੀ ਕੁਆਲਿਟੀ ਚੈੱਕ ਕਰੋ ਤੁਹਾਨੂੰ ਹਰ ਸਬਜੈਕਟ ਚ ਪਤਾ ਹੋਣਾ ਚਾਹੀਦਾ ਹੈ ਕਿ ਜੋ ਅਸੀਂ ਪੜਾ ਰਹੇ ਆ ਕੀ ਉਹ ਰੈਲੀਵੈਂਟ ਹੈ ਪਹਿਲੀ ਗੱਲ ਤੇ ਦੂਜੀ ਗੱਲ ਕੀ ਤੁਹਾਨੂੰ ਸਮਝ ਆ ਰਿਹਾ ਤੇ ਜੇ ਤੁਹਾਨੂੰ ਸਮਝ ਆ ਰਿਹਾ ਤਾਂ ਜਰੂਰ ਸਾਡੇ ਬਾਰੇ ਬਾਕੀਆਂ ਨੂੰ ਦੱਸੋ ਸੋ ਕਾਈਂਡਲੀ ਹੁਣ ਤੁਸੀਂ ਇਸ ਲੈਕਚਰ ਨੂੰ ਲਾਓ ਸੋ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਆਪਾਂ ਅੱਜ ਸਟਾਰਟ ਕਰਨ ਜਾ ਰਹੇ ਹਾਂ ਆਪਣੇ ਟੌਪਿਕ ਦਾ ਨਾਮ ਆ ਐਸਿਡ ਬੇਸਡ ਐਂਡ ਸਾਲਟ ਦੇਖੋ ਬੇਸਿਕਲੀ ਇਹ ਬੜਾ ਵਧੀਆ ਚੈਪਟਰ ਆ ਸਾਇੰਸ ਦਾ ਕਿਉਂਕਿ ਇਹਦੇ ਚ ਨਾ ਸ਼ਾਇਦ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਸ਼ਾਇਦ ਸਾਨੂੰ ਆਮ ਜ਼ਿੰਦਗੀ ਚ ਵੀ ਪਤਾ ਹੋਣੀ ਚਾਹੀਦੀਆਂ ਜਿਵੇਂ ਮਤਲਬ ਆਪਾਂ ਕਹਿ ਨਹੀਂ ਦਿੰਦੇ ਯਾਰ ਕਿ ਅੰਦਰ ਐਸਿਡਿਟੀ ਜੀ ਬਣ ਗਈ ਕਾਲਜਾ ਜਾਂ ਮਚ ਲਿਆ ਮਚ ਗਿਆ ਲਿਆ ਲਿਮਕਾ ਲੁਮਕਾ ਪਿਆ ਕੀ ਕਾਲਜਾ ਮਚਣ ਤੇ ਲਿਮਕਾ ਪੀਤਾ ਜਾ ਸਕਦਾ ਇਟ ਮੀਨਸ ਇਹ ਉਹੀ ਐਸਿਡ ਆ ਐਸਿਡ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਅਸੀਂ ਅਕਸਰ ਕਹਿੰਨੇ ਆ ਕਿ ਕਈ ਵਾਰੀ ਅਸੀਂ ਕੀ ਕਰ ਰਹੇ ਆ ਆਪਣੇ ਖੇਤਾਂ ਦੇ ਵਿੱਚ ਨਾ ਆਪਣੀ ਪਰਾਲੀ ਗਾਲ ਦਿੰਨੇ ਆ ਜਿਹੜੀ ਸਟਬਲ ਹੁੰਦੀ ਹੈ ਜਾਂ ਅਸੀਂ ਕਈ ਵਾਰੀ ਖੇਤਾਂ ਦੇ ਵਿੱਚ ਲਿਆ ਕੇ ਜਿਪਸਮ ਪਾਉਨੇ ਆ ਠੀਕ ਆ ਕਿਉਂ ਪਾਉਨੇ ਆ ਇਟ ਮੀਨਸ ਮਸਲਾ ਕਿਸੇ ਬੇਸ ਦਾ ਹੈ ਅਸੀਂ ਅਕਸਰ ਆਪਣੇ ਕੱਪੜਿਆਂ ਤੇ ਹਲਦੀ ਦਾ ਦਾਗ ਪੈ ਜੇ ਸਬਜੀ ਡੋਲ ਜੇ ਹਲਦੀ ਦਾ ਦਾਗ ਪੈ ਜੇ ਅਸੀਂ ਕਿਉਂ ਕਹਿੰਦੇ ਆ ਕਿ ਸਾਬਣ ਨਾਲ ਲਾਓ ਇਹਦੇ ਤੇ ਮਸਲਾ ਐਸਿਡ ਬੇਸ ਦਾ ਹੈ ਠੀਕ ਆ ਸਾਡੇ ਕੀੜਾ ਲੜ ਜੇ ਜਾਂ ਕੋਈ ਮਤਲਬ ਕਿ ਉਹ ਡੰਗ ਮਾਰ ਜੇ ਭੂੰਡ ਠੀਕ ਆ ਜਾਂ ਮੱਖੀ ਡੰਗ ਮਾਰ ਜੇ ਤਾਂ ਕਿਉਂ ਕਹਿੰਦੇ ਆ ਕਿ ਫਲਾਣੀ ਚੀਜ਼ ਲਿਆ ਕੇ ਲਾਓ ਮਸਲਾ ਐਸਿਡ ਬੇਸ ਐਂਡ ਸੌਲਟ ਦਾ ਏ ਕਿਹੜਾ ਐਸਿਡ ਕਿਹੜਾ ਬੇਸ ਆ ਅਸਲ ਚ ਇਹ ਚੈਪਟਰ ਹੀ ਇਹੋ ਜਿਹਾ ਏ ਜੇ ਤੁਸੀਂ ਇਹਨੂੰ ਇਸ ਸੋਚ ਕੇ ਵੀ ਨਾ ਪੜਿਆ ਕਿ ਜਿਹੜੇ ਪੇਪਰਾਂ ਦੀ ਆਪਾਂ ਅਕਸਰ ਗੱਲ ਕਰਦੇ ਆ ਕਿ ਉਹਨਾਂ ਪੇਪਰਾਂ 'ਚ ਇਹਦੇ ਸਵਾਲ ਆਉਣੇ ਆ ਜਨਰਲ ਸਾਇੰਸ ਦਾ ਬੜਾ ਖੂਬਸੂਰਤ ਟੌਪਿਕ ਤੁਹਾਡੇ ਪੇਪਰਾਂ 'ਚ ਹਰ ਪ੍ਰਕਾਰ ਦੇ ਪੇਪਰਾਂ 'ਚ ਜਾਣੇ ਅਣਜਾਣੇ 'ਚ ਪੁੱਛਿਆ ਜਾਣ ਵਾਲਾ ਬੜਾ ਸ਼ਾਨਦਾਰ ਤੇ ਬੜਾ ਸਿੰਪਲ ਜਿਹਾ ਟੌਪਿਕ ਆ ਤੇ ਬੜੀ ਪੰਜਾਬੀ ਹਲਕੀ ਜੀ ਪੰਜਾਬੀ 'ਚ ਅਸੀਂ ਮਤਲਬ ਕਿ ਇਸ ਟੌਪਿਕ ਨੂੰ ਸਮਝਣ ਦੀ ਇੱਕ ਪੜਨ ਦੀ ਕੋਸ਼ਿਸ਼ ਕਰਾਂਗੇ। ਲਓ ਜੀ ਫਿਰ ਜੇ ਗੱਲ ਕਰਦੇ ਆ ਤੁਸੀਂ ਪਹਿਲੀ ਗੱਲ ਇਹ ਆ ਕਿ ਜਿਹੜੇ ਵੀ ਸ਼ਬਦ ਅਸੀਂ ਪੜਾਂਗੇ ਕਿ ਇਹ ਐਸਿਡ ਯਾਨੀ ਕਿ ਅਮਲ ਜਾਂ ਤਜਾਬ ਹੁੰਦੇ ਆ, ਬੇਸ ਖਾਰੇ ਹੁੰਦੇ ਆ, ਸੌਲਟ ਨਮਕ ਜਿਹੜੇ ਕਿ ਦੋਵਾਂ ਦੇ ਮਿਸ਼ਰਣ ਤੋਂ ਬਣਨ ਵਾਲੇ ਆ, ਇਹਨਾਂ 'ਚ ਫਰਕ ਕੀ ਆ? ਗੌਰ ਫਰਮਾਇਓ। ਤੁਸੀਂ ਨਮਕ ਸ਼ਬਦ ਸੁਣਿਆ ਹੋਊਗਾ, ਖੰਡ ਸੁਣੀ ਹੋਊਗੀ, ਨਿੰਬੂ ਸੁਣਿਆ ਹੋਊਗਾ, ਆਮਲਾ ਸੁਣਿਆ ਹੋਊਗਾ, ਵਿਨੇਗਰ ਸੁਣਿਆ ਹੋਊਗਾ, ਸਿਰਕਾ ਜਿਹਨੂੰ ਕਹਿ ਦਿੰਦੇ ਆ, ਇਹ ਸਾਰੀਆਂ ਚੀਜ਼ਾਂ ਕਿਸੇ ਨਾ ਕਿਸੇ ਕੈਟਾਗਰੀ ਚ ਆਉਂਦੀਆਂ ਤੇ ਸਾਡੇ ਖਾਣ ਵਾਲੀਆਂ ਚੀਜ਼ਾਂ ਐ ਇਹ ਐਸਿਡ ਬੇਸ ਜਾਂ ਸੌਲਟ ਹੋ ਸਕਦੀਆਂ ਮਤਲਬ ਕਿ ਇਹ ਕਿਸੇ ਵੀ ਕੈਟਾਗਰੀ ਚ ਆ ਸਕਦੀਆਂ ਐ ਕਿਵੇਂ ਆਖਰ ਇਹਨਾਂ ਦੇ ਫਾਇਦੇ ਨੁਕਸਾਨ ਤੇ ਫੇਰ ਦੱਸਦਾ ਮੈਂ ਬਟ ਗੱਲ ਇਹ ਆ ਕਿ ਸਮਝਣ ਦੀ ਕੋਸ਼ਿਸ਼ ਕਰਿਓ ਕਿ ਇਹਨਾਂ ਚੋਂ ਅਮਲ ਜਾਨੀ ਕਿ ਤਜਾਬ ਦੀ ਕੈਟਾਗਰੀ ਚ ਕੀ ਕੀ ਆਉਂਦੇ ਆ ਆਮਲਾ ਨਿੰਬੂ ਦਾ ਰਸ ਸਿਰਕਾ ਕਿ ਸੰਤਰਿਆਂ ਦਾ ਜੂਸ ਜਾਂ ਇਸ ਤੋਂ ਬਿਨਾ ਆਪਣੇ ਕੋਲ ਇਮਲੀ ਜਾਂ ਤੰਈ ਇਸ ਸਾਰੀਆਂ ਚੀਜ਼ਾਂ ਇਸ ਕਰਕੇ ਐਸਿਡਿਕ ਹੁੰਦੀਆਂ ਇੰਨਾ ਚ ਤਜਾਬ ਹੁੰਦਾ ਹੈ ਪਰ ਤੁਸੀਂ ਅਕਸਰ ਕਹਿੰਦੇ ਹੋ ਯਾਰ ਤਜਾਬ ਤਾਂ ਤੁਸੀਂ ਸੁਣਿਆ ਕਿ ਕਿਸੇ ਦੇ ਮੂੰਹ ਤੇ ਪਾਤਾ ਤਾਂ ਮੂੰਹ ਖਰਾਬ ਹੋ ਗਿਆ ਇਹ ਕੀ ਗੱਲ ਬਣੀ ਨਹੀਂ ਇਟ ਮੀਨਸ ਤਜਾਬ ਦੀ ਵੀ ਇੱਕ ਕਲਾ ਹੁੰਦੀ ਆ ਕਿ ਉਹ ਤਜਾਬ ਕਿੰਨਾ ਕੁ ਜ਼ਿਆਦਾ ਤਜਾਬ ਆ ਸ਼ਾਇਦ ਇੱਕ ਸਕੇਲ ਆ ਇੱਕ ਸੂਚੀ ਆ ਉਸ ਸਕੇਲ ਦੇ ਉੱਪਰ ਪਮਾਨੇ ਦੇ ਉੱਪਰ ਮਾਪਿਆ ਜਾਂਦਾ ਹੈ ਕਿ ਕਿਹੜੀ ਚੀਜ਼ ਕਿੰਨੀ ਕੁ ਤਜਾਬ ਆ ਜਿਹੜੀ ਚੀਜ਼ ਬਹੁਤ ਜਿਆਦੀ ਵੱਡੀ ਤੇਜਾਬ ਆ ਉਹਨਾਂ ਨੂੰ ਕਿਹਾ ਜਾਂਦਾ ਹੈ ਸਟਰੋਂਗ ਐਸਿਡ ਉਹ ਬਹੁਤ ਤਾਕਤਵਰ ਤੇਜਾਬ ਹੁੰਦੇ ਆ ਤੇ ਜਿਹੜੀ ਜਿਹੜੇ ਐਸਿਡ ਜਿੰਨਾ ਚ ਹਲਕਾਪਨ ਹੁੰਦਾ ਜਿਨ੍ਹਾਂ ਨੂੰ ਖਾਇਆ ਜਾ ਸਕਦਾ ਉਹਨਾਂ ਨੂੰ ਕਿਹਾ ਜਾਂਦਾ ਹੈ ਕਮਜ਼ੋਰ ਤੇਜਾਬ ਵੀਕ ਐਸਿਡ ਸੋ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਤੇਜਾਬ ਇਹੋ ਜਿਹਾ ਵੀ ਹੋ ਸਕਦਾ ਹੈ ਕਿ ਕਿਸੇ ਦੇ ਹੱਥ ਤੇ ਪਾਈਏ ਹੱਥ ਸਾੜ ਦੇ ਤੇਜਾਬ ਇਹੋ ਜਿਹਾ ਵੀ ਹੋ ਸਕਦਾ ਹੈ ਕਿ ਨਿੰਬੂ ਵਾਂਗ ਨਿੰਬੂਆ ਤੇਜਾਬ ਨਚੋੜ ਕੇ ਪੀਤਾ ਜਾ ਸਕਦਾ ਹੈ ਸਾਡੇ ਸਰੀਰ ਦੇ ਅੰਦਰ ਵੀ ਤਜਾਬ ਪੈਦਾ ਹੁੰਦਾ ਹੈ ਠੀਕ ਆ ਸਾਡੇ ਪੈਂਕਰੀਆਸ ਤੋਂ ਸਾਡੇ ਸਰੀਰ ਦੇ ਅੰਦਰ ਸਾਡਾ ਜਿਹੜਾ ਪਾਚਨ ਤੰਤਰ ਆ ਨਾ ਉਹਦੇ ਚ ਸਾਡੀ ਰੋਟੀ ਸਾਡਾ ਅੰਨ ਤਾਂ ਪਚਦਾ ਹੈ ਕਿਉਂਕਿ ਸਾਡੇ ਸਰੀਰ ਦੇ ਵਿੱਚ ਇੱਕ ਤਜਾਬ ਪੈਦਾ ਹੁੰਦਾ ਹੈ ਹਾਈਡਰੋਕਲੋਰਿਕ ਐਸਿਡ ਪਰ ਕਿੱਡੀ ਹੈਰਾਨੀ ਵਾਲੀ ਗੱਲ ਹੈ ਤੁਹਾਨੂੰ ਸ਼ਾਇਦ ਪਤਾ ਨਹੀਂ ਇਸ ਗੱਲ ਦੀ ਹੈਰਾਨੀ ਹੋਊਗੀ ਤੁਹਾਨੂੰ ਕਿ ਉਹ ਕੋਈ ਨਾਰਮਲ ਐਸਿਡ ਨਹੀਂਗਾ ਵੀਕ ਐਸਿਡ ਨਹੀਂਗਾ ਉਹ ਸਟਰੋਂਗ ਐਸਿਡ ਆ ਸੋਚ ਕੇ ਦੇਖੋ ਸਾਡੀ ਕੁਦਰਤ ਨੇ ਕਿਹੜੀ ਚੀਜ਼ ਬਣਾਈਆਂ ਜਿਹੜੇ ਜਿਹੜੇ ਤਜਾਬ ਨੂੰ ਸਟਰੋਂਗ ਐਸਿਡ ਨੂੰ ਬੰਦਾ ਨਿਗਲ ਤੱਕ ਨਹੀਂ ਸਕਦਾ ਹੱਥ ਤੇ ਰੱਖ ਤੱਕ ਨਹੀਂ ਸਕਦਾ ਸਾਡੀ ਸਰੀਰ ਦੇ ਅੰਦਰ ਸਾਡੇ ਪਾਚਨ ਤੰਤਰ ਦੇ ਅੰਦਰ ਉਹ ਵਾਲਾ ਤਜਾਬ ਜਿਹੜਾ ਹੈ ਉਹ ਸਾਡੇ ਸਰੀਰ ਦੇ ਅੰਦਰ ਪੈਦਾ ਹੁੰਦਾ ਹੈ ਤੇ ਸਾਡੀ ਰੋਟੀ ਨੂੰ ਉਹ ਪਚਾਉਂਦਾ ਹੈ ਪੇਪਰਾਂ ਚਾਹੁੰਦਾ ਹੁੰਦਾ ਕਿ ਸਾਡੇ ਸਰੀਰ ਚੋਂ ਕਿਹੜਾ ਐਸਿਡ ਨਿਕਲਦਾ ਹੈ 50 ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੱਸੂਗਾ ਪਰ ਆਮ ਜਦੋਂ ਉਹ ਐਸਿਡ ਬਾਹਰ ਪਿਆ ਹੈ ਉਹ ਤਜਾਬ ਬਾਹਰ ਆ ਉਹਨੂੰ ਅਸੀਂ ਆਪਣੀ ਹੱਥ ਤੇ ਟੱਚ ਨਹੀਂ ਕਰ ਸਕਦੇ ਤੋ ਕਹਿੰਦੇ ਆ ਕਿ ਐਸਿਡ ਨੂੰ ਮਾਪਣ ਦਾ ਪਮਾਨਾ ਇੱਕ ਸੂਚੀ ਆ ਇੱਕ ਸਕੇਲ ਆ ਇੱਕ ਫੱਟੀ ਆ ਜਿਹਨੂੰ ਪੀ ਐਚ ਸਕੇਲ ਕਿਹਾ ਜਾਂਦਾ ਪੀ ਦੇ ਪੈਰ ਚੱਚ ਕਹਿੰਦੇ ਜੇ ਇਹ 7 ਤੇ ਹੋਵੇ ਤਾਂ ਫਿਰ ਉਹ ਚੀਜ਼ ਬਿਲਕੁਲ ਨਿਊਟਰਲ ਆ ਉਦਾਸੀ ਨਹੀਂ ਉਹ ਨਿਊਟਰਲ ਦੀ ਪੰਜਾਬੀ ਇਹੀ ਹੁੰਦੀ ਆ ਠੀਕ ਆ ਨਿਊਟਰਲਾਈਜੇਸ਼ਨ ਉਦਾਸੀ ਨਹੀਂ ਕਰਨ ਸੋ ਪੀ ਐਚ 7 ਦਾ ਮਤਲਬ ਆ ਜਿਹੜੀ ਚੀਜ਼ ਦਾ ਪੀ ਐਚ ਸਕੇਲ ਤੇ ਨੰਬਰ 7 ਆ ਉਹ ਨਿਊਟਰਲ ਆ ਬਿਲਕੁਲ ਜੇ ਕਿਸੇ ਦਾ 7 ਤੋਂ ਘੱਟ 6 ਆ ਗਿਆ 5 ਆ ਗਿਆ 4 ਆ ਗਿਆ ਤੇ ਘਟਦਾ ਘਟਦਾ 1 ਆ ਗਿਆ ਜਿਵੇਂ ਜਿਵੇਂ ਅਸੀਂ ਘਟਦੇ ਜਾਵਾਂਗੇ ਓਵੇਂ ਓਵੇਂ ਅਸੀਂ ਜਾਦੇ ਐਸਿਡਿਕ ਹੁੰਦੇ ਜਾਵਾਂਗੇ ਭਾਵ ਜਿਹੜੇ ਹਲਕੇ ਫੁਲਕੇ ਐਸਿਡ ਆ ਹਲਕੇ ਫੁਲਕੇ ਤਜਾਬ ਆ ਜਿਨ੍ਹਾਂ ਨੂੰ ਅਸੀਂ ਨਿਗਲ ਸਕਦੇ ਆ ਵਿਨੇਗਰ ਸਿਰਕਾ ਲੈਮਨ ਉਹ ਤਾਂ ਬਿਲਕੁਲ ਪੀ ਐਚ 7 ਦੇ ਨੇੜੇ ਤੇੜੇ ਆ ਆ ਜਿਹੜੇ ਐਸਿਡ ਮਿਨਰਲ ਐਸਿਡ ਆ ਪੱਥਰਾਂ ਚੋਂ ਨਿਕਲਦੇ ਆ ਜਿਨ੍ਹਾਂ ਨੂੰ ਨਿਗਲਿਆ ਨਹੀਂ ਹੱਥ ਤੇ ਲਾਇਆ ਨਹੀਂ ਤੇ ਹੱਥ ਗਿਆ ਨਹੀਂ ਸਲਫਿਉਰਿਕ ਐਸਿਡ ਨਿਰਾ ਤਜਾਬ ਹਾਈਡਰੋਕਲੋਰਿਕ ਐਸਿਡ ਨਿਰਾ ਤੇਜਾਬ ਫਾਸਫੋਰਿਕ ਐਸਿਡ ਨਿਰਾ ਕੈਰ ਇਹ ਪੀ ਐਚ ਬਹੁਤ ਘੱਟ ਹੁੰਦਾ ਕਿਉਂਕਿ ਇਹ ਬਹੁਤ ਹੀ ਜਿਆਦੇ ਸੰਘਣੇ ਐਸਿਡ ਸੌਰੀ ਬਹੁਤ ਤਾਕਤਵਰ ਐਸਿਡ ਆ ਸਟਰੋਂਗ ਐਸਿਡਸ ਨੇ ਸੋ ਇਹ ਤਾਂ ਗੱਲ ਸਮਝ ਆ ਗਈ ਤੁਸੀਂ ਕਹੋਗੇ ਸਰ ਇਹ ਤਾਂ ਇੱਕ ਪਾਸੇ ਤੁਸੀਂ ਤੇਜਾਬ ਬਾਰੇ ਦੱਸਤਾ ਜੇ 7 ਤੋਂ ਉੱਪਰ 8 9 10 14 ਤੱਕ ਜਾਈਏ ਫਿਰ ਜਿਵੇਂ ਜਿਵੇਂ ਅਸੀਂ 14 ਵੱਲ ਜਾਈ ਜਾਵਾਂਗੇ ਓਵੇਂ ਓਵੇਂ ਬੇਸ ਵਧੀ ਜਾਊਗਾ ਬੇਸ ਹੁੰਦਾ ਖਾਰਾਪਨ ਖਾਰਾ ਹੁਣ ਬੇਸ ਕੀ ਹੁੰਦੇ ਆ ਫਿਰ ਇਹਨਾਂ ਬਾਰੇ ਵੀ ਪੜ੍ਹਾਉਂਗਾ ਪਰ ਇੱਕ ਗੱਲ ਸਮਝ ਆ ਗਈ ਕਿ ਹਰ ਇੱਕ ਚੀਜ਼ 7 ਤੇ ਨਿਊਟਰਲ ਆ 7 ਤੋਂ ਜਿੰਨਾ ਥੱਲੇ ਨੂੰ ਜਾਵਾਂਗੇ ਉਹਨਾਂ ਤਜਾਬੀਕਰਨ ਹੋਊਗਾ ਐਸਿਡਿਕ ਕੈਰੈਕਟਰ ਵਧੂਗਾ ਤਜਾਬ ਦੇ ਲੱਛਣ ਵਧਣਗੇ ਜਿੰਨਾ 7 ਤੋਂ ਉੱਪਰ ਜਾਵਾਂਗੇ 14 ਤੱਕ ਉਹਨਾਂ ਬੇਸ ਵਧੂਗਾ ਉਹਨਾਂ ਖਾਰਾਪਣ ਵਧੂਗਾ ਕਿਸੇ ਚੀਜ਼ ਦਾ ਸੋ ਮੋਟੇ ਤੌਰ ਤੇ ਇੱਕ ਸੂਚੀ ਆ ਇੱਕ ਸਕੇਲ ਆ ਇੱਕ ਮਾਪ ਦਾ ਡੰਡਾ ਜਿਹਦੇ ਤੇ ਐਸਿਡ ਤੇ ਬੇਸ ਟੈਸਟ ਕੀਤੇ ਜਾਂਦੇ ਆ ਆਖਰੀ ਐਸਿਡ ਬੇਸ ਹੁੰਦੇ ਕੀ ਆ ਕਿਹੜੀ ਕਿਹੜੀ ਚੀਜ਼ 'ਚ ਤਜਾਬ ਹੁੰਦਾ ਹੈ ਹਲਕਾ ਤਜਾਬ ਕੀ ਹੁੰਦਾ ਹੈ ਮਸਟ੍ਰੌਂਗ ਐਸਿਡ ਕੀ ਹੁੰਦੇ ਆ ਉਹਨਾਂ ਬਾਰੇ ਵੀ ਗੱਲ ਕਰਦੇ ਆ ਆਜੋ ਪੇਪਰਾਂ 'ਚ ਆਉਣ ਵਾਲੇ ਸਿੱਧੇ ਸਿੱਧੇ ਤੁਹਾਡੇ ਪੇਪਰਾਂ 'ਚ ਠਾਠਾ ਆਉਣ ਵਾਲੇ ਸਵਾਲ ਕਹਿੰਦੇ ਜੀ ਜਿਹੜਾ ਆਮਲਾ ਹੁੰਦਾ ਹੈ ਸਾਡਾ ਆਮਲਾ ਖਾਣੇ ਆ ਐਸਿਡਿਕ ਹੁੰਦਾ ਹੈ ਯੈਸ ਪਤਾ ਕਿਵੇਂ ਲੱਗਦਾ ਕਿ ਐਸਿਡਿਕ ਆ ਐਸਿਡਸ ਨੂੰ ਐਸਿਡਾ ਨੂੰ ਟੈਸਟ ਕਰਨ ਦਾ ਵੀ ਤਰੀਕਾ ਦੱਸੂਗਾ ਕਹਿੰਦੇ ਆ ਆਮਲੇ 'ਚ ਹੁੰਦਾ ਹੈ ਐਸਕੋਰਬਿਕ ਐਸਿਡ ਇਹ ਰੱਟਾ ਮਾਰਨ ਵਾਲੀ ਚੀਜ਼ ਆ ਕਿ ਕਿਹੜਾ ਐਸਿਡ ਕਿਹਦੇ ਚ ਹੁੰਦਾ ਹੈ ਨਿੰਬੂ ਸੰਤਰੇ ਚ ਹੁੰਦਾ ਹੈ ਸਿਟ੍ਰਿਕ ਐਸਿਡ ਇਸੇ ਕਰਕੇ ਉਹਨਾਂ ਨੂੰ ਸਿਟ੍ਰਿਕ ਫਲ ਵੀ ਕਿਹਾ ਜਾਂਦਾ ਹੈ ਦੁੱਧ ਤੇ ਦਹੀਂ ਚ ਹੁੰਦਾ ਹੈ ਲੈਕਟਿਕ ਐਸਿਡ ਸਾਡੇ ਨਾਲ ਦਾ ਜਦੋਂ ਨਾ ਤੁਹਾਡੇ ਸਰੀਰ ਦੇ ਅੰਦਰ ਬਹੁਤ ਜ਼ਿਆਦਾ ਐਸਿਡ ਬਣ ਜੇ ਐਸਿਡ ਬਣਦਾ ਕਿਉਂ ਆ ਸਾਡੇ ਸਰੀਰ ਦੇ ਅੰਦਰ ਕਈ ਵਾਰੀ ਬਹੁਤ ਓਵਰ ਹੀਟਿੰਗ ਕਰਕੇ ਨਜਾਇਜ਼ ਖਾ ਕੇ ਨਾ ਸਾਡੇ ਸਰੀਰ ਚ ਤਜਾਬ ਜ਼ਿਆਦਾ ਬਣ ਜਾਂਦਾ ਹੈ ਸੋਚ ਕੇ ਦੇਖੋ ਯਾਰ ਜ਼ਿਆਦਾ ਖਾ ਕੇ ਤਜਾਬ ਕਿਵੇਂ ਬਣਦਾ ਹੋਊਗਾ ਚਲੋ ਮੈਂ ਇਹਦੇ ਪਿੱਛੇ ਦਾ ਵੀ ਮੈਂ ਨਾ ਲੀਕ ਤੋਂ ਹਟ ਕੇ ਲੌਜੀਕ ਦੱਸਦਾ ਅਸੀਂ ਖਾਈ ਜਾਂਦੇ ਆ ਸਾਡੇ ਸਰੀਰ ਦੇ ਅੰਦਰ ਜਿਹੜਾ ਸਾਡਾ ਭੋਜਨ ਤੰਤਰ ਆ ਮੈਂ ਵੈਸੇ ਤਾਂ ਦੇਖੋ ਬਾਇਓ ਦੇ ਵਿੱਚ ਵੱਖਰੇ ਤੌਰ ਤੇ ਪੜਾਇਆ ਜਾਂਦਾ ਡਾਈਜੈਸਟਿਵ ਸਿਸਟਮ ਇੱਥੇ ਤਾਂ ਮੈਂ ਕਿਉਂਕਿ ਮੈਂ ਕੈਮਿਸਟਰੀ ਪੜਾ ਰਿਹਾ ਰਸਾਇਣਿਕ ਵਿਗਿਆਨ ਪੜਾ ਰਿਹਾ ਤਾਂ ਇਹਦਾ ਮਤਲਬ ਮੈਂ ਬਾਇਓ ਵਾਲੀ ਚੀਜ਼ ਨੂੰ ਘੱਟ ਹੀ ਸਮਝਾਉਂਗਾ ਸਾਡੇ ਸਰੀਰ ਦੇ ਅੰਦਰ ਜਿਹੜਾ ਸਾਡਾ ਮਤਲਬ ਕਿ ਭੋਜਨ ਤੰਤਰ ਆ ਜਿਹੜਾ ਸਾਡਾ ਪਾਚਨ ਤੰਤਰ ਆ ਉਹ ਸਾਡੇ ਸਰੀਰ ਦੇ ਅੰਦਰ ਤਜਾਬ ਭੇਜੀ ਜਾਂਦਾ ਤਾਂ ਕਿ ਸਾਡਾ ਖਾਣਾ ਪਚੀ ਜਾਵੇ ਖਾਣਾ ਪਚਦਾ ਜਾਵੇ ਉਹ ਕਿਹੜਾ ਐਸਿਡ ਭੇਜਦਾ ਹੈ ਸਲਫਿਊਰਿਕ ਹਾਈਡਰੋਕਲੋਰਿਕ ਐਸਿਡ ਐਚ ਸੀ ਐਨ ਕਹਿੰਦੇ ਉਹਨੂੰ ਸ਼ਾਰਟ ਫਾਰਮ ਚ ਵੈਸੇ ਇਹਨੂੰ ਹਾਈਡਰੋਕਲੋਰਿਕ ਐਸਿਡ ਕਹਿੰਦੇ ਆ ਲਓ ਜੀ ਅਸੀਂ ਜਿਆਦਾ ਖਾਣਾ ਖਾ ਲਿਆ ਉਹਨੇ ਜਿਆਦੇ ਤੋਂ ਜਿਆਦਾ ਤਜਾਬ ਸਟੱਦਾ ਸਰੀਰ ਚ ਤਾਂ ਕਿ ਉਹ ਪਚ ਸਕੇ ਉਹ ਕੀ ਹੁੰਦਾ ਕਈ ਵਾਰੀ ਕੀ ਚੱਕਰ ਪੈ ਜਾਂਦਾ ਹੈ ਅਸੀਂ ਖਾਣਾ ਖਾਈ ਜੰਨੇ ਆ ਉਹਦੇ ਕਰਕੇ ਜਿਆਦਾ ਹੀ ਤਜਾਬ ਸਾਡੇ ਸਰੀਰ ਦੇ ਵਿੱਚ ਵਰਤਿਆ ਜਾਂਦਾ ਹੈ ਕਿਉਂਕਿ ਉਹਨੇ ਜਿਆਦਾ ਤਜਾਬ ਸਟੱਡ ਦੇਣਾ ਉਹਨੂੰ ਪਚਾਉਣ ਲਈ ਫਿਰ ਉਹ ਤਜਾਬ ਸਾਨੂੰ ਤੰਗ ਕਰਦਾ ਹੈ ਫਿਰ ਉਹ ਇੱਥੇ ਜਲਨ ਪੈਦਾ ਕਰਦਾ ਹੈ ਫਿਰ ਜਦੋਂ ਆਪਾਂ ਨੂੰ ਉਹ ਸਾਰਾ ਰੋਲਾ ਪੈਂਦਾ ਹੈ ਫਿਰ ਅਸੀਂ ਚਾਹੁੰਦੇ ਹਾਂ ਕਿ ਐਸਿਡ ਜਿਹੜਾ ਹੈ ਨਾ ਇਸ ਐਸਿਡ ਨੂੰ ਕਾਊਂਟਰ ਕੀਤਾ ਜਾਵੇ ਹੁਣ ਜੇ ਤੁਸੀਂ ਤਜਾਬ ਦੇ ਉੱਪਰ ਤਜਾਬ ਹੀ ਪੀ ਲੋਗੇ ਠੀਕ ਆ ਤੇ ਫਿਰ ਤੁਹਾਡਾ ਸਿਸਟਮ ਕਿੱਥੋਂ ਸੈੱਟ ਆਊਗਾ ਮੀਨਸ ਕਹਿੰਦੇ ਆ ਕਿ ਜੇ ਕੋਈ ਬੰਦਾ ਤਜਾਬ ਪੀਲੇ ਨਾ ਕਿਉਂਕਿ ਤਜਾਬ ਦਾ ਪੀ ਐਚ 7 ਤੋਂ ਘੱਟ ਹੁੰਦਾ ਹੈ ਇਹਦਾ ਹੱਲ ਇਹ ਆ ਫਿਰ ਤੁਸੀਂ ਖਾਰਾ ਪੀ ਲਓ ਪੀ ਪੀ ਲਓ ਖਾਰਾ ਪੀ ਲੋ ਖਾਰੇ ਦਾ ਮਤਲਬ ਹੁੰਦਾ ਬੇਸ ਜਿਹੜੀ ਚੀਜ਼ ਖਾਰੀ ਆ ਉਹ ਐਡਾ ਕੋ ਸਿਰਾ ਕਾ ਮਾਣਾ ਸਾਡੇ ਮਤਲਬ ਕੀ ਅਸੀਂ ਨਾ ਲਿੰਮਕੇ ਤੇ ਜਿਹੜਾ ਖਾਰਾ ਕੋਲਡ ਡਰਿੰਕ ਨਹੀਂ ਹੁੰਦਾ ਅਸੀਂ ਉਹਨੂੰ ਖਾਰਾ ਸਮਝੀ ਜਾਂਦੇ ਆ ਉਹ ਵੀ ਤਜਾਬ ਹੀ ਹੁੰਦਾ ਏ ਅਸੀਂ ਦੋ ਲਿੰਮਕੇ ਮਾਰਦੇ ਆ ਮੂੰਹ ਚ ਤਜਾਬ ਸਾਡੇ ਅੰਦਰ ਬਣਿਆ ਹੋਇਆ ਬਣਿਆ ਨਹੀਂ ਹੁੰਦਾ ਸਾਡੇ ਅੰਦਰ ਤਜਾਬ ਬਹੁਤ ਜ਼ਿਆਦਾ ਸਾਡੇ ਪਾਚਨ ਤੰਤਰ ਨੇ ਪੈਦਾ ਕਰਤਾ ਕਿਉਂਕਿ ਅਸੀਂ ਬਹੁਤ ਖਾ ਲਿਆ ਪਾਚਨ ਤੰਤਰ ਨੇ ਕੀ ਕਰਨਾ ਸੀ ਸਾਡੇ ਡਾਈਜੈਸਟਿਵ ਸਿਸਟਮ ਨੇ ਕੀ ਕਰਨਾ ਸੀ ਐਨੇ ਖਾਦੇ ਹੋਏ ਖਾਣੇ ਨੂੰ ਪਚਾਉਣ ਵਾਸਤੇ ਸਾਡੇ ਸਰੀਰ 'ਚ ਤਜਾਬ ਸਿੱਟ ਦੇਣਾ ਸੀ ਉਹਨੇ ਅੰਦਰੋਂ ਤਜਾਬ ਰਿਲੀਜ਼ ਕਰਤਾ ਉਹ ਤਜਾਬ ਸਾਡੇ ਸਰੀਰ 'ਚ ਫਿਰ ਸਾਨੂੰ ਤੰਗ ਕਰਨ ਲੱਗ ਪਿਆ ਭੋਜਨ ਤਾਂ ਪਚਾਉਣਾ ਹੀ ਸੀ ਫਿਰ ਅਸੀਂ ਉਹਨੂੰ ਕਾਊਂਟਰ ਕਰਨ ਵਾਸਤੇ ਅਸੀਂ ਇਹੋ ਜੀ ਚੀਜ਼ ਪੀਣੀ ਆ ਕਿਉਂਕਿ ਤਜਾਬ ਦਾ ਜਿਹੜਾ ਪੀ ਐਚ 7 ਤੋਂ ਘੱਟ ਹੁੰਦਾ ਹੈ 7 ਤੋਂ ਵੱਧ ਪੀ ਐਚ ਵਾਲੀ ਚੀਜ਼ ਪੀਣੀ ਚਾਹੀਦੀ ਹੈ ਮੀਨਸ ਹੁਣ 7 ਤੋਂ ਵੱਧ ਪੀ ਐਚ ਯਾਨੀ ਕਿ ਕੋਈ ਬੇਸ ਬੇਸਿਕ ਚੀਜ਼ ਖਾਣੀ ਚਾਹੀਦੀ ਹੈ ਜਿਹੜੀ ਚੀਜ਼ ਖਾਰੀ ਹੋਵੇ ਬੇਸ ਹੋਵੇ ਪਰ ਅਸੀਂ ਕੀ ਕਰਦੇ ਹਾਂ ਲਿਆਓ ਦੁੱਧ ਮੈਂ ਹੁਣੇ ਪੜਾ ਕੇ ਹਟਿਆ ਕਿ ਦੁੱਧ 'ਚ ਤੇ ਆਪ ਲੈਕਟਿਕ ਐਸਿਡ ਹੁੰਦਾ ਸਾਡੇ ਨਾਲ ਦਾ ਇੱਕ ਪੜਿਆ ਲਿਖਿਆ ਜਦੋਂ ਤੇ ਤਜਾਬ ਬਣਦਾ ਸੀ ਉਹ ਦੁੱਧ ਪੀ ਲੈਂਦਾ ਸੀ ਦੱਸੋ ਦੁੱਧ ਨਾਲ ਤਜਾਬ ਕਿਵੇਂ ਖਤਮ ਹੋਊਗਾ ਕੋਈ ਇਹੋ ਜੀ ਚੀਜ਼ ਪੀ ਜਿਹਦਾ ਜਿਹੜੀ 7 ਤੋਂ ਵੱਧ ਪੀ ਐਚ ਵਾਲੀ ਹੈ ਸੋ ਖੈਰ ਇਹ ਚੀਜ਼ਾਂ ਕੰਮ ਆਉਂਦੀਆਂ ਨੇ ਜਿਹੜੀ ਚੀਜ਼ ਤਜਾਬ ਨੂੰ ਕੱਟਦੀ ਹੈ ਨਾ ਉਹਦੀ ਕਾਟ ਹੁੰਦੀ ਹੈ ਐਸਿਡ ਦੀ ਉਹਨੂੰ ਕਹਿੰਦੇ ਆਂਟ ਐਸਿਡ ਜਾਂ ਬੇਸ ਖਾਰਾਪਣ ਜਾਂ ਆਂਟ ਦਾ ਮਤਲਬ ਹੁੰਦਾ ਕੱਟਣਾ ਐਸਿਡ ਨੂੰ ਕੱਟਣ ਵਾਲੀ ਆਂਟ ਐਸਿਡ ਉਹ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਐਸਿਡ ਦਾ ਕਾਰਟ ਹੁੰਦੀਆਂ ਐ ਤਜਾਬ ਦੀ ਕਾਰਟ ਹੁੰਦੀਆਂ ਐ ਉਹ ਇੱਥੋਂ ਹੀ ਸਮਝ ਆਉਂਦੀਆਂ ਕਿ ਭਈ ਜਿੰਨੂੰ ਪਤਾ ਲੱਗ ਗਿਆ ਕਿ ਭਈ ਤਜਾਬ ਦਾ ਜਿਹੜਾ ਪੀ ਐਚ ਆ 7 ਤੋਂ ਘੱਟ ਤੇ ਬੇਸ ਹੁੰਦਾ ਜਿਹੜਾ ਉਹਦਾ ਪੀ ਐਚ 7 ਤੋਂ ਵੱਧਾ ਕਿਹੜੀ ਕਿਹੜੀ ਚੀਜ਼ ਤਜਾਬ ਵਾਲੀ ਆ ਗੌਰ ਨਾਲ ਸੁਣਿਓ ਔਲੇਜ ਤੇ ਤਜਾਬ ਹੁੰਦਾ ਐ ਐਸਕੋਰਬਿਕ ਐਸਿਡ ਨਮਕ ਸੌਰੀ ਨਿੰਬੂ ਸੰਤਰੇ ਚ ਸਿਟ੍ਰਿਕ ਐਸਿਡ ਦੁੱਧ ਦਹੀਂ ਚ ਲੈਕਟਿਕ ਐਸਿਡ ਵਿਨੇਗਰ ਸਿਰਕਾ ਐਸਿਟਿਕ ਐਸਿਡ ਮੋਸਟ ਇੰਪੋਰਟੈਂਟ ਅ ਲੈਕਟਿਕ ਐਸਿਡ ਮੀਨਸ ਇਮਲੀ ਇਹ ਸਾਰੀਆਂ ਚੀਜ਼ਾਂ ਪੰਜਾਬੀ ਹੁੰਦੀਆਂ ਸਾਰੀਆਂ ਚ ਐਸਿਡ ਹੁੰਦਾ ਹੈ ਲਓ ਜੀ ਫੈਕਟ ਜੀ ਤਾਂ ਸਮਝ ਆ ਗਈ ਹੁਣ ਸਾਨੂੰ ਇੱਕ ਗੱਲ ਸਮਝ ਆ ਗਈ ਕਿ ਬਈ ਐਸਿਡ ਤਾਂ ਹੁੰਦਾ ਹੈ ਤਜਾਬ ਤਾਂ ਹੁੰਦਾ ਹੈ ਪਰ ਤੁਸੀਂ ਆਪ ਮੰਨ ਕੇ ਹਟਿਓ ਕਿ ਸਾਰੇ ਤਜਾਬ ਸਟਰੋਂਗ ਨਹੀਂ ਹੁੰਦੇ ਆ ਜਿਹੜੇ ਟਰਮਰਿਕ ਹੋਗੀ, ਇਮਲੀ ਹੋਗੀ, ਚਾਹੇ ਵਿਨੇਗਰ ਆਪਣੇ ਆ ਹੋ ਗਏ, ਸਿਰਕਾ ਹੋ ਗਿਆ, ਚਾਹੇ ਆਪਣੇ ਨਿੰਬੂ ਹੋ ਗਏ, ਕਿੰਨੂ ਹੋ ਗਏ, ਇਹ ਵੀ ਤਾਂ ਤਜਾਬ ਨੇ ਪਰ ਇਹਨਾਂ ਦਾ ਜਿਹੜਾ ਪੀ ਐਚ ਆ ਨਾ ਇਹਨਾਂ ਦਾ ਪੀ ਐਚ 7 ਦੇ ਬਹੁਤ ਨੇੜੇ ਆ 6 5 4 ਜਿਨ੍ਹਾਂ ਦਾ ਪੀ ਐਚ 1 ਦੇ ਨੇੜੇ ਹੁੰਦਾ ਹੈ ਬਹੁਤ ਘੱਟ ਹੁੰਦਾ ਹੈ ਉਹ ਹੁੰਦੇ ਆ ਸਟਰੋਂਗ ਐਸਿਡ ਉਹਨਾਂ ਨੂੰ ਸਟਰੋਂਗ ਐਸਿਡ ਕਿਹਾ ਜਾਂਦਾ ਜਿਹੜੇ ਪੱਥਰਾਂ ਤੋਂ ਨਿਕਲਦੇ ਆ ਇਸੇ ਕਰਕੇ ਕਿਹਾ ਜਾਂਦਾ ਕਿ ਦੱਸੋ ਮਿਨਰਲ ਐਸਿਡ ਪੱਥਰਾਂ ਚੋਂ ਨਿਕਲਣ ਵਾਲੇ ਐਸਿਡ ਕਿਹੜੇ ਐਸਿਡ ਹੁੰਦੇ ਆ ਮਿਨਰਲ ਐਸਿਡ ਖਣਿਜੇ ਚੋਂ ਨਿਕਲਣ ਵਾਲੇ ਤੇਜਾਬ ਹਮੇਸ਼ਾ ਸਟਰੋਂਗ ਐਸਿਡ ਹੁੰਦੇ ਆ ਤੇ ਜਿਹੜੇ ਆਪਣੇ ਪੌਦਿਆਂ ਪੂਦਿਆਂ ਚੋਂ ਫਲਾਂ ਚੋਂ ਨਿਕਲਣ ਵਾਲਾ ਐਸਿਡ ਆ ਉਹ ਹਮੇਸ਼ਾ ਵੀਕ ਐਸਿਡ ਹੁੰਦਾ ਹੈ ਕਮਜ਼ੋਰ ਐਸਿਡ ਹੁੰਦਾ ਹੈ ਉਹਨੂੰ ਆਪਣੀ ਬਾਡੀ ਨਿਗਲ ਸਕਦੀ ਹੈ ਸਾਡੇ ਸਰੀਰ ਦੇ ਅੰਦਰ ਪਾਚਨ ਤੰਤਰ ਚੋਂ ਜਿਹੜਾ ਐਸਿਡ ਨਿਕਲਦਾ ਹੈ ਉਹ ਮਿਨਰਲ ਐਸਿਡ ਨਿਕਲਦਾ ਹੈ ਨਾ ਕੁਦਰਤ ਦੇ ਖੇਡ ਜਿਹੜੇ ਐਸਿਡ ਨੂੰ ਜਿਹੜੇ ਤਜਾਬ ਨੂੰ ਅਸੀਂ ਨਿਗਲ ਨਹੀਂ ਸਕਦੇ ਹੱਥ ਤੇ ਰੱਖ ਨਹੀਂ ਸਕਦੇ ਸਾਡੇ ਪਾਚਨ ਤੰਤਰ ਦੁਆਰਾ ਉਹ ਵਾਲਾ ਐਸਿਡ ਸੈਕ੍ਰੀਟ ਕੱਢ ਕੇ ਸਾਡੇ ਸਰੀਰ ਦਾ ਭੋਜਨ ਪਚਾਇਆ ਜਾਂਦਾ ਹੈ ਕੁਦਰਤ ਬੜੀ ਵਿਲੱਖਣ ਆ ਇਹਨੂੰ ਕੁਝ ਵੀ ਨਹੀਂ ਕਹਿ ਸਕਦੇ ਆਪਾਂ ਇਹਦੇ ਬਾਰੇ ਹੁਣ ਤੁਸੀਂ ਕਹੋਗੇ ਸਰ ਜਿਹੜਿਆ ਮਿਨਰਲ ਐਸਿਡ ਆ ਐਚसीएल ਸਲਫਿਊਰਿਕ ਐਸਿਡ ਇਹ ਕਿੱਥੇ ਵਰਤੇ ਜਾਂਦੇ ਆ ਇਹਨਾਂ ਨੂੰ ਇੰਡਸਟਰੀਆਂ ਚ ਵਰਤਿਆ ਜਾਂਦਾ ਹੈ ਉਦਯੋਗ ਦੇ ਵਿੱਚ ਇਹ ਤਜਾਬ ਵੱਡੇ ਪੱਧਰ ਤੇ ਰਿਐਕਸ਼ਨਾਂ ਕਰਨ ਵਾਸਤੇ ਰਸਾਇਣਿਕ ਕਿਰਿਆਵਾਂ ਕਰਨ ਵਾਸਤੇ ਵਰਤੇ ਜਾਂਦੇ ਆ ਚਲੋ ਜੀ ਆ ਵੀ ਟੈਨਸ਼ਨ ਖਤਮ ਹੋ ਗਈ ਹੁਣ ਆ ਗਿਆ ਬੇਸ ਬੇਸ ਕੀ ਹੁੰਦਾ ਹੈ ਹੁਣ ਕਦੀ ਸੁਣਿਆ ਬੇਕਿੰਗ ਸੋਡਾ ਸੁਣਿਆ ਹੋਣਾ ਠੀਕ ਆ ਬੇਕਿੰਗ ਸੋਡਾ ਤਾਂ ਬੜੀ ਮਸ਼ਹੂਰ ਚੀਜ਼ ਆ ਬੇਕਿੰਗ ਪਾਊਡਰ ਬੜੀ ਮਸ਼ਹੂਰ ਚੀਜ਼ ਆ ਠੀਕ ਆ ਸਾਡੀਆਂ ਬਰੈਡਾਂ ਵਗੈਰਾ ਚ ਬੇਕਿੰਗ ਸੋਡਾ ਪੈਂਦਾ ਹੈ ਉਹ ਹੁੰਦਾ ਹੈ ਬੇਸ ਜੇ ਬੇਕਿੰਗ ਪਾਊਡਰ ਜਦੋਂ ਤੁਹਾਡੇ ਅੰਦਰ ਐਸਿਡਿਕ ਐਸਿਡਿਟੀ ਹੋਈ ਹੋਈ ਹੈ ਨਾ ਤਜਾਅ ਬਣਿਆ ਹੋਇਆ ਤੁਹਾਡੇ ਅੰਦਰ ਬੇਕਿੰਗ ਸੋਡੇ ਦਾ ਫੱਕਾ ਮਾਰੋ ਇੱਕ ਮੂੰਹ ਚ ਆਪਣੇ ਆਪ ਨਿਊਟਰਲ ਹੋ ਜਾਊਗਾ ਕੰਮ ਕਿਉਂਕਿ ਐਸਿਡ ਦਾ ਤੌਰ ਕਿਸੇ ਬੇਸ 'ਚ ਹੀ ਆ ਜਿੰਨਾ ਤੁਹਾਡਾ ਪੀ ਐਚ ਤੁਹਾਡੇ ਸਰੀਰ ਤੁਹਾਡੇ ਸਰੀਰ 'ਚ ਤਜਾਬ ਬਣ ਗਿਆ ਇਹਦਾ ਮਤਲਬ ਤੁਹਾਡੇ ਸਰੀਰ ਦਾ ਪੀ ਐਚ 7 ਤੋਂ ਥੱਲੇ ਚਲੇ ਗਿਆ ਕਿਉਂਕਿ 7 ਤੋਂ ਥੱਲੇ ਪੀ ਐਚ ਐਸਿਡ ਹੁੰਦਾ ਉਹਦਾ ਤੌਰ ਆ 7 ਤੋਂ ਉੱਪਰਲੇ ਪੀ ਐਚ ਵਾਲੀ ਕੋਈ ਬੇਸ ਕੋਈ ਖਾਰਾ ਵਾਲੀ ਚੀਜ਼ ਖਾਓ ਕਹਿੰਦੇ ਬੇਸ ਉਹ ਹੁੰਦਾ ਜਿਵੇਂ ਐਸਿਡ ਖੱਟਾ ਹੁੰਦਾ ਹੈ ਬੇਸ ਕੋੜਾ ਹੁੰਦਾ ਹੈ ਬੇਸ ਦੀ ਇੱਕ ਖਾਸੀਅਤ ਹੋਰ ਆ ਜੇ ਤੁਸੀਂ ਕਿਸੇ ਵੀ ਬੇਸ ਨੂੰ ਕਹਿੰਦੇ ਉਹ ਕਰੀ ਜਾਓਗੇ ਨਾ ਤੇ ਉਹ ਸਰਫ ਦਾ ਬਬਲਿੰਗ ਸੋਪੀ ਹੋ ਜਾਊਗਾ ਸੋਪ ਵਾਂਗ ਚ ਪੁੱਚਪਾ ਹੋ ਜਾਊਗਾ ਕਹਿੰਦੇ ਆ ਜੇ ਤੁਹਾਨੂੰ ਕੋਈ ਸਬਸਟੈਂਸ ਕੌੜਾ ਲੱਗੇ ਤੇ ਉਹ ਸਾਬਣ ਵਰਗਾ ਅਹਿਸਾਸ ਦਿਵਾਵੇ ਟੱਚ ਕਰਨ ਤੇ ਚਿਕਨਾ ਜਾਂ ਸਮਝ ਲਓ ਬੇਸਿਕ ਹੁਣ ਕਿਹੜੀ ਕਿਹੜੀ ਚੀਜ਼ ਬੇਸਿਕ ਹੁੰਦੀ ਹੈ ਬੇਸਿਕ ਜਾਨੀ ਕਿ ਖਾਰੇ ਵਾਲੀ ਕਿਹੜੀ ਕਿਹੜੀ ਚੀਜ਼ ਹੈ ਕਹਿੰਦੇ ਬੇਕਿੰਗ ਪਾਊਡਰ ਸਭ ਤੋਂ ਮਸ਼ਹੂਰ ਬੇਸ ਆ ਉਸ ਤੋਂ ਬਾਅਦ ਲਾਈਮ ਵਾਟਰ ਜਿਹੜਾ ਆਪਣਾ ਲਾਈਮ ਵਾਟਰ ਹੁੰਦਾ ਹੈ ਇਹ ਬੇਸ ਹੁੰਦਾ ਹੈ ਸੋਡੀਅਮ ਹਾਈਡਰੋਕਸਾਈਡ ਜਿਹਦੇ ਤੋਂ ਸਾਬਣ ਬਣਦਾ ਏ ਪੋਟਾਸ਼ੀਅਮ ਹਾਈਡਰੋਕਸਾਈਡ ਜਿਹਦੇ ਤੋਂ ਕੱਪੜੇ ਧੋਣ ਵਾਲਾ ਸਾਬਣ ਬਣਦਾ ਏ ਸੋਡੀਅਮ ਹਾਈਡਰੋਕਸਾਈਡ ਜਿਹਦੇ ਤੋਂ ਨਹਾਉਣ ਵਾਲਾ ਸਾਬਣ ਬਣਦਾ ਏ ਲਾਈਮ ਵਾਟਰ ਇਹ ਸਾਰੀਆਂ ਕੈਲਸ਼ੀਅਮ ਹਾਈਡਰੋਕਸਾਈਡ ਨੂੰ ਲਾਈਮ ਵਾਟਰ ਕਹਿੰਦੇ ਆ ਇਹ ਕੈਲਸ਼ੀਅਮ ਹਾਈਡਰੋਕਸਾਈਡ ਕੀ ਆ ਬਸ ਯਾਦ ਰੱਖੋ ਅੱਗੇ ਜਾ ਕੇ ਪੜ੍ਹਾਉਂਗਾ ਠੀਕ ਇਹ ਸਾਰੀਆਂ ਚੀਜ਼ਾਂ ਬੇਸ ਨੇ ਸੋ ਇਟ ਮੀਨਸ ਸਾਨੂੰ ਤਾਂ ਇੱਕ ਗੱਲ ਸਮਝ ਆ ਗਈ ਕਹਾਣੀ ਵੀ ਕਲੀਅਰ ਹੋ ਗਈ ਕਿ ਬੇਸ ਕੀ ਚੀਜ਼ ਆ ਜਾਓ ਹੁਣ ਕਹਿੰਦੇ ਮਸ਼ਹੂਰ ਬੇਸ ਜਿਹੜੇ ਕਾਮਨ ਬੇਸ ਨੇ ਉਹ ਕਿਹੜੇ-ਕਿਹੜੇ ਨੇ ਲਓ ਜੀ ਸਭ ਤੋਂ ਪਹਿਲਾਂ ਲਾਈਮ ਵਾਟਰ ਚੂਨੇ ਦਾ ਪਾਣੀ ਜਿਹੜਾ ਹੁੰਦਾ ਚੂਨੇ ਦੇ ਪਾਣੀ ਚ ਕਿਹੜਾ ਬੇਸ ਹੁੰਦਾ ਹੈ ਕੈਲਸ਼ੀਅਮ ਹਾਈਡਰੋਕਸਾਈਡ ਕਿਉਂ ਨਹੀਂ ਤੁਹਾਡੇ ਪੇਪਰ ਚ ਆਊਗਾ ਦੂਜਾ ਸਵਾਲ ਮਿਲਕ ਆਫ ਮੈਗਨੀਸ਼ੀਆ ਮੈਗਨੀਸ਼ੀਆ ਦੁੱਧ ਕਹਿੰਦੇ ਆ ਜਿੰਨੂੰ ਇਹ ਅਸਲ ਦੇ ਵਿੱਚ ਜਦੋਂ ਇੱਕ ਬੰਦੇ ਦੇ ਮੈਗਨੀਸ਼ੀਆ ਦਾ ਦੁੱਧ ਵਰਤਿਆ ਜਾਂਦਾ ਹੈ ਐਸਿਡਿਕ ਕੈਰੇਕਟਰ ਨੂੰ ਤਜਾਬ ਨੂੰ ਖਤਮ ਕਰਨ ਵਾਸਤੇ ਇਹ ਮੈਗਨੀਸ਼ੀਅਮ ਹਾਈਡਰੋਕਸਾਈਡ ਹੁੰਦਾ ਹੈ ਜਿਹੜਾ ਵਿੰਡੋ ਕਲੀਨਰ ਹੁੰਦਾ ਉਹ ਵੀ ਇੱਕ ਬੇਸ ਹੁੰਦਾ ਹੈ ਅਮੋਨੀਅਮ ਹਾਈਡਰੋਕਸਾਈਡ ਦਾ ਸਾਬਣ ਸੋਡੀਅਮ ਹਾਈਡਰੋਕਸਾਈਡ ਸਾਬਣ ਪੋਟਾਸ਼ੀਅਮ ਹਾਈਡਰੋਕਸਾਈਡ ਫਰਕ ਕੀ ਆ ਜਿਹੜਾ ਤਾਂ ਹੁੰਦਾ ਹੈ ਸੋਡੀਅਮ ਹਾਈਡਰੋਕਸਾਈਡ ਵਾਲਾ ਸਾਬਣ ਇਹ ਤਾਂ ਹੁੰਦਾ ਹੈ ਨਾਉਣ ਵਾਲਾ ਪੋਟਾਸ਼ੀਅਮ ਹਾਈਡਰੋਕਸਾਈਡ ਕੱਪੜੇ ਧੋਣ ਵਾਲਾ ਇਹ ਜ਼ਿਆਦਾ ਮਜ਼ਬੂਤ ਹੁੰਦਾ ਥੋੜਾ ਜਿਹਾ ਲਓ ਜੀ ਇੱਕ ਗੱਲ ਹੋਰ ਇਹੋ ਜਿਹਾ ਸਵਾਲ ਪੇਪਰ ਚ ਆ ਜੇ ਕਿ ਬਈ ਮੈਗਨੀਸ਼ੀਆ ਦਾ ਦੁੱਧ ਮੈਗਨੀਸ਼ੀਅਮ ਹਾਈਡਰੋਕਸਾਈਡ ਚੂਨੇ ਦਾ ਪਾਣੀ ਕੈਲਸ਼ੀਅਮ ਹਾਈਡਰੋਕਸਾਈਡ ਆ ਆਪਣਾ ਬਾਰੀਆਂ ਸਾਫ ਕਰਨ ਵਾਲਾ ਜਿਹੜਾ ਵਿੰਡੋ ਕਲੀਨਰ ਅਮੋਨੀਅਮ ਹਾਈਡਰੋਕਸਾਈਡ ਨਾਉਣ ਵਾਲਾ ਸਾਬਣ ਸੋਡੀਅਮ ਹਾਈਡਰੋਕਸਾਈਡ ਇਹ ਸਾਰੇ ਬੇਸ ਨੇ ਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਾਂ ਜੇ ਤੁਸੀਂ ਇੱਕ ਪਾਸੇ ਤਜਾਬ ਐਸਿਡ ਤੇ ਇੱਕ ਪਾਸੇ ਬੇਸ ਨੂੰ ਆਪਸ ਵਿੱਚ ਰਿਐਕਟ ਕਰਾ ਦਿਓ ਇਹ ਦੋਵੇਂ ਆਪਸ ਵਿੱਚ ਨਿਊਟਰਲਾਈਜ਼ ਹੋ ਜਾਣਗੇ ਨਿਊਟਰਲ ਦਾ ਮਤਲਬ ਹੁੰਦਾ ਨਾ ਹੋ ਰਹਿਣਾ ਨਾ ਹੋ ਰਹਿਣਾ ਨਿਊਟਰਲਾਈਜ਼ ਉਦਾਸੀਨੀਕਰਨ ਹੋ ਜਾਊਗਾ ਇਹਦਾ ਇਸੇ ਕਰਕੇ ਜੇ ਤੁਹਾਡੇ ਸਰੀਰ ਦੇ ਅੰਦਰ ਐਸਿਡ ਚਲੇ ਗਿਆ ਤਾਂ ਬੇਸ ਖਾ ਲੋ ਜੇ ਤੁਹਾਡਾ ਸਰੀਰ ਜਾਦਾ ਬੇਸਿਕ ਹੋ ਗਿਆ ਹੈ ਇਹ ਬੇਕਿੰਗ ਸੋਡਾ ਖਾ ਖਾ ਕੇ ਫਿਰ ਸਿੱਟੋ ਨਿੰਬੂ ਪਾਚ ਜਾਊਗਾ ਇਹ ਵੀ ਤਾਂ ਕਲਾਕਾਰੀ ਆ ਨਾ ਬੇਸ ਦਾ ਤੋੜ ਐਸਿਡ ਐ ਐਸਿਡ ਦਾ ਤੋੜ ਬੇਸ ਆ ਪੱਲੇ ਪੈ ਗਈ ਗੱਲ ਸੋ ਆਹ ਸਵਾਲ ਤੁਹਾਡੇ ਪੇਪਰ 'ਚ ਸਿੱਧੇ ਆਉਣੇ ਆ ਕਿ ਕਿੱਥੇ ਕੀ ਤੇ ਕਿੱਥੇ ਕੀ ਮਤਲਬ ਕਿਹੜੇ 'ਚ ਕਿਹੜੀ ਚੀਜ਼ ਪਾਈ ਜਾਂਦੀ ਆ ਤੇ ਕਿਹੜੇ 'ਚ ਕਿਹੜੀ ਚੀਜ਼ ਪਾਈ ਜਾਂਦੀ ਆ ਲਓ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਰੱਟਾ ਮਰਾਤਾ ਕਿ ਐਸਿਡ ਹੈ ਕੀ ਆ ਬੇਸ ਕੀ ਚੀਜ਼ ਆ ਲਓ ਜੀ ਐਸਿਡ ਤੇ ਬੇਸ ਦੀ ਪੂਰੀ ਸਟੋਰੀ ਸਮਝਣ ਤੋਂ ਬਾਅਦ ਕਿ ਕਿਹੜੇ-ਕਿਹੜੇ ਐਸਿਡ ਆ ਐਸਿਡ ਸ਼ਬਦ ਲਾਤੀਨੀ ਭਾਸ਼ਾ ਦਾ ਇੱਕ ਸ਼ਬਦ ਐਸੇਰੀ ਤੋਂ ਆਇਆ ਜਿਹਦਾ ਮਤਲਬ ਹੀ ਖੱਟਾਪਨ ਹੁੰਦਾ ਹੈ ਐਸਿਡ ਦੋ ਪ੍ਰਕਾਰ ਦੇ ਹੁੰਦੇ ਆ ਇੱਕ ਕੁਦਰਤੀ ਤਜਾਬ ਇੱਕ ਜਿਹੜੇ ਜਿਹੜਾ ਕਿ ਸਾਡੇ ਪੌਦਿਆਂ ਚ ਨਾਰਮਲੀ ਪਾਇਆ ਜਾਂਦਾ ਹੈ ਠੀਕ ਹੈ ਸੋ ਐਸਿਡ ਇੱਕ ਤਰੀਕੇ ਨਾਲ ਹੋਰ ਵੰਡੇ ਜਾਣ ਤਾਂ ਕਹਿੰਦੇ ਇੱਕ ਉਹ ਐਸਿਡ ਨੇ ਜਿਹੜੇ ਸਾਡੇ ਪੌਦਿਆਂ ਚ ਪਾਏ ਜਾਂਦੇ ਆ ਇੱਕ ਉਹ ਐਸਿਡ ਨੇ ਜਿਹੜੇ ਪੱਥਰਾਂ ਚ ਖਣਿਜ ਚ ਪਾਏ ਜਾਂਦੇ ਆ ਅਕਸਰ ਦੇਖਣ ਨੂੰ ਮਿਲਿਆ ਕਿ ਜੋ ਖਣਿਜ ਚ ਪਾਏ ਜਾਣ ਵਾਲੇ ਐਸਿਡ ਉਹ ਸਟਰੋਂਗ ਹੀ ਹੁੰਦੇ ਆ ਕਦੇ ਨਹੀਂ ਹੁੰਦਾ ਕਿ ਜਿਹੜੇ ਮਿਨਰਲਸ ਤੋਂ ਪਾਏ ਜਾਣ ਵਾਲੇ ਐਸਿਡ ਆ ਉਹ ਵੀਕ ਹੋਣ ਬਸ ਇੱਕ ਕਾਰਬੋਨਿਕ ਐਸਿਡ ਆ ਰੱਟਾ ਮਾਰ ਲਿਓ ਕਿਹੜਾ ਕਾਰਬੋਨਿਕ ਤਜਾਬ ਇੱਕ ਅਜੀਹਾ ਐਸਿਡ ਹੈ C A R B O N I C ਕਾਰਬੋਨਿਕ ਐਸਿਡ ਇੱਕ ਅਜੀਹਾ ਖਣਿਜ ਤਜਾਬ ਹੈ ਇੱਕ ਅਜੀਹਾ ਮਿਨਰਲ ਐਸਿਡ ਆ ਜਿਹੜਾ ਮਿਨਰਲਸ ਪਾਏ ਜਾਣ ਦੇ ਬਾਵਜੂਦ ਵੀ ਕਮਜ਼ੋਰ ਐਸਿਡ ਆ ਉਹ ਸਟਰੋਂਗ ਐਸਿਡ ਨਹੀਂ ਹੈਗਾ ਬਾਕੀ ਕਿਹੜੇ ਐਸਿਡ ਆ ਜਿਹੜੇ ਮਿਨਰਲਸ ਚੋਂ ਖਣਿਜੇ ਚੋਂ ਨਿਕਲਦੇ ਆ ਸਲਫਿਊਰਿਕ ਐਸਿਡ ਹੋਰ ਕਿਹੜੇ ਐਸਿਡ ਹੋਗੇ ਭਲਾ ਸਲਫਿਉਰਿਕ ਹੋ ਗਿਆ ਨਾਈਟ੍ਰਿਕ ਹੋ ਗਿਆ ਫਾਸਫੋਰਿਕ ਐਸਿਡ ਹੋ ਗਿਆ ਇਹ ਸਾਰੇ ਐਸਿਡ ਇਹ ਸਾਰੇ ਤੇਜਾਬ ਸਟਰੋਂਗ ਐਸਿਡ ਨੇ ਹੱਥ ਤੇ ਪਿਆ ਨਹੀਂ ਹੱਥ ਸਾੜ ਦੇਣਗੇ ਗਲ ਤੇ ਗਿਆ ਨਹੀਂ ਗਲ ਸਾੜ ਦੇਣਗੇ ਫੇਸ ਤੇ ਪਿਆ ਨਹੀਂ ਫੇਸ ਸਾੜ ਦੇਣਗੇ ਮਤਲਬ ਇੰਨੇ ਕੁ ਜ਼ਿਆਦੇ ਖਤਰਨਾਕ ਐਸਿਡ ਨੇ ਇਹ ਪਰ ਇੱਕ ਨਾਰਮਲ ਵੀਕ ਐਸਿਡ ਆਮਲੇ ਦੇ ਵਿੱਚ ਇਹ ਵੀ ਐਸਿਡ ਨੇ ਸਾਰੇ ਨਿੰਬੂ ਦੇ ਵਿੱਚ ਸਿਟ੍ਰਿਕ ਐਸਿਡ ਦੁੱਧ ਦੇ ਵਿੱਚ ਲੈਕਟਿਕ ਐਸਿਡ ਵਿਨੇਗਰ ਦੇ ਵਿੱਚ ਐਸਟਿਕ ਐਸਿਡ ਕਟ ਟੈਮਰਿੰਡ ਦੇ ਵਿੱਚ ਇਮਲੀ ਦੇ ਵਿੱਚ ਟੈਰਟ੍ਰਿਕ ਐਸਿਡ ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਪੇਪਰ 'ਚ ਆ ਸਕਦੀਆਂ ਹਨ ਹੁਣ ਜਿਹੜੀ ਮੱਖੀ ਕੱਟਦੀ ਆ ਫਾਰਮਿਕ ਐਸਿਡ ਜਿਹੜੀ ਸੋ ਜਾ ਦਿੰਦੀ ਆ ਆਪਣੀ ਉਹ ਫਾਰਮਿਕ ਐਸਿਡ ਹੁੰਦਾ ਹੈ ਸੋ ਇਹ ਗੱਲਾਂ ਤਾਂ ਸਾਨੂੰ ਚੰਗੀ ਤਰ੍ਹਾਂ ਸਮਝ ਆ ਗਈਆਂ ਸੋ ਇਹ ਗੱਲਾਂ ਆਪਾਂ ਨੂੰ ਚੰਗੀ ਤਰ੍ਹਾਂ ਬੜੀ ਥੋਰੋਲੀ ਕਲੀਅਰ ਹੋਣੀਆਂ ਚਾਹੀਦੀਆਂ ਸੀਗੀਆਂ ਨੈਕਸਟ ਆਜੋ ਅੱਗੇ ਅੱਗੇ ਤਾਂ ਹੋਰ ਪੜਾਂਗੇ ਖੈਰ ਨੇਚਰਲ ਐਸਿਡਸ ਬੇਸ ਵੀ ਮੈਂ ਦੱਸ ਦਤੇ ਕਾਮਨ ਬੇਸ ਕਿਹੜੇ ਹੁੰਦੇ ਇਹ ਵੀ ਦੱਸਤੇ ਹੁਣ ਇੱਕ ਹੋਰ ਚੀਜ਼ ਬੜੀ ਇੰਪੋਰਟੈਂਟ ਆ ਤੁਹਾਡੇ ਪੇਪਰਾਂ ਚ ਨਾ ਜੋ ਮੈਂ ਪੜਾ ਰਿਹਾ ਆ ਇਹ ਸਿੱਧੇ ਸਿੱਧੇ ਆਪਾਂ ਇੰਪੋਰਟੈਂਟ ਚੀਜ਼ਾਂ ਚੱਕ ਲਈਆਂ ਨਾ ਆਪਾਂ ਬਾਹਲੇ ਲੰਬੇ ਚੌੜੇ ਚੱਕਰਾਂ ਚ ਪਏ ਤਾਂ ਕਿ ਤੁਹਾਨੂੰ ਹਰ ਗੱਲ ਸਮਝ ਆ ਜਾਵੇ ਜਦੋਂ ਤੁਹਾਨੂੰ ਕਿਸੇ ਨੇ ਕਹਤਾ ਫਲਾਣੀ ਚੀਜ਼ ਐਸਿਡ ਆ ਤੁਸੀਂ ਕਹਿਆ ਟੈਸਟ ਕਰਕੇ ਦਿਖਾਓ ਉਹਨੇ ਕਿਹਾ ਫਲਾਣੀ ਚੀਜ਼ ਬੇਸ ਆ ਤੁਸੀਂ ਕਹਿਆ ਟੈਸਟ ਕਰਕੇ ਦਿਖਾਓ ਹੁਣ ਆਪਾਂ ਟੈਸਟ ਕਰ ਲਈਏ ਟੈਸਟ ਕਰਨ ਵਾਲੇ ਨੂੰ ਕਹਿੰਦੇ ਆ ਸੂਚਕ ਇੰਡੀਕੇਟਰ ਬਹੁਤ ਇੰਪੋਰਟੈਂਟ ਟਰਮ ਆ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇੰਡੀਕੇਟਰ ਦਾ ਮਤਲਬ ਆ ਕਿ ਸੂਚਕ ਜਿਹੜਾ ਇਹ ਦੱਸੂਗਾ ਕਿ ਕਿਹੜੀ ਚੀਜ਼ ਐਸਿਡ ਤੇ ਕਿਹੜੀ ਚੀਜ਼ ਬੇਸ ਆ ਕਹਿੰਦੇ ਉਹ ਵਾਲੇ ਉਹ ਪਦਾਰਥ ਜਿਹੜੇ ਇਹ ਦੱਸਣ ਕਿ ਫਲਾਣਾ ਪਦਾਰਥ ਐਸਿਡਿਕਾ ਤਜਾਬ ਆ ਜਾਂ ਖਾਰਾ ਏ ਉਹਨਾਂ ਨੂੰ ਸੂਚਕ ਜਾਨੀ ਕਿ ਇੰਡੀਕੇਟਰ ਕਿਹਾ ਜਾਂਦਾ ਹੈ ਕਿਹੜੀ-ਕਿਹੜੀ ਚੀਜ਼ ਹੈ ਜਿਹੜੀ ਇੰਡੀਕੇਟਰ ਹੋ ਸਕਦੀ ਆ ਵੈਸੇ ਤਾਂ ਬੜੇ ਪ੍ਰਕਾਰ ਦੇ ਇੰਡੀਕੇਟਰ ਆ ਬਹੁਤ ਐਗਜ਼ਾਮਪਲ ਦਿੰਨਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਲੌਂਗ ਦਾ ਤੇਲ ਲੌਂਗ ਦਾ ਤੇਲ ਵੀ ਇੱਕ ਇੰਡੀਕੇਟਰ ਆ ਸੂਚਕ ਆ ਹੋਰ ਦੱਸੋ ਹੋਰ ਕਿਹੜੇ ਫਨੇਫਥਲੀਨ ਸ਼ਾਇਦ ਨਾਮ ਸੁਣਿਆ ਹੋਵੇ ਮੈਂ ਹੋਰ ਦੱਸਦਾ ਪਿਆਜ਼ ਪਿਆਜ਼ ਵੀ ਇੰਡੀਕੇਟਰ ਆ ਜਿਹੜਾ ਪੰਜਾਬ ਤੇ ਉਹਦੇ ਚ ਮੀਨਸ ਕੀ ਖਾਰੇਚ ਐਸਿਡ ਤੇ ਬੇਸ ਚ ਪਛਾਣ ਕਰ ਸਕਦਾ ਕਿਵੇਂ ਕਰ ਸਕਦਾ ਬਾਅਦ ਚ ਦੱਸਦਾ ਮੈਂ ਇੱਕ ਲਿਟਮਸ ਪੇਪਰ ਇਹ ਕੀ ਹੁੰਦਾ ਇੱਕ ਨਾ ਪੌਦਾ ਹੁੰਦਾ ਲਾਈਕਨ ਪਹਾੜਾਂ ਤੇ ਜ਼ਿਆਦਾ ਉੱਗਦਾ ਹੈ ਪਹਾੜੀ ਏਰੀਆ ਚ ਹੁੰਦਾ ਲਾਈਕਨ ਉਹਦੇ ਤੋਂ ਬਣਦਾ ਇੱਕ ਲਿਟਮਸ ਪੇਪਰ ਲਿਟਮਸ ਕਾਗਜ਼ ਉਹ ਬੜਾ ਤਗੜਾ ਇੰਡੀਕੇਟਰ ਆ ਜਿਹੜੇ ਤੁਹਾਡੇ ਚੋ ਸਾਇੰਸ ਸੌਂਸ ਪੜ੍ਹੇ ਆ 9ਵੀਂ 10ਵੀਂ ਚ ਵੈਸੇ ਤਾਂ ਸਾਰੇ ਹੀ ਪੜ੍ਹੇ ਹੋਣਗੇ 11ਵੀਂ ਗੋਰਮੇ ਚ ਜਿਹੜੇ ਲੈਬੋਰੀਆਂ ਚ ਜਾਂਦੇ ਰਹੇ ਆ ਲੈਬਾਂ ਚ ਕੈਮਿਸਟਰੀ ਲੈਬ ਚ ਉਹ ਬੂੰਦ ਜੀ ਉੱਪਰੋਂ ਇੱਕ ਡਿੱਗਦੀ ਸੀ ਪਾਈਪ ਚੋਂ ਠੀਕ ਆ ਨਾਲੀ ਚੋਂ ਉਹ ਥੱਲੇ ਬੂੰਦ ਬੂੰਦ ਡਿੱਗਦੀ ਸੀ ਥੱਲੇ ਵਾਲੇ ਸੋਲੂਸ਼ਨ ਦਾ ਜਿਹੜਾ ਥੱਲੇ ਮਿਸ਼ਰਣ ਹੁੰਦਾ ਸੀ ਉਹਦਾ ਰੰਗ じゃ ਬਦਲ ਜਾਂਦਾ ਸੀ ਉਹ ਜਿਹੜੀ ਚੀਜ਼ ਉਹ ਰੰਗ ਬਦਲਦੀ ਸੀ ਉਹ ਫਨੇਪਥਲੀਨ ਹੁੰਦੀ ਸੀ ਫਨੇਪਥਲੀਨ ਉਹਦੇ ਚ ਇੰਡੀਕੇਟਰ ਸੂਚਕ ਦੇ ਤੌਰ ਤੇ ਪਾਇਆ ਜਾਂਦਾ ਸੀ ਜਿਹੜਾ ਦੱਸ ਦਿੰਦਾ ਸੀ ਕਿ ਇਹਦੇ ਅੰਦਰ ਪਈ ਚੀਜ਼ ਐਸਿਡ ਆ ਕਿ ਬ ਉਹ ਐਸਿਡ ਬੇਸ ਦੀ ਪਛਾਣ ਕਰਨ ਵਾਲੇ ਜਿੰਨੇ ਵੀ ਪਦਾਰਥ ਨੇ ਉਹ ਸਾਰੇ ਦੇ ਸਾਰੇ ਸੂਚਕ ਭਾਵ ਕਹਾਉਂਦੇ ਕੀ ਨੇ ਇੰਡੀਕੇਟਰਸ ਵੈਸੇ ਤਾਂ ਬੜੇ ਨੇ ਜਿਹੜੇ ਮੈਂ ਦੱਸਣੇ ਆ ਪਰ ਮੰਨ ਲਓ ਇੱਕ ਲਿਟਮਸ ਨਾਮ ਦਾ ਇੱਕ ਉਹ ਹੋ ਗਿਆ ਇੱਕ ਫੈਨੇਥਲੀਨ ਹੋ ਗਿਆ ਇਹ ਕੀ ਕੀ ਕਰਦੇ ਆ ਇਹਨੂੰ ਛੱਡੋ ਇਗਨੋਰ ਕਰ ਦਿਓ ਇਸ ਸਟੇਪਲ ਨੂੰ ਕਿਉਂਕਿ ਅੱਗੇ ਤਾਂ ਇਹਨਾਂ ਦੀ ਡਿਟੇਲ ਹੀ ਆਉਣੀ ਆ ਆਜੋ ਕਹਿੰਦੇ ਇਹ ਜਿਹੜੇ ਸੂਚਕ ਹੁੰਦੇ ਨੇ ਇੰਡੀਕੇਟਰਸ ਹੁੰਦੇ ਨੇ ਇਹ ਕਿੰਨੇ ਪ੍ਰਕਾਰ ਦੇ ਨੇ ਕਹਿੰਦੇ ਦੋ ਪ੍ਰਕਾਰ ਦੇ ਇੱਕ ਕੁਦਰਤੀ ਜਿਹੜੇ ਨੇਚਰਲ ਹੁੰਦੇ ਆ ਇੱਕ ਜਿਹੜੇ ਬਾਅਦ ਚ ਰਸਾਇਣਿਕ ਤਰੀਕੇ ਨਾਲ ਕੈਮੀਕਲ ਨਾਲ ਤਿਆਰ ਕੀਤੇ ਜਾਂਦੇ ਆ ਉਹ ਹੁੰਦੇ ਸਿੰਥੈਟਿਕ ਕਹਿੰਦੇ ਕੁਦਰਤੀ ਸੂਚਕ ਕਿਹੜੇ ਆ ਮੀਨਸ ਕੀ ਨੇਚਰਲ ਕਿਹੜੇ ਆ ਲਿਟਮਸ ਕਿਉਂਕਿ ਇਹ ਲਾਈਕਨ ਨਾਮ ਦੇ ਪੌਦੇ ਤੋਂ ਬਣਦਾ ਹੈ ਟਰਮਰਿਕ ਹਲਦੀ ਚਾਈਨਾ ਰੋਜ਼ ਪੈਟਲ ਮੈਨੂੰ ਗੁਦਾਲ ਦਾ ਪੱਤਾ ਜਿਹਨੂੰ ਕਹਿ ਦਿੰਦੇ ਆ ਜਾਂ ਇਸ ਤੋਂ ਬਿਨਾ ਪਿਆਜ਼ ਅਨਿਅਨ ਹੋ ਗਿਆ ਠੀਕ ਆ ਇਸ ਤੋਂ ਬਿਨਾ ਲੌਂਗ ਦਾ ਤੇਲ ਹੋ ਗਿਆ ਇਹ ਸਾਰੇ ਨੇਚਰਲ ਨਹੀਂ ਕੁਦਰਤੀ ਨੇ ਇਹ ਪਹਿਚਾਣ ਦਿੰਦੇ ਆ ਪਹਿਚਾਣਦੇ ਕਿਵੇਂ ਆ ਕਿਸੇ ਦੇ ਉੱਪਰ ਡੋਲ ਕੇ ਪਛਾਣਿਆ ਜਾਂਦਾ ਹੈ ਕਿਸ ਕਿਸੇ ਦਾ 스멜 ਬਦਲ ਜਾਂਦੀ ਆ ਅਨੀਆਂ ਪਿਆਜ਼ ਆ ਜਿਹੜਾ ਪਿਆਜ਼ ਦੀ 스멜 ਬਦਲ ਜਾਂਦੀ ਆ ਜਦੋਂ ਉਹਦੇ ਤੇ ਐਸਿਡ ਜਾਂ ਬੇਸ ਪਾਈਦਾ ਇਟ ਮੀਨਸ ਇਹ ਉਹ ਵਾਲੇ ਇੰਡੀਕੇਟਰਸ ਨੇ ਇਹ ਉਹ ਸੂਚਕ ਨੇ ਇਹ ਉਹ ਸੂਚਕ ਨੇ ਜਿਹੜੇ ਕਿਹਦੇ ਨਾਲ ਪਤਾ ਕਰਦੇ ਆ 스멜 ਨਾਲ ਗੰਧ ਨਾਲ ਸੁਗੰਧ ਮਤਲਬ ਗੰਧ ਨਾਲ ਜੋ 스멜 ਨੂੰ ਗੰਧ ਕਹਿੰਦੇ ਆ ਆਪਾਂ ਕਿਉਂਕਿ ਕਈ ਲੋਕਾਂ ਨੂੰ ਐ ਲੱਗਦਾ ਗੰਧ 네ਗੇਟਿਵ ਸ਼ਬਦ ਗੰਧ ਇੱਕ ਨਿਊਟਰਲ ਸ਼ਬਦ ਆ ਜਦੋਂ ਉਹਦੇ ਅੱਗੇ ਸੂ ਲੱਗ ਜੇ ਤਾਂ ਸੁਗੰਧ ਤੇ ਜੇ ਦੁਰ ਲੱਗ ਜੇ ਤਾਂ ਦੁਰਗੰਧ ਉਹਦੇ ਅੱਗੇ ਪ੍ਰੀਫਿਕਸ ਲਾਉਣੇ ਪ੍ਰੀਫਿਕਸ ਹਾਂ ਪ੍ਰੀਫਿਕਸ ਲਾਉਣੇ ਪੈਂਦੇ ਆ ਪ੍ਰੀਫਿਕਸ ਹਾਂ ਪ੍ਰੀਫਿਕਸ ਲਾਉਣਾ ਪੈਂਦਾ ਫਿਰ ਜਾ ਕੇ ਉਹ ਸ਼ਬਦ ਜਿਹੜਾ ਹੈ ਸਹੀ ਹੁੰਦਾ ਕਹਿੰਦੇ ਜਿਹੜੇ স্মੈਲ ਨਾਲ ਦੱਸਣ ਵਾਲੇ ਸੂਚਕ ਹੁੰਦੇ ਆ ਇੰਡੀਕੇਟਰਸ ਹੁੰਦੇ ਉਹਨਾਂ ਨੂੰ ਕੀ ਕਹਿੰਦੇ ਆ ਉਹਨਾਂ ਨੂੰ ਕਹਿੰਦੇ স্মੈਲ ਵਾਲੇ ਸੂਚਕ স্মੈਲ ਦੀ ਇੰਗਲਿਸ਼ ਹੁੰਦੀ ਆ 올ਫੈਕਟਰੀ ਨੱਕ ਨਾਲ ਸੰਬੰਧਤ ਇੰਡੀਕੇਟਰ ਦਾ ਮਤਲਬ ਹੁੰਦਾ ਸੂਚਕ ਇਸ ਕਰਕੇ ਕਦੇ ਕੋਈ ਕਹੇ ਜੇ ਸਰ 올ਫੈਕਟਰੀ ਇੰਡੀਕੇਟਰਸ ਕੀ ਹੁੰਦੇ ਆ ਜਿਹੜੇ ਗੰਦੀ ਸੂਚਕ ਹੁੰਦੇ ਆ ਜਿਹੜੇ ਗੰਧ ਦੇ ਨਾਲ ਸੂਚਨਾ ਦੇਣ ਕਿ ਫਲਾਣਾ ਐਸਿਡ ਆ ਕਿ ਬੇਸ ਆ ਇਹਦੀ ਐਗਜ਼ਾਮਪਲ ਵੀ ਦੱਸਤੀ ਮੈਂ ਤੁਹਾਨੂੰ ਬਾਕੀ ਸਾਰੇ ਜਿਹੜੇ ਆ ਆ ਜਿਹੜੇ ਆ ਚਾਈਨਾ ਰੋਜ਼ ਪੈਟਰ ਦੇ ਪੱਤੀਆਂ ਹੋ ਗਈਆਂ ਜਾਂ ਲਿਟਮਸ ਹੋ ਗਿਆ ਟਰਮਰਿਕ ਹੋ ਗਿਆ ਇਹਨਾਂ ਦੇ ਉੱਪਰ ਰੰਗ ਬਦਲਦੇ ਆ ਤੇ ਇਹਨਾਂ ਦੀ ਸਮੈਲ ਬਦਲਦੀ ਆ ਕਿਹੜੇ-ਕਿਹਦੀ ਐ ਜਿਹਦੀ 스멜 ਬਦਲਦੀ ਆ ਵਨੀਲਾ ਪਿਆਜ਼ ਲੌਂਗ ਦਾ ਤੇਲ ਇਹ ਉਹ ਆ ਜਿਨ੍ਹਾਂ ਦੀ 스멜 ਬਦਲਦੀ ਆ ਲਾਓ ਰਟਾ ਆ ਤਾਂ ਪਤਾ ਲੱਗ ਗਿਆ ਕਹਿੰਦੇ ਇਹ ਸਾਰੇ ਨੇਚਰਲ ਨੇ ਨੇਚਰਲ ਵੀ ਦੋ ਤਰੀਕੇ ਦੇ ਇੱਕ ਜਿਹੜੇ ਹੁੰਦੇ ਆ ਕਲਰ ਇੰਡੀਕੇਟਰਸ ਜਿਹੜੇ ਰੰਗ ਬਦਲਦੇ ਆ ਇੱਕ ਹੁੰਦੇ ਆ 올ਫੈਕਟਰੀ ਇੰਡੀਕੇਟਰਸ ਜਿਹੜੇ ਸੁਗੰਧ ਸੌਰੀ ਗੰਦ ਬਦਲਦੇ ਆ ਸੁਗੰਧ ਨਹੀਂ ਗੰਦ ਬਦਲਦੇ ਕੀ ਪਤਾ ਕਿਸੇ ਲਈ ਉਹ ਸੁਗੰਧ ਹੋਵੇ ਕਿਸੇ ਲਈ ਉਹ ਦੁਰਗੰਧ ਹੋਵੇ ਕੁਝ ਕਹਿ ਨਹੀਂ ਨਾ ਸਕਦੇ ਐਵੇਂ ਹੀ ਸਿੰਥੈਟਿਕ ਜਿਹੜੇ ਆਰਟੀਫੀਸ਼ੀਅਲ ਹੁੰਦੇ ਆ ਜਿਹੜੇ ਕੀ ਮਤਲਬ ਕਿ ਕੁਦਰਤੀ ਤੌਰ ਤੇ ਨਹੀਂ ਬਣਦੇ ਮਿਥਾਈ ਲੌਰੇਂਜ ਨੈਫਥਲੀਨ ਇਹ ਰੱਟਾ ਮਾਰ ਲਿਓ ਕਿ ਇਹ ਸਿੰਥੈਟਿਕ ਸੂਚਕ ਨੇ ਜਿਹੜੇ ਕੀ ਐਸੈਂਸ਼ਲਿਸਟ ਸੂਚਕ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਜਿਹੜੇ ਕੁਦਰਤੀ ਤੌਰ ਤੇ ਨਾ ਬਣ ਕੇ ਸਿੰਥੈਟਿਕ ਤੌਰ ਤੇ ਲੈਬੋਰੀਟਰੀ ਚ ਤਿਆਰ ਹੋਏ ਆ ਲਓ ਜੀ ਤੁਹਾਨੂੰ ਮੈਂ ਸੂਚਕ ਪੜਾਤੇ ਕਿਹੜੇ ਕਿਹੜੇ ਆ ਅੱਗੇ ਵੀ ਦੱਸਦੇ ਗੰਧ ਸੁਗੰਧ ਵਾਲੇ ਹੁਣ ਕਿਉਂ ਨਾ ਆਪਾਂ ਜਿਹੜੇ ਆ ਸੂਚਕ ਨਿਕਲ ਨੇਚੁਰਲ ਇੰਡੀਕੇਟਰਸ ਨੇ ਇਹਨਾਂ ਨੂੰ ਆਪਾਂ ਪੜਨ ਲਈਏ ਬੜੀ ਘੈਂਟ ਆ ਸਾਇੰਸ ਮੀਨਸ ਕੀ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਜੇ ਆਪਾਂ ਇਹਨੂੰ ਤਰੀਕੇ ਨਾਲ ਪੜਹੀਏ ਤਾਂ ਆਪਣਾ ਇਹ ਕਾਫੀ ਕਨਸੈਪਟ ਕਲੀਅਰ ਕਰ ਸਕਦੀ ਹੈ ਠੀਕ ਹੈ ਜਿਵੇਂ ਆਪਾਂ ਨੈਚੁਰਲ ਇੰਡੀਕੇਟਰਸ ਦੀ ਜੇ ਗੱਲ ਕਰੀਏ ਆਪਾਂ ਗੌਰ ਫਰਮਾਇਓ ਨੈਚੁਰਲ ਇੰਡੀਕੇਟਰਸ ਦੀ ਜੇ ਆਪਾਂ ਹੁਣ ਗੱਲ ਕਰੀਏ ਦਾ ਸਭ ਤੋਂ ਪਹਿਲਾ ਇੰਡੀਕੇਟਰ ਜੋ ਮੇਰੀ ਨਿਗਾਹ 'ਚ ਆਇਆ ਥੈਟ ਇਜ਼ ਲਿਟਮਸ ਕੋਰ ਫਰਮਾਇਓ ਜੋ ਮੇਰੀ ਨਿਗਾਹ 'ਚ ਆਇਆ ਥੈਟ ਇਜ਼ ਲਿਟਮਸ ਲਿਟਮਸ ਕੀ ਚੀਜ਼ ਆ ਲਿਟਮਸ ਇੱਕ ਅਜੀਹਾ ਕੁਦਰਤੀ ਸੂਚਕ ਹੈ ਜਿਹੜਾ ਐਸਿਡ ਜਾਂ ਬੇਸ ਦੀ ਪਛਾਣ ਕਿਵੇਂ ਕਰਦਾ ਏ ਉਹ ਦੱਸਦਾ ਪਰ ਇਹਨੂੰ ਇੱਕ ਪਹਾੜਾਂ 'ਚੋਂ ਮਿਲਣ ਵਾਲੇ ਲਾਈਕਰ ਨਾਮ ਦੇ ਪੌਦੇ 'ਚੋਂ ਪਾਇਆ ਜਾਂਦਾ ਏ ਇਹ ਰੰਗ ਬਦਲਦਾ ਏ ਕਿਵੇਂ ਕਹਿੰਦੇ ਜਿਹੜਾ ਤਾਂ ਜੇ ਆਪਾਂ ਇਹ ਦੋ ਰੰਗ ਦਾ ਹੁੰਦਾ ਏ ਇੱਕ ਰੈੱਡ ਲਿਟਮਸ ਇੱਕ ਬਲੂ ਕਹਿੰਦੇ ਜੇ ਆਪਾਂ ਜਿਹੜਾ ਬਲੂ ਤੋਂ ਰੈੱਡ ਕਰਦੇ ਐਸਿਡ ਨੂੰ ਇਹ ਬੜੀ ਕਨਫਿਊਜ਼ਿੰਗ ਜੀ ਗੱਲ ਆ ਮੈਂ ਸਮਝਾ ਦਿੰਦਾ ਮੰਨ ਲਓ ਜੇ ਤੁਸੀਂ ਨੀਲੇ ਰੰਗ ਦਾ ਲਿਟਮਸ ਪੇਪਰ ਕਿਸੇ ਤਜਾਬ ਚ ਪਾਇਆ ਤੇ ਉਹਨੇ ਲਾਲ ਰੰਗ ਦਾ ਕਰਤਾ ਤਾਂ ਸਮਝ ਲਓ ਤਜਾਬ ਆ ਜੇ ਉਹਨੇ ਨੀਲੇ ਰੰਗ ਨੂੰ ਨੀਲੇ ਰੰਗ ਦਾ ਹੀ ਰੱਖਿਆ ਫਿਰ ਉਹ ਬੇਸ ਆ ਜੇ ਜੇ ਉਹਨੇ ਰੈੱਡ ਤੋਂ ਬਲੂ ਕਰਤਾ ਤਾਂ ਸਮਝ ਲਓ ਉਹ ਬੇਸ ਆ ਤੇ ਜੇ ਉਹਨੇ ਕੁਛ ਨਾ ਬਦਲਿਆ ਫਿਰ ਉਹ ਰੈੱਡ ਆ ਇਟ ਮੀਨਸ ਪੰਜਾਬੀ ਸੁਣੋ ਕਿ ਜਿਹੜਾ ਲਿਟਮਸ ਜਿਹੜਾ ਲਿਟਮਸ ਪੇਪਰ ਹੁੰਦਾ ਹੈ ਨੀਲੇ ਰੰਗ ਦਾ ਲਿਟਮਸ ਪੇਪਰ ਜਿਹੜਾ ਏ ਉਹ ਰੈੱਡ ਚ ਬਦਲ ਜਾਂਦਾ ਤਾਂ ਸਮਝ ਲਓ ਕਿ ਜਿਹੜੇ ਸੋਲੂਸ਼ਨ ਚ ਪਾਇਆ ਹੈ ਜਿਹੜੇ ਮਿਸ਼ਰਣ ਚ ਪਾਇਆ ਹੈ ਉਹ ਤਜਾਬੀ ਆ ਜੇ ਲਾਲ ਰੰਗ ਦਾ ਲਿਟਮਸ ਪੇਪਰ ਗੌਰ ਫਰਿਓ ਲਾਲ ਰੰਗ ਦਾ ਲਿਟਮਸ ਪੇਪਰ ਨੀਲੇ ਚ ਬਦਲ ਗਿਆ ਤਾਂ ਸਮਝ ਲਓ ਜਿਹੜੇ ਸੋਲੂਸ਼ਨ ਚ ਪਾਇਆ ਹੈ ਉਹ ਬੇਸਿਕ ਸੋਲੂਸ਼ਨ ਆ ਉਹ ਖਾਰਾ ਮਿਸ਼ਰਣ ਆ ਜੇ ਲਾਲ ਰੰਗ ਦਾ ਚੱਕ ਕੇ ਇਹਦੇ ਚ ਪਾ ਦੀਏ ਤੇ ਨੀਲੇ ਰੰਗ ਦਾ ਚੱਕ ਕੇ ਇਹਦੇ ਚ ਪਾ ਦੀਏ ਫਿਰ ਇਹ ਕੰਮ ਨਹੀਂ ਕਰੂਗਾ ਸੋ ਇਹ ਲਿਟਮਸ ਪੇਪਰ ਦੇ ਤਰੀਕੇ ਨਾਲ ਕਿਸੇ ਤਜਾਬ ਅਮਲ ਜਾਂ ਕਿਸੇ ਖਾਰੇ ਨੂੰ ਚੈੱਕ ਕਰਨ ਦਾ ਇੱਕ ਤਰੀਕਾ ਹੈ ਸਭ ਤੋਂ ਪਹਿਲੀ ਗੱਲ ਸਮਝਾਤੀ ਮੈਂ ਉਹਨਾਂ ਨੇ ਨੀਲੇ ਰੰਗ ਦੀ ਜਗ੍ਹਾ ਤੇ ਪਰਪਲ ਸ਼ਬਦ ਵਰਤਿਆ ਬਸ ਇੱਕੋ ਜੀ ਗੱਲ ਆ ਠੀਕ ਆ ਸੋ ਜੇ ਕੋਈ ਮੈਨੂੰ ਕਵੇ ਕਿ ਜੀ ਸਰ ਇਹ ਦੱਸੋ ਕਿ ਚੂਨੇ ਦਾ ਪਾਣੀ ਆ ਚੂਨਾ ਤੇ ਮੈਂ ਪੜਾਇਆ ਸੀ ਲਾਈਮ ਵਾਟਰ 베이스 ਹੁੰਦਾ ਹੈ ਲਾਈਮ ਵਾਟਰ ਕੀ ਹੁੰਦਾ ਹੈ ਲਾਈਮ ਵਾਟਰ ਇਜ਼ ਅ 베이스 ਇਹ ਇੱਕ ਖਾਰਾ ਹੈ ਤੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜਾ ਖਾਰਾ ਹੁੰਦਾ ਹੈ 베이스 ਆ ਉਹਦੇ ਤੇ ਫਾਰਮੂਲਾ ਕੀ ਲੱਗੂਗਾ ਜਿਹਨੂੰ ਭੁੱਲ ਗਿਆ ਆ ਜਾਓ 베이스 ਤੇ ਫਾਰਮੂਲਾ ਲੱਗਣਾ ਹੈ ਖਾਰੇਪਣ ਤੇ ਫਾਰਮੂਲਾ ਲੱਗਣਾ ਹੈ ਕਿ ਲਾਲ ਲਿਟਮਸ ਬਲੂ ਚ ਕਨਵਰਟ ਹੋ ਜਾਊਗਾ ਕਹਿੰਦਾ ਜੇ ਆਪਾਂ ਲਾਲ ਲਿਟਮਸ ਪਾਇਆ ਇਫੈਕਟ ਆਫ ਰੈਡ ਲਿਟਮਸ ਕਹਿੰਦਾ ਨੀਲੇ ਚ ਕਹਿੰਦਾ ਜੇ ਆਪਾਂ ਨੀਲਾ ਪਾਇਆ ਉਹਦੇ ਤੇ ਕੋਈ ਪ੍ਰਭਾਵ ਨਹੀਂ ਕਿਉਂਕਿ 베이스 ਲੈਮਨ ਜੂਸ ਤੱਕੋ ਲੇਮਨ ਜੂਸ ਕੀ ਆ ਐਸਿਡ ਤੁਹਾਨੂੰ ਵੀ ਪਤਾ ਹੈ ਮੈਂ ਦੱਸਿਆ ਲੈਮਨ ਜੂਸ ਐਸਿਡ ਆ ਇਹਦਾ ਕੀ ਮਤਲਬ ਹੋਊਗਾ ਐਸਿਡ ਆ ਇਹਨੇ ਬਲੂ ਲਿਟਮਸ ਤੇ ਜੇ ਪਾਵਾਂਗੇ ਉਹਨੂੰ ਲਾਲ ਕਰ ਦੇਣਾ ਪਰ ਜੇ ਲਾਲ ਤੇ ਪਾਵਾਂਗੇ ਕੋਈ ਅਸਰ ਨਹੀਂ ਹਾਂ ਹੁਣ ਸਮਝ ਆ ਗਈ ਵਿਨੇਗਰ ਵਿਨੇਗਰ ਵੀ ਸਿਟ੍ਰਿਕ ਐਸਿਡ ਆ ਉਹਦੇ ਚ ਵੀ ਤਜਾਬ ਹੁੰਦਾ ਹੈ ਇਹਦਾ ਮਤਲਬ ਜੇ ਤਜਾਬ ਆ ਵਿਨੇਗਰ ਬਲੂ ਲਿਟਮਸ ਤੇ ਕੀ ਪ੍ਰਭਾਵ ਪਾਊਗਾ ਲਾਲ ਹੋ ਜਾਊਗਾ ਲਾਲ ਲਿਟਮਸ ਤੇ ਕੀ ਪ੍ਰਭਾਵ ਪਾਊਗਾ ਕੋਈ ਪ੍ਰਭਾਵ ਨਹੀਂ ਪਾਊਗਾ ਇਟ ਮੀਨਸ ਤੁਹਾਨੂੰ ਪੇਪਰ 'ਚ ਕਨਫਿਊਜ਼ ਕਰ ਸਕਦੇ ਐਵੇਂ ਇਹ ਅਮੀ ਦਾ ਸਵਾਲਾਂ ਛੋਟੇ ਜਿਹੇ ਪੇਪਰ ਚ ਵੀ ਆ ਸਕਦਾ ਹਲਕਾ ਜਿਹਾ ਪੇਪਰ ਤੁਸੀਂ ਨਾ ਮੰਨ ਲਓ ਕਿ ਤੁਸੀਂ ਕੋਈ 8ਵੀਂ 9ਵੀਂ ਦੇ ਲੈਵਲ ਦਾ ਪੇਪਰ ਦੇਣ ਗਏ ਹੋ ਮੰਨ ਲਓ ਕਨਸਟੇਬਲ ਲੈਵਲ ਦਾ ਪੇਪਰ ਜਾਂ ਆਰਮੀ ਲੈਵਲ ਦਾ ਪੇਪਰ ਕੋਈ ਕਨਸਟੇਬਲ ਲੈਵਲ ਦਾ ਪੇਪਰ ਕਲਰਕ ਲੈਵਲ ਦਾ ਪੇਪਰ ਉਹਦੇ ਚ ਸਵਾਲ ਤਾਂ ਮੈਂ ਮੰਨਦਾ ਹਾਂ ਨਾ ਪੀਸੀਐਸ ਦੇ ਪੇਪਰਾਂ ਤੱਕ ਵੀ ਇਹ ਸਵਾਲ ਆ ਜਾਂਦੀ ਹੈ ਸਟੇਟਮੈਂਟਾਂ ਬਣ ਕੇ ਕਿਵੇਂ ਕਿ ਜੇਕਰ ਅਸੀਂ ਲਾਈਮ ਚੂਨੇ ਦੇ ਪਾਣੀ ਤੇ ਚੂਨੇ ਦੇ ਪਾਣੀ ਨੂੰ ਉਹਦੇ ਚ ਪਾਈਏ ਲਾਲ ਲਿਟਮਸ ਰੈੱਡ ਲਿਟਮਸ ਪਾਈਏ ਇਟ ਕਨਵਰਟਸ ਟੂ ਥਿਸ ਜੇਕਰ ਅਸੀਂ ਨਮਕ ਨੂੰ ਉਹਦੇ ਚ ਪਾਈਏ ਇਟ ਕਨਵਰਟਸ ਇਨਟੂ ਥਿਸ ਉਹ ਉਸ ਵਿੱਚ ਬਦਲ ਜਾਂਦਾ ਹੈ ਜੇਕਰ ਉਹਨੂੰ ਅਸੀਂ ਉਹਦੇ ਚ ਪਾਈਏ ਤਿੰਨ ਸਟੇਟਮੈਂਟਾਂ ਦੇਤੀਆਂ ਦੱਸੋ ਕਿਹੜੀ ਕਿਹੜੀ ਸਟੇਟਮੈਂਟ ਸਹੀ ਹੈ ਪਹਿਲੀ ਅਤੇ ਦੂਜੀ ਬੰਦਾ ਲੰਮੀਆਂ ਲੰਮੀਆਂ ਸਟੇਟਮੈਂਟਾਂ ਦੇਖ ਕੇ ਉਲਝ ਜਾਂਦਾ ਹੈ ਉਲਝਣ ਵਾਲੀ ਕੀ ਗੱਲ ਆ ਯਾਰ ਸਾਫ਼ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਗੱਲ ਹੋਰ ਕਾਮਨ ਸਾਲਟ ਨਮਕ ਤੇ ਆਜੋ ਤੁਸੀਂ ਕਹੋਗੇ ਸਰ ਇਹਦੇ ਤੇ ਕੀ ਫਰਕ ਪਊਗਾ ਤੁਸੀਂ ਹੈਰਾਨ ਹੋ ਜਾਓਗੇ ਕਿ ਕੋਈ ਫਰਕ ਨਹੀਂ ਪੈਣਾ। ਵਜਾ ਕਾਮਨ ਸਾਲਟ ਤੇ ਫਰਕ ਕਿਉਂ ਨਹੀਂ ਪਿਆ? ਕਾਮਨ ਸਾਲਟ ਤੇ ਫਰਕ ਨਾ ਪੈਣ ਦਾ ਕਾਰਨ ਸਮਝੋ ਕੀ ਹੈ? ਤੇ ਜੇ ਇਹ ਗੱਲ ਸਮਝ ਆ ਗਈ ਤਾਂ ਸਿਰਾ। ਵੈਸੇ ਤਾਂ ਮੈਂ ਕਾਮਨ ਸਾਲਟ ਤੇ ਹਜੇ ਫਰਕ ਦੱਸ ਨਹੀਂ ਸਕਦਾ। ਉਹਦੇ ਲਈ ਸੌਰੀ ਪਰ ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ। ਕਹਿੰਦੇ ਜਦੋਂ ਤਜਾਬ ਅਮਲ ਜਾਂ ਤਜਾਬ ਨੂੰ ਖਾਰੇਚ 베이스 ਮਿਲਾ ਦਈਏ ਤਾਂ ਉਹ ਬਣਦਾ ਹੈ ਸਾਲਟ। ਤੇ ਇਹਨਾਂ ਦੋਵਾਂ ਨੂੰ ਐਸਿਡ ਤੇ ਬੇਸ ਨੂੰ ਮਿਲਾ ਕੇ ਜਿਹੜਾ ਸਾਲਟ ਬਣਦਾ ਹੈ ਉਹ ਦਾ ਪੀ ਐਚ ਨਿਊਟਰਲ ਹੁੰਦਾ ਹੈ ਉਦਾਸੀਨੀ ਉਦਾਸੀਨ ਹੁੰਦਾ ਹੈ ਉਹ ਉਦਾਸੀਨ ਦਾ ਮਤਲਬ ਆ ਕਿ ਨਾ ਤਾਂ ਉਹ ਇਹ ਤੇ ਨਾ ਉਹ ਕਿਹੜਾ ਸਾਲਟ ਕਿਸੇ ਵੀ ਸਾਲਟ ਜੇ ਕਿਸੇ ਨੇ ਕਹਤਾ ম্যাগਨੀਸ਼ੀਅਮ ਕਲੋਰਾਇਡ ਤੁਸੀਂ ਮੇਰੇ ਤੋਂ ਨਾਮ ਸੁਣੋ ਕੈਲਸ਼ੀਅਮ ਕਲੋਰਾਇਡ ম্যাগਨੀਸ਼ੀਅਮ ਕਲੋਰਾਇਡ ਸੋਡੀਅਮ ਕਲੋਰਾਇਡ ਇਸ ਜਿਨ੍ਹਾਂ ਦੇ ਮਗਰ ਐਵੇਂ ਦੇ ਨਾਮ ਆ ਰਹੇ ਹਨ ਇਹ ਸਾਰੇ ਸਾਲਟ ਨੇ ਕੈਲਸ਼ੀਅਮ ਸਲਫੇਟ ਮੈਗਨੀਸ਼ੀਅਮ ਸਲਫੇਟ ਕੈਲਸ਼ੀਅਮ ਕਾਰਬੋਨੇਟ ਮੈਂ ਸਾਰੇ ਤਾਂ ਨਹੀਂ ਦੱਸ ਸਕਦਾ ਬੋਲ ਬੋਲ ਕੇ ਕਿੰਨੇ ਦੱਸ ਤੇ ਸ਼ਾਇਦ ਇਹੀ ਪੇਪਰ ਚ ਇਹ ਉਹ ਨੇ ਜਿਹੜੇ ਬਾਰੇ ਮਸ਼ਹੂਰ ਹੁੰਦੇ ਆ ਇਹ ਸਾਰੇ ਨਮਕ ਹੁੰਦੇ ਆ ਸਾਲਟ ਹੁੰਦੇ ਆ ਤੇ ਸਾਲਟ ਨਾ ਐਸਿਡਿਕ ਹੁੰਦੇ ਆ ਨਾ ਬੇਸਿਕ ਹੁੰਦੇ ਆ ਨਾ ਖਾਰੇ ਹੁੰਦੇ ਆ ਨਾ ਉਹ ਤਜਾਬੀ ਹੁੰਦੇ ਆ ਇਸ ਕਰਕੇ ਉਹਨਾਂ ਤੇ ਪਾਏ ਲਿਟਮਸ ਨੇ ਕੋਈ ਅਸਰ ਨਹੀਂ ਦਿਖਾਉਣਾ ਐਵੇਂ ਦਾ ਸਵਾਲ ਜੇ ਪੇਪਰ 'ਚ ਆ ਗਿਆ ਕੋਈ ਸਟੇਟਮੈਂਟ ਬਣ ਕੇ ਜਸ ਸਧਾਰਨ ਜਿਹਾ ਸਵਾਲ ਤੁਹਾਡੇ ਨਾਰਮਲ ਜੇ ਪੇਪਰ 'ਚ ਦਾਬੇ ਹੋਣਾ ਹੁਣ ਕੱਢ ਦਿਓ ਤੁਹਾਨੂੰ ਘੱਟੋ ਘੱਟ ਪਤਾ ਤਾਂ ਲੱਗੇ ਟੂਟੀ ਵਾਲਾ ਪਾਣੀ 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 ਵੈਸੀ ਨਿਊਟਰਲ ਹੁੰਦਾ ਹੈ ਪਾਣੀ ਦਾ ਪੀ ਐਚ 7 ਹੁੰਦਾ ਹੈ ਦੁੱਧ ਦਾ ਪੀ ਐਚ 7 ਤੋਂ ਥੋੜਾ ਜਿਹਾ ਘੱਟ ਹੁੰਦਾ ਹੈ ਕਿਉਂ ਦੁੱਧ 'ਚ ਲੈਕਟਿਕ ਐਸਿਡ ਹੈ ਤੇ ਲੈਕਟਿਕ ਐਸਿਡ ਐਸ ਡੀ ਦਾ ਤੇ ਉਹਦਾ ਮਤਲਬ ਪੀ ਐਚ 7 ਤੋਂ ਘੱਟ ਬਹੁਤ ਘੱਟ ਨਹੀਂ ਹੋਊਗਾ ਫਿਰ ਦੁੱਧ ਪੀ ਕਿਵੇਂ ਲਿਆ ਕਿਉਂਕਿ ਜੇ ਬਹੁਤ ਘੱਟ ਪੀ ਐਚ ਉਹਦਾ 1 2 ਦੇ ਨੇੜੇ ਆ ਫਿਰ ਤਾਂ ਉਹ ਸਟਰੋਂਗ ਐਸਿਡ ਆ ਫਿਰ ਤਾਂ ਬੜਾ ਮਜ਼ਬੂਤ ਤਜਾਬ ਆ ਬੜਾ ਤਾਕਤਵਰ ਤਜਾਬ ਆ ਉਹ ਤਾਂ ਪੀਤਾ ਹੀ ਨਹੀਂ ਜਾ ਸਕਦਾ ਸਾਰੀਆਂ ਗੱਲਾਂ ਸਮਝ ਆ ਗਈਆਂ ਦੱਸੋ ਯਾਰ ਬੇਕਿੰਗ ਸੋਡੇ ਦਾ ਕੀ ਸੀਨ ਆ ਬੇਕਿੰਗ ਸੋਡੇ ਬਾਰੇ ਦੱਸ ਦਿਓ ਮੈਨੂੰ ਤੁਸੀਂ ਆਪ ਸਿਆਣੇ ਹੋ ਬੇਕਿੰਗ ਸੋਡਾ ਮੈਂ ਪੜਾਇਆ ਸੀ بیس ਆ ਤੇ بیس ਦਾ ਕੀ ਆ ਬੇਸ ਦੀ ਖਾਸੀਅਤ ਇਹ ਆ ਕਿ ਜਿਹੜਾ ਐਸਿਡ ਹੁੰਦਾ ਹੈ ਉਹਨੇ ਬਲੂ ਨੂੰ ਰੈੱਡ ਚ ਕਨਵਰਟ ਕਰਨਾ ਹੁੰਦਾ ਹੈ ਤੇ ਰੈੱਡ ਤੇ ਕੋਈ ਅਸਰ ਨਹੀਂ ਤੇ ਜਿਹੜਾ ਬੇਸ ਹੁੰਦਾ ਹੈ ਉਹਨੇ ਰੈੱਡ ਨੂੰ ਬਲੂ ਚ ਕਨਵਰਟ ਕਰਨਾ ਹੁੰਦਾ ਤੇ ਦੂਜੇ ਤੇ ਕੋਈ ਅਸਰ ਨਹੀਂ ਸੋ ਜਦੋਂ ਤੇ ਆਪਾਂ ਉਹਨੂੰ ਇਧਰ ਦੇਖੋ ਰੈੱਡ ਵਾਲੇ ਤੇ ਰੱਖਿਆ ਰੈੱਡ ਵਾਲੇ ਤੇ ਰੱਖਿਆ ਤਾਂ ਉਹਨੇ ਬਲੂ ਚ ਕਨਵਰਟ ਕਰਤਾ ਤੇ ਬਲੂ ਵਾਲੇ ਤੇ ਕੋਈ ਫਰਕ ਹੀ ਨਹੀਂ ਪਾਇਆ ਇਟ ਮੀਨਸ ਤੁਹਾਨੂੰ ਸਾਰੀ ਗੱਲ ਸਮਝ ਆ ਗਈ ਹੁਣ ਕਿ ਬਈ ਇਹ ਚੀਜ਼ਾਂ ਪੇਪਰ ਚ ਕਿਵੇਂ ਆ ਸਕਦੀਆਂ ਸਿੱਧੀਆਂ ਵੀ ਆ ਸਕਦੀਆਂ ਐ ਕਿ ਭਈ ਜੇ ਆਪਾਂ ਇੱਕ ਬੇਕਿੰਗ ਸੋਡੇ ਤੇ ਨੂੰ ਲਾਲ ਰੰਗ ਦੇ ਲਿਟਮਸ ਉਹਦੇ ਵਿੱਚ ਪਾਤਾ ਇਟ ਟਰਨਸ ਇਨਟੂ ਬਲੂ ਜਾਂ yellow ਜਾਂ نو ਇਫੈਕਟ ਜਾਂ ਚੌਥਾ ਰੰਗ ਦੋ ਹੀ ਹੋਣਗੇ ਜਾਂ ਤਾਂ ਉਹ ਬਲੂ ਹੋ ਜਾਊਗਾ ਰੈੱਡ ਵਾਲਾ ਤੇ ਜਾਂ نو ਇਫੈਕਟ ਇਹ ਦੇਖਣਾ ਪੈਣਾ ਹੈ ਕਿ ਬੇਕਿੰਗ ਸੋਡਾ ਐਸਿਡ ਆ ਕਿ ਬੇਸ ਆ ਤੇਜਾਬ ਆ ਕਿ ਖਾਰਾ ਹੈ ਬਸ ਉਸੇ ਹਿਸਾਬ ਨਾਲ ਦਿਮਾਗ ਲੱਗ ਜਾਣਾ ਲਓ ਜੀ ਹੁਣ ਮੰਨ ਲਓ ਜੇ ਤੁਹਾਨੂੰ ਕਿਸੇ ਨੇ ਕਹਿਤਾ ਕਿ ਅਸੀਂ ਆਪਣੀ ਉਹ ਜਿਹੜੀ ਮੀਂਹ ਦਾ ਪਾਣੀ ਇਕੱਠਾ ਕੀਤਾ ਗੌਰ ਫਰਮਾਇਓ ਉਹੀ ਗੱਲਾਂ ਨਹੀਂ ਮੈਂ ਮੀਂਹ ਦਾ ਪਾਣੀ ਇਕੱਠਾ ਕੀਤਾ ਠੀਕ ਆ ਤੇ ਅਸੀਂ ਕੀ ਕੀਤਾ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਉਹਦੇ ਮੀਂਹ ਦਾ ਪਾਣੀ ਜਿਹੜਾ ਸੀਗਾ ਉਹਨੂੰ ਇਕੱਠਾ ਕੀਤਾ ਉਹਦੇ ਵਿੱਚ ਅਸੀਂ ਪਾਤਾ ਬਲੂ ਲਿਟਮਸ ਉਹ ਰੈੱਡ ਹੋ ਗਿਆ ਇਹਦਾ ਕੀ ਮਤਲਬ ਆ ਭਈ ਮੀਂਹ ਦੇ ਪਾਣੀ ਚ ਨੀਲੇ ਰੰਗ ਦਾ ਲਿਟਮਸ ਪੇਪਰ ਪਾਤਾ ਉਹ ਰੈੱਡ ਹੋ ਗਿਆ ਇਹਦਾ ਕੀ ਮਤਲਬ ਆ ਜੀ ਯਾਰ ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਜਿਹੜਾ ਮੀਂਹ ਦਾ ਪਾਣੀ ਸੀ ਉਹ ਚ ਐਸਿਡ ਸੀ ਤਾਂ ਹੀ ਤਾਂ ਬਲੂ ਤੋਂ ਰੈੱਡ ਨੀਲੇ ਤੋਂ ਲਾਲ ਹੋ ਗਿਆ ਇਹਦਾ ਮਤਲਬ ਮੀਂਹ ਦੇ ਪਾਣੀ 'ਚ ਤਜਾਬ ਹੁੰਦਾ ਹੈ ਯੈਸ ਪੰਜਾਬੀ ਮੀਂਹ ਕਹਿੰਦੇ ਮੀਂਹ ਦੇ ਵਿੱਚ ਵੀ ਦੋ ਤਰੀਕੇ ਦੇ ਤਜਾਬ ਦੇਖੇ ਗਏ ਆ ਕਿਉਂਕਿ ਸਾਡੀ ਹਵਾ ਦੇ ਵਿੱਚ ਗੌਰ ਫਰਮਾਇਓ ਸਾਡੀ ਹਵਾ ਦੇ ਵਿੱਚ ਕਾਰਬਨ ਡਾਈਆਕਸਾਈਡ ਹੁੰਦੀ ਹੈ ਉਹ ਬਣਦੀ ਆ ਕਾਰਬੋਨਿਕ ਐਸਿਡ ਪੰਜਾਬੀ 'ਚ ਕੀ ਲਿਖਾਂ ਮੈਂ ਕਾਰਬੋਨਿਕ ਐਸਿਡ ਦਾ ਸਾਇੰਸ ਦਾ ਫਾਰਮੂਲਾ ਲਿਖ ਦਿੰਦਾ HCO3 ਛੱਡੋ ਯਾਰ ਜਿਹਨੂੰ ਨਹੀਂ ਆਉਂਦਾ ਆਪਾਂ ਕੀ ਲੈਣਾ ਹਵਾ ਦੇ ਵਿੱਚ ਹੁੰਦੀ ਆ ਸਲਫਰ ਡਾਈਆਕਸਾਈਡ ਉਹ ਬਣਦੀ ਆ ਸਲਫਿਊਰਿਕ ਐਸਿਡ H2SO4 ਹਵਾ ਦੇ ਵਿੱਚ ਹੁੰਦੀ ਹੈ ਨਾਈਟ੍ਰੋਜਨ ਡਾਈਆਕਸਾਈਡ ਉਹ ਬਣਦੀ ਹੈ ਨਾਈਟ੍ਰਿਕ ਐਸਿਡ ਐਚ ਐਨਓ ਦੇ ਪੈਰ 'ਚ ਤਿੰਨ ਨਾਈਟ੍ਰਿਕ ਐਸਿਡ ਨਾਈਟ੍ਰਿਕ ਐਸਿਡ ਸਲਫਿਊਰਿਕ ਐਸਿਡ ਤਾਂ ਹੁੰਦੇ ਆ ਸਟਰੋਂਗ ਐਸਿਡ ਬੜੇ ਮਜ਼ਬੂਤ ਇੱਕੋ ਇੱਕ ਮਿਨਰਲ ਐਸਿਡ ਆ ਜਿਹੜਾ ਮਿਨਰਲਸ ਦੇ ਵਿੱਚ ਲੱਭਦਾ ਹੈ ਖਨੀਜੇ 'ਚੋਂ ਲੱਭਦਾ ਹੈ ਤੇ ਵੀਕ ਹੁੰਦਾ ਹੈ ਉਹ ਕਾਰਬੋਨਿਕ ਐਸਿਡ ਆ ਐਚ ਸੀਓ ਦੇ ਪੈਰ 'ਚ ਤਿੰਨ ਪੇਪਰ 'ਚ ਸਿੱਧਾ ਰੱਟਾ ਮਾਰਿਓ ਕਿ ਮਿਨਰਲਸ 'ਚੋਂ ਮਿਲਣ ਵਾਲਾ ਬਾਕੀ ਤਾਂ ਜਿਹੜੇ ਵੀਕ ਐਸਿਡ ਆ ਵਿਨੇਗਰ ਮਨੂਗਰੋ ਤੇ ਪੌਦਿਆਂ ਤੋਂ ਮਿਲਦੇ ਆ मिनरल्स ਛੋ ਮਿਲਣ ਵਾਲਾ ਇਕਲੌਤਾ ਵੀਕ ਐਸਿਡ ਕਿਹੜਾ ਹੈ ਕਾਰਬੋਨਿਕ ਐਸਿਡ ਮੋਸਟ ਇੰਪੋਰਟੈਂਟ ਗੱਲ ਆ ਚੱਕੋ ਜੀ ਤੁਹਾਡੇ ਸਾਹਮਣੇ ਆ ਸੋ ਇਹ ਗੱਲ ਬਹੁਤ 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 ਇੰਪੋਰਟੈਂਟ ਸੀ ਸੋ ਇਹ ਵੀ ਆਪਾਂ ਗੱਲ ਚੰਗੀ ਤਰ੍ਹਾਂ ਕਵਰ ਕਰ ਲਈ ਲਓ ਜੀ ਇਹ ਸਾਨੂੰ ਐਸਿਡਸ ਦੀ ਕਹਾਣੀ ਪਤਾ ਲੱਗੀ ਪਰ ਇੱਕ ਲਿਟਮਸ ਪੇਪਰ ਵਾਲਾ ਟੌਪਿਕ ਜਿਹੜਾ ਹੈ ਉਹਦੇ ਥਰੂ ਹੀ ਆਪਾਂ ਇਸ ਚੀਜ਼ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਹੈ ਸੋ ਇਹ ਬੜਾ ਇੰਪੋਰਟੈਂਟ ਪੁਆਇੰਟ ਸੀਗਾ ਕਿ ਅਸੀਂ ਇੱਕੋ ਟੌਪਿਕ ਦੇ ਥਰੂ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਹਾਂਜੀ ਉਸ ਤੋਂ ਬਾਅਦ ਆ ਗਈ ਅਗਲਾ ਇੰਡੀਕੇਟਰ ਬੜਾ ਘੈਂਟ ਇੰਡੀਕੇਟਰ ਆ ਬੜਾ ਵਧੀਆ ਸੂਚਕ ਆ ਹਲਦੀ ਜੇ ਵਾਰੀ ਕੀ ਹੁੰਦਾ ਮੰਨ ਲਓ ਸਬਜੀ-ਸਬਜੀ ਮਤਲਬ ਮੈਂ ਤਾਂ ਚਲੋ ਡੋਲ ਜਾਂਦੀ ਹੈ ਕਈ ਵਾਰੀ ਰੋਟੀ ਖਾਂਦੇ ਸਬਜੀ ਡੋਲ ਜਾਂਦੀ ਹੈ ਆਪਣੇ ਕੋਲ ਵਾਈਟ ਸ਼ਰਟ ਤੇ ਹੁਣ ਜੇ ਆਪਣੇ ਕੋਲ ਸਬਜੀ ਡੋਲ ਗਈ ਬੜਾ ਸਿਆਣਾ ਹੁੰਦਾ ਚਲੋ ਉੱਥੇ ਫਿਰ ਮੇਰੇ ਵਰਗੇ ਬੰਦੇ ਦਾ ਟੈਲੈਂਟ ਕਮ ਆਉਂਦਾ ਜਿਹੜਾ ਹਿੰਮਤੀ ਨਹੀਂ ਹੁੰਦਾ ਕਹਿੰਦਾ ਚੱਲ ਕੋਈ ਨਹੀਂ ਆਪੇ ਧੋਂਦੇ ਫਿਰਨਗੇ ਜਿਹੜਾ ਬਾਲਾ ਤੇਜ ਹੁੰਦਾ ਬਾਲਾ ਕਾਲਾ ਹੁੰਦਾ ਉਹ ਕੀ ਕਰਦਾ ਸਾਬਣ ਲਾ ਲੈਂਦਾ ਉਹਦੇ ਤੇ ਸਾਬਣ ਕੀ ਹੁੰਦਾ ਭਲਾ ਪੋਟਾਸ਼ੀਅਮ ਹਾਈਡਰੋਕਸਾਈਡ ਸੋਡੀਅਮ ਹਾਈਡਰੋਕਸਾਈਡ ਜੇ ਮੂੰਹ ਧੋਣ ਵਾਲਾ ਸਾਬਣ ਲਾ ਲੋਗੇ ਤਾਂ ਸੋਡੀਅਮ ਹਾਈਡਰੋਕਸਾਈਡ ਮੈਂ ਪੜਾਇਆ ਹੈ ਤੇ ਜੇ ਕੱਪੜੇ ਧੋਣ ਵਾਲਾ ਲਾ ਲੋਗੇ ਤਾਂ ਪੋਟਾਸ਼ੀਅਮ ਹਾਈਡਰੋਕਸਾਈਡ ਬੇਸ ਇਹਦੇ ਹਲਦੀ ਇੱਕ ਇੰਡੀਕੇਟਰ ਆ ਸੂਚਕ ਆ ਲਾਲ ਰੰਗ ਦੀ ਹੋ ਜਾਂਦੀ ਆ ਹਲਦੀ ਪੀਲੇ ਰੰਗ ਤੋਂ ਹਲਦੀ ਲਾਲ ਰੰਗ ਦੀ ਹੋ ਜਾਂਦੀ ਆ ਜੇਕਰ ਆਪਾਂ ਉਹਦੇ ਤੇ ਮੀਨਸ ਕੀ ਉਹ ਕਰੀਏ ਆ ਬੇ ਬੇਸ ਪਾ ਦਈਏ ਉਹਨੂੰ ਸਾਬਣ ਲਾ ਦਈਏ ਸਾਬਣ ਹੁੰਦਾ ਹੀ ਬੇਸ ਸੋਡੀਅਮ ਹਾਈਡਰੋਕਸਾਈਡ ਪੋਟਾਸ਼ੀਅਮ ਹਾਈਡਰੋਕਸਾਈਡ ਬੇਸ ਹੁੰਦੇ ਆ ਪਤਾ ਲੱਗ ਗਿਆ ਨਾ ਗੌਰ ਫਰਮਾਇਓ ਕਹਿੰਦੇ ਆ ਇੱਕ ਬੇਸ ਸੋਡੀਅਮ ਹਾਈਡਰੋਕਸਾਈਡ ਸੋਡੀਅਮ ਹਾਈਡਰੋਕਸਾਈਡ ਦਾ ਫਾਰਮੂਲਾ ਹੈ ਸੋਡੀਅਮ ਦਾ ਐਨਏ ਹਾਈਡਰੋਕਸਾਈਡ ਦਾ OH ਇਹ ਆ ਸੋਡੀਅਮ ਹਾਈਡਰੋਕਸਾਈਡ ਬੇਸ ਇੱਕ ਹਾਈਡਰੋਕਲੋਰਿਕ ਐਸਿਡ ਤੁਸੀਂ ਕਿਹਾ ਸਰ ਬੜੀ ਵਾਰ ਕਿਹਾ ਤੁਸੀਂ ਹਾਈਡਰੋ ਇਹ ਐਸਿਡ ਹੁੰਦਾ ਦੋਵੇਂ ਮਿਲ ਜਾਣਗੇ ਨਾ ਤਾਂ ਉਧਰੋਂ ਐਨਏ ਤੇ ਇਧਰੋਂ CL ਬਣ ਜਾਂਦਾ ਹੈ NaCl ਸੋਡੀਅਮ ਕਲੋਰਾਇਡ ਇਹ ਕੀ ਹੁੰਦਾ ਭਲਾ ਸాల్ਟ ਤਾਂ ਹੀ ਕਹਿੰਨਾ ਆ ਬੇਸ ਹਾਰ ਹੈ ਇਹ ਤੇਜਾਬੀ ਆ ਐਸਿਡ ਆ ਇਹ ਸాల్ਟ ਆ ਦੋਵਾਂ ਦਾ ਉਦਾਸੀਨੀ ਕਰਨ ਨਿਊਟਰਲਾਈਜ਼ ਹੋ ਗਿਆ ਸాల్ਟ ਤਾਂ ਹੀ ਨਾ ਐਸਿਡਿਕ ਹੁੰਦੇ ਆ ਨਾ ਬੇਸ ਹੁੰਦੇ ਆ ਇਹਨਾਂ ਦਾ ਪੀਐਚ 7 ਹੁੰਦਾ ਹੋਰ ਕਿਹੜੀ ਚੀਜ਼ ਆ ਜਿਹਦਾ ਪੀਐਚ 7 ਹੁੰਦਾ ਪਾਣੀ ਦਾ ਉਹ ਨਾ ਐਸਿਡਿਕ ਨਾ ਬੇਸ ਆ ਪੀਐਚ ਸਕੇਲ ਤੇ ਜਿਹੜੀ ਪੀਐਚ ਸੂਚੀ ਆ ਸਾਡੀ ਉਹਦੇ ਤੇ 7 ਪੀਐਚ ਕਿਹਦਾ ਹੁੰਦਾ ਹੈ ਜਾਂ ਤਾਂ ਟੂਟੀ ਵਾਲੇ ਪਾਣੀ ਦਾ ਪੰਜਾਬੀ ਪਾਣੀ ਵੀ ਐਸਿਡਿਕ ਹੁੰਦਾ ਹੈ ਜਾਂ ਜਿੰਨੇ ਵੀ ਸਾਡੇ ਸਾਲਟ ਨੇ ਡਬਲਿਊ ਦਾ ਮਤਲਬ ਵਾਟਰ ਤੇ ਜਿਨ੍ਹਾਂ ਦਾ ਪੀ ਐਚ 7 ਤੋਂ ਘੱਟ ਆ ਉਹ ਕੀ ਨੇ ਐਸਿਡਿਕ ਜਿਨ੍ਹਾਂ ਦਾ ਪੀ ਐਚ 7 ਤੋਂ ਵੱਧ ਆ ਉਹ ਆ ਬੇਸ ਜਿਨ੍ਹਾਂ ਦਾ 7 ਤੋਂ ਇੰਨਾ ਵੱਧ ਆ ਕਿ 14 ਤੱਕ ਆ 14 ਤੋਂ ਉੱਪਰ ਨਹੀਂ ਹੁੰਦਾ ਉਹ ਸਟਰੋਂਗ ਬੇਸ ਤੇ ਜਿਨ੍ਹਾਂ ਦਾ ਪੀ ਐਚ ਇੰਨਾ ਘੱਟ ਆ ਕਿ ਉਹ ਬਿਲਕੁਲ 7 ਤੋਂ ਬਿਲਕੁਲ ਬੜੀ ਦੂਰ ਇੱਕ ਦੇ ਨੇੜੇ ਪਹੁੰਚ ਗਿਆ ਉਹ ਸਟਰੋਂਗ ਐਸਿਡ ਜਿਹੜੇ 7 ਦੇ ਨੇੜੇ ਤੇੜੇ ਹੀ ਆ ਉਹ ਜਾਂ ਤਾਂ ਵੀਕ ਐਸਿਡ ਆ ਕਮਜ਼ੋਰ ਐਸਿਡ ਆ ਜਾਂ ਕਮਜ਼ੋਰ ਬੇਸ ਆ ਉਹਨਾਂ ਨੂੰ ਅਸੀਂ ਖਾ ਸਕਦੇ ਆ ਬੇਕਿੰਗ ਸੋਡਾ ਬੇਸ ਆ ਪਰ ਵੀਕ ਬੇਸ ਆ 7 ਤੋਂ ਥੋੜੀ ਜਿਹੀ ਅੱਗੇ ਆ ਤੇ ਜਿਹੜਾ ਉਹ ਆ ਨਿੰਬੂ ਵਗੈਰਾ ਇਹ 7 ਤੋਂ ਥੋੜੀ ਜਿਹੀ ਪਿੱਛੇ ਦਾ 6 ਜਾਂ 5 ਤੱਕ ਦੁੱਧ ਹੋ ਗਿਆ ਇਹ ਵਿਨੇਗਰ ਹੋ ਗਿਆ ਪਰ ਜਿਹੜੀਆਂ ਚੀਜ਼ਾਂ ਬਹੁਤ ਜ਼ਿਆਦੀਆਂ ਹੀ ਸਟਰੋਂਗ ਐਸਿਡ ਆ ਜਾਂ ਸਟਰੋਂਗ ਬੇਸ ਨੇ ਉਹ ਨਹੀਂ ਅਸੀਂ ਖਾ ਸਕਦੇ ਸਟਰੋਂਗ ਐਸਿਡ ਕਿਹੜੇ ਆ HCl ਵਰਗੇ ਸਟਰੋਂਗ ਬੇਸ ਕਿਹੜੇ ਆ ਸੋਡੀਅਮ ਹਾਈਡਰੋਕਸਾਈਡ ਵਰਗੇ ਇਹ ਏ ਸਟਰੋਂਗ ਹੁੰਦੇ ਆ ਐਕਸਟ੍ਰੀਮ ਹੁੰਦੇ ਆ ਇਹ ਬਹੁਤ ਸਿਖਰ ਦੇ ਹੁੰਦੇ ਆ ਇਹਨਾਂ ਨੂੰ ਨਿਗਲਿਆ ਨਹੀਂ ਜਾ ਸਕਦਾ ਸੋ ਪਰ ਇੱਕ ਗੱਲ ਆ ਜੇ ਤੁਸੀਂ ਐਸਿਡ ਤੇ ਬੇਸ ਲਓਗੇ ਭਾਵੇਂ ਜਿੰਨਾ ਮਰਜ਼ੀ ਸਟਰੋਂਗ ਹੋਵੇ ਜੇ ਤੁਸੀਂ ਇੱਕ ਪਾਸੇ ਤਾਕਤਵਰ ਐਸਿਡ ਸੌਰੀ ਤਾਕਤਵਰ ਐਸਿਡ ਤੇ ਤਾਕਤਵਰ ਬੇਸ ਲਓਗੇ ਉਹ ਆਪਸ ਵਿੱਚ ਉਦਾਸੀਨੀਕਰਨ ਕਰ ਜਾਣਗੇ ਨਿਊਟਰਲਾਈਜ਼ ਹੋ ਜਾਣਗੇ ਇਹਦਾ ਮਤਲਬ ਸਾਨੂੰ ਇੱਕ ਗੱਲ ਪਤਾ ਲੱਗ ਗਈ ਕਿ ਜੇ ਸਾਬਣ ਜਿਹਨੂੰ ਅਸੀਂ NaOH ਵਿੱਚ ਕਹਿ ਰਹੇ ਹਾਂ ਸਾਬਣ ਜੇ ਸਾਬਣ ਇਹ ਤੋਂ ਹੀ ਬਣਦਾ NaOH ਤੋਂ ਜੇਕਰ ਹਲਦੀ ਦੇ ਉੱਪਰ 베ਸ ਮਲਦੀਏ ਜੇ ਹਲਦੀ ਦੇ ਉੱਪਰ 베ਸ ਮਲਦੀਏ ਤਾਂ ਸਮਝੋ ਹਲਦੀ ਨੇ ਰੰਗ ਬ੍ਰਾਊਨ ਕਰ ਦੇਣਾ ਹੈ ਜੇ ਹਲਦੀ ਦੇ ਉੱਪਰ ਐਸਿਡ ਮਲਦੀਏ ਤਾਂ ਹਲਦੀ ਨੇ ਐਸਿਡ ਦੇ ਉੱਪਰ ਕੋਈ ਰੰਗ ਨਹੀਂ ਮਲਣਾ ਨਿਊਟਰਲ ਹੀ ਰਹਿ ਜਾਣਾ ਲਓ ਜੀ ਮੈਂ ਦੱਸ ਇਹ ਵੀ ਸਾਬਤ ਕਰ ਦਿੱਤਾ ਕਿ ਹਲਦੀ ਵੀ ਇੱਕ ਹਲਦੀ ਵੀ ਇੱਕ ਕੀ ਆ ਹਲਦੀ ਵੀ ਇੱਕ ਉਹ ਹੋ ਗਈ ਇੰਡੀਕੇਟਰ ਸੂਚਕਾਂਕ ਹੋ ਸੂਚਕ ਹੋ ਗਈ ਇੱਕ ਲਓ ਜੀ ਇਹ ਵੀ ਵਧੀਆ ਗੱਲ ਪਤਾ ਲੱਗੀ ਹਲਦੀ ਬਾਰੇ ਤੀਜਾ ਚైనా ਰੋਜ਼ ਸੇਮ ਪੇਪਰ ਤੇ ਵੀ ਆ ਸਕਦਾ ਹੈ ਕਹਿੰਦਾ ਚైనా ਰੋਜ਼ ਦਾ ਐਕਸਪੈਰੀਮੈਂਟ ਕਿਵੇਂ ਕੀਤਾ ਜਾ ਸਕਦਾ ਹੈ ਠੀਕ ਆ ਤਾਂ ਚైనా ਰੋਜ਼ ਦੀਆਂ ਪੱਤੀਆਂ ਲਈਆਂ ਆਪਾਂ ਠੀਕ ਆ ਉਹਨੂੰ ਪਾਣੀ 'ਚ ਰੱਖਿਆ ਤੇ ਜੇਕਰ ਹੁਣ ਬੜਾ ਇਹ ਜਿਹੜਾ ਚైనా ਰੋਜ਼ ਦੀਆਂ ਪੱਤੀਆਂ ਵਾਲਾ ਪਾਣੀ ਹੈ ਨਾ ਚైనా ਰੋਜ਼ ਦੀਆਂ ਪੱਤੀਆਂ ਵਾਲਾ ਪਾਣੀ ਇਹ ਇੱਕ ਸੂਚਕ ਦੇ ਤੌਰ ਤੇ ਕੰਮ ਕਰਦਾ ਹੈ ਕਿਵੇਂ ਚైనా ਰੋਜ਼ ਦੀਆਂ ਪੱਤੀਆਂ ਵਾਲਾ ਪਾਣੀ ਜੇ ਉਹਦੇ 'ਚ ਐਸਿਡਿਕ ਸੋਲੂਸ਼ਨ ਪਾਵਾਂਗੇ ਉਹ ਮਜੈਂਟਾ ਬਣ ਜਾਊਗਾ ਤੇ ਚైనా ਰੋਜ਼ ਦੀਆਂ ਪੱਤੀਆਂ ਵਾਲਾ ਪਾਣੀ ਜਿਹੜਾ ਹੈ ਠੀਕ ਹੈ ਚైనా ਰੋਜ਼ ਦੀਆਂ ਪੱਤੀਆਂ ਵਾਲਾ ਪਾਣੀ ਉਹ ਉਹਦੇ 'ਚ ਜੇ ਆਪਾਂ ਬੇਸ ਪਾਵਾਂਗੇ ਤਾਂ ਉਹ ਗ੍ਰੀਨ ਬਣ ਜਾਊਗਾ ਆ ਲਓ ਜੀ ਮਤਲਬ ਇਸ ਰੰਗ ਦਾ ਹੁੰਦਾ ਹੈ ਚైనా ਰੋਜ਼ ਦੀਆਂ ਪੱਤੀਆਂ ਦਾ ਪਾਣੀ ਐਸਿਡ ਪਾਇਆ ਤਾਂ ਐਵੇਂ ਦਾ ਬਣ ਜਾਊਗਾ ਬੇਸ ਪਾਇਆ ਤਾਂ ਐਵੇਂ ਦਾ ਬਣ ਜਾਊਗਾ ਸੋ ਹਲਕੇ ਜੇ ਪਿੰਕ ਕਲਰ ਦਾ ਚైనా ਰੋਜ਼ ਦੀਆਂ ਪੱਤੀਆਂ ਦਾ ਪਾਣੀ ਮਜੈਂਟਾ ਬਣ ਜਾਂਦਾ ਹੈ ਤੇਜਾਬ ਪਾ ਕੇ ਤੇ ਹਲਕਾ ਹਰਾ ਬਣ ਜਾਂਦਾ ਹੈ ਬੇਸ ਪਾ ਕੇ ਆਹ ਲਓ ਜੀ ਇੱਕ ਹੋਰ ਇੰਡੀਕੇਟਰ ਦਾ ਰੱਟਾ ਮਰਾਤਾ ਤੁਹਾਨੂੰ ਤੁਹਾਡੇ ਪੇਪਰ ਚ ਹੋਰ ਆਹੀ ਕੁਝ ਹੋਣਾ ਅੱਗੇ ਆ ਗਿਆ ਪਿਆਜ਼ ਗੱਲ ਕੱਲੇ ਪਿਆਜ਼ ਦੀ ਨਹੀਂ ਇੱਥੇ ਪਿਆਜ਼ ਲਓ ਲੌਂਗ ਦਾ ਤੇਲ ਲਓ ਜਾਂ ਰੱਬ ਤੁਹਾਡਾ ਭਲਾ ਕਰੇ ਵਨੀਲਾ ਲਓ ਵਨੀਲਾ ਇਸ ਕਰੀਮ ਨਹੀਂ ਵਨੀਲਾ ਇਹ ਸਾਰੀਆਂ ਚੀਜ਼ਾਂ ਆਲ ਫੈਕਟਰੀ ਇੰਡੀਕੇਟਰ ਨੇ ਇਹ ਯਾਰ ਇਹ ਆਲ ਫੈਕਟਰੀ ਇੰਡੀਕੇਟਰ ਕਿਹੜੇ ਹੁੰਦੇ ਆ ਗੰਦੀ ਸੂਚਕ ਜਿਹੜੇ ਗੰਦ ਦੀ ਪਹਿਚਾਨ ਨਾਲ ਸੁਗੰਧ ਜਾਂ ਦੁਰਗੰਧ ਜੋ ਮਰਜ਼ੀ ਕਹੀ ਜਾਓ ਉਹਦੇ ਨਾਲ ਅਨਿਯਨ ਤਾਂ ਇੱਕ ਗੱਲ ਹੋ ਗਈ ਸਾਰੀ ਵਿੱਚ ਰਲੇ ਗਏ ਨਾ ਸਾਰੀ ਵਿੱਚ ਬਰਾਬਰ ਰਲੇ ਇਹਨਾਂ ਦੀ ਕੀ ਖਾਸੀਅਤ ਆ ਮੈਂ ਤੁਹਾਨੂੰ ਇੱਕ ਮਜ਼ਾਕ ਨਹੀਂ ਕਰਦਾ ਪੀਸੀਐਸ ਆਈਐਸ ਲੈਵਲ ਤੱਕ ਦੇ ਪੇਪਰ ਚ ਵੀ ਇਹੋ ਜਿਹਾ ਸਵਾਲ ਆਇਆ ਹੋਇਆ ਹੈ ਠੀਕ ਆ ਬੜਾ ਔਖਾ ਕਰਕੇ ਪਰ ਸਵਾਲ 7ਵੀਂ ਕਲਾਸ ਦੀ ਕਿਤਾਬ ਚੋਂ ਆ 7ਵੀਂ ਜਾਂ 8ਵੀਂ ਕਲਾਸ ਦੀ ਕਿਤਾਬ ਹੋਊਗੀ ਪਰ ਗੱਲ ਕਹਿੰਦੇ ਆ ਨਾ ਜਿਹੜਾ ਬੰਦਾ ਸਾਇੰਸ ਨੂੰ 7ਵੀਂ 8ਵੀਂ ਕਲਾਸ ਦੀ ਸਾਇੰਸ ਨੂੰ ਰੀਜਨਲ ਪੜ ਗਿਆ ਉਹ ਬੜਾ ਵਧੀਆ ਤਰੀਕੇ ਨਾਲ ਵੱਡੇ ਤੋਂ ਵੱਡੇ ਪੇਪਰ ਵੀ ਕੱਢ ਸਕਦਾ ਹੈ ਕਿਵੇਂ ਭਲਾ ਕਹਿੰਦੇ ਆ ਜੀ ਜਿਹੜਾ ਪਿਆਜ਼ ਕੱਲਾ ਪਿਆਜ਼ ਨਹੀਂ ਭਾਵੇਂ ਲੌਂਗ ਦਾ ਤੇਲ ਹੋਵੇ ਭਾਵੇਂ ਵਨੀਲਾ ਹੋਵੇ ਇਹ ਐਸਿਡ ਦੇ ਨਾਲ ਆਪਣੇ ਨੇਚਰਲ ਫਲੇਵਰ ਨੂੰ ਪ੍ਰੀਜ਼ਰਵ ਰੱਖਦੇ ਆ ਮਤਲਬ ਜੇ ਤੁਸੀਂ ਕੋਈ ਵੀ 올ਫੈਕਟਰੀ ਇੰਡੀਕੇਟਰ ਕੋਈ ਗੰਧ ਵਾਲਾ ਸੂਚਕ ਕਿਸੇ ਐਸਿਡ ਚ ਮਿਲਾ ਦਿਓ ਤਾਂ ਨੋ ਚੇਂਜ ਇਨ স্মੈਲ ਗੰਧ ਵਿੱਚ ਕੋਈ ਬਦਲਾਵ ਨਹੀਂ ਆਏਗਾ ਬਟ ਜੇ ਤੁਸੀਂ ਕੋਈ ਦੁਰਗੰਧ ਵਾਲਾ ਕੋਈ ਗੰਦ ਵਾਲਾ ਇੰਡੀਕੇਟਰ ਕੀਪਲਾ ਅਨੀਆਂ ਹੋ ਗਿਆ ਜਾਂ ਇਹ ਕਿਸੇ 베이스 ਚ ਮਿਲਾ ਦਾਂਗੇ ਤਾਂ ਉਹ ਉਹਦੀ স্মੈਲ ਨੂੰ ਜ਼ੀਰੋ ਕਰ ਦੂਗਾ স্মੈਲ ਲੈਸ ਕਰ ਦੂਗਾ ਆਰਡਰ ਲੈਸ ਕਰ ਦੂਗਾ স্মੈਲ ਖਤਮ ਹੋ ਜੂਗੀ ਮਤਲਬ ਕਿਸੇ ਵੀ ਪਿਆਜ਼ ਨੂੰ ਜਾਂ ਵਨੀਲਾ ਨੂੰ ਜਾਂ ਲੌਂਗ ਦੇ ਤੇਲ ਨੂੰ ਜੇ ਆਪਾਂ ਲੌਂਗ ਨੂੰ ਜੇ ਆਪਾਂ ਐਸਿਡ ਨਾਲ ਰੱਖਾਂਗੇ ਤਾਂ স্মੈਲ ਬਰਕਰਾਰ ਰਹੂਗੀ ਜੇ ਆਪਾਂ 베이스 ਚ ਰੱਖਾਂਗੇ ਤਾਂ ਉਹ ਆਰਡਰ ਲੈਸ ਸਮੈਲ ਖਤਮ ਕਰ ਦੂਗਾ ਪੇਪਰ 'ਚ ਸਵਾਲ ਆ ਸਕਦਾ ਹੈ ਮੰਨ ਲਓ ਤੁਸੀਂ ਮੈਨੂੰ ਕਹੋ ਸਰ ਔਖੇ ਤੋਂ ਔਖਾ ਸਵਾਲ ਆਈਐਸ ਲੈਵਲ ਦਾ ਸਵਾਲ ਪਾ ਦਿਓ ਤਾਂ ਮੈਂ ਲਿਖੂਗਾ ਹੇਠਾਂ ਲਿਖੇ ਕਥਨਾਤੇ ਗੌਰ ਕਰੋ ਪਹਿਲਾ ਕਥਨ ਜਦੋਂ ਪਿਆਜ਼ ਨੂੰ ਗੌਰ ਫਰਮਾਇਓ ਜਦੋਂ ਪਿਆਜ਼ ਨੂੰ ਬੇਕਿੰਗ ਸੋਡੇ ਵਿੱਚ ਪਾਇਆ ਜਾਂਦਾ ਹੈ ਤਾਂ ਉਹ ਉਸ ਦੀ ਦੁਰਗੰਧ ਨੂੰ ਖਤਮ ਕਰ ਦਿੰਦਾ ਹੈ ਦੂਜੀ ਗੱਲ ਜਦੋਂ ਵਨੀਲਾ ਨੂੰ ਮੈਗਨੀਸ਼ੀਆ ਤੇ ਦੁੱਧ ਵਿੱਚ ਪਾਇਆ ਜਾਂਦਾ ਹੈ ਤਾਂ ਉਹ ਉਸ ਦੀ ਸੁਗੰਧ ਨੂੰ ਜਾਂ ਉਸ ਦੀ ਦੁਰਗੰਧ ਨੂੰ ਜਾਂ ਉਸ ਦੀ ਗੰਧ ਨੂੰ ਬਰਕਰਾਰ ਰੱਖਦਾ ਉਹਦੀ ਸਮੈਲ ਨੂੰ ਮੇਨਟੇਨ ਰੱਖਦਾ ਹੈ ਤੀਜਾ ਸਵਾਲ ਜਦੋਂ 올ਿਵ ਜਦੋਂ ਲੌਂਗ ਦੇ ਤੇਲ ਨੂੰ ਜਾਂ ਲੌਂਗ ਨੂੰ ਤੇ ਜਦੋਂ ਲੌਂਗ ਨੂੰ ਸਿਟ੍ਰਿਕ ਜਦੋਂ ਲੌਂਗ ਨੂੰ ਸੰਤਰੇ ਦੇ ਰਸ ਚ ਪਾਇਆ ਜਾਂਦਾ ਹੈ ਤਾਂ ਉਹ ਉਸ ਦੀ ਗੰਧ ਨੂੰ ਖਰਾਬ ਕਰ ਦਿੰਦਾ ਹੈ ਖਤਮ ਕਰ ਦਿੰਦਾ ਹੈ ਉੱਪਰ ਦਿੱਤੇ ਕਥਨਾਵਾਂ ਚੋਂ ਕਿਹੜਾ ਕਥਨ ਸਹੀ ਹੈ 1 ਅਤੇ 2 2 ਇਕੱਲਾ 1 ਅਤੇ 3 2 ਅਤੇ 3 ਐਵੇਂ ਦੀ ਕਨਫਿਊਜ਼ਿੰਗ ਸਵਾਲ ਹੁਣ ਲੌਜੀਕ ਉਹਦੇ ਚ ਕੀ ਆ ਲੌਜੀਕ ਬੜਾ ਸਧਾਰਨ ਆ ਆ ਦੇਖੋ ਤੁਹਾਡੇ ਸਾਹਮਣੇ ਆ ਤੁਸੀਂ ਕਹੋਗੇ ਸਰ ਇਹ ਤੁਸੀਂ ਆਪਣੇ ਵੱਲੋਂ ਕੀ ਸਵਾਲ ਬਣਾਇਆ ਇੰਨਾ ਨਹੀਂ ਮੇਰਾ ਦਿਮਾਗ ਤੇਜ ਇਹ ਪਿੱਛੇ ਜੇ ਹਰਿਆਣੇ ਦੇ ਵਿੱਚ ਪੀਸੀਐਸ ਦਾ ਪੇਪਰ ਹੋਇਆ ਸੀ ਐਚਸੀਐਸ ਕਹਿੰਦੇ ਉਹਨੂੰ ਉਸ ਪੇਪਰ ਚ ਆਇਆ ਹੋਇਆ ਸਵਾਲ ਆ ਤਿੰਨ ਤਿੰਨ ਸਟੇਟਮੈਂਟਾਂ ਦੇ ਰੂਪ ਚ ਤੇ ਪੁਰਾਣੀ ਦੀ ਗੱਲ ਇਹ ਆ ਸਾਰੇ ਸਵਾਲ 6ਵੀਂ 7ਵੀਂ ਤੇ 8ਵੀਂ ਦੇ ਪੱਧਰ ਤੋਂ ਪੁੱਛ ਲਏ ਗਏ ਪਰ ਐਵੇਂ ਬਣਾ ਕੇ ਪੁੱਛੇ ਗਏ ਕਿ ਆਮ ਬੰਦੇ ਨੂੰ ਲੱਗਿਆ ਕਿ ਮੇਰੇ ਵੱਸ ਦੀ ਸਾਇੰਸ ਨਹੀਂ ਸਾਇੰਸ ਰੀਜਨਲ ਪੜਾਉਣੀ ਚਾਹੀਦੀ ਐ ਇਹ ਸਾਇੰਸ ਰੀਜਨਲ ਪੜ੍ਹਨੀ ਵੀ ਚਾਹੀਦੀ ਐ ਫੇਰ ਮਜ਼ਾ ਆਉਂਦਾ ਐ ਸੋ ਸਾਇੰਸ ਬਹੁਤ ਇੰਪੋਰਟੈਂਟ ਟੌਪਿਕ ਆ ਸੋ ਕਿਸੇ ਵੀ ਪੇਪਰ ਵਾਸਤੇ ਤਿਆਰ ਕਰ ਰਹੇ ਹੋ ਕਿਸੇ ਵੀ ਪੇਪਰ ਲਈ ਤਿਆਰ ਕਰ ਰਹੇ ਹੋ ਭਾਵੇਂ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਤਾਂ ਮੈਂ ਤੁਹਾਨੂੰ ਇੰਨਾ ਕਹਿੰਦਾ ਰੀਜਨਲ ਤਿਆਰ ਕਰੋ ਮਸਲਾ ਹੱਲ ਮਿਲੂਗਾ ਤੁਹਾਨੂੰ ਲਓ ਜੀ ਉਸ ਤੋਂ ਬਾਅਦ ਆ ਗਿਆ ਸਿੰਥੈਟਿਕ ਇੱਕ ਫਨੇਫਥਲੀਨ ਫਨੇਫਥਲੀਨ ਤੇ ਮਿਥਾਈਲ orange ਦੋ ਕੈਮੀ ਲਾਬੋਰੀਟਰੀ ਚ ਤਿਆਰ ਕੀਤੇ ਗਏ ਸਿੰਥੈਟਿਕ ਇੰਡੀਕੇਟਰਾਂ ਤੋਂ ਆਉਂਦੇ ਆ ਸੋ ਫਨੇਫਥਲੀਨ ਜਿਹੜਾ ਹੈ ਇਹ ਵੈਸੇ ਹੀ ਕਲਰਲੈਸ ਹੁੰਦਾ ਇਹਦਾ ਕੋਈ ਰੰਗ ਨਹੀਂ ਹੁੰਦਾ ਤੇ ਜੇ ਇਹਦੇ ਚ ਤਜਾਬ ਪਾ ਦਈਏ ਇਹ ਕਲਰਲੈਸ ਹੀ ਰਹਿੰਦਾ ਹੈ ਤੇ ਜਾਂ ਇਹਦੇ ਚ ਕੋਈ ਸਾਲਟ ਪਾ ਦਈਏ ਜਿਹੜਾ ਉਦਾਸੀਨੀ ਮਿਸ਼ਰਣ ਹੋਵੇ ਨਿਊਟਰਲ ਹੋਵੇ ਪਰ ਜੇ ਆਪਾਂ ਇਹਦੇ ਵਿੱਚ ਬੇਸ ਪਾ ਦਈਏ ਫਿਰ ਇਹ ਪਿੰਕ ਕਲਰ ਦਾ ਹੋ ਜਾਂਦਾ ਸੋ ਇਹ ਵੀ ਬੇਸ ਨੂੰ ਚੈੱਕ ਕਰਨ ਵਾਸਤੇ ਬਹੁਤ ਤਗੜਾ ਪੀਪਰ ਚ ਆ ਸਕਦਾ ਕਿ ਦੱਸੋ ਜਿਹੜਾ ਫਨੇਪਥਲੀਨ ਆ ਉਹਨੂੰ ਕੀ ਚੀਜ਼ ਚੈੱਕ ਕਰਨ ਵਾਸਤੇ ਵਰਤਿਆ ਜਾਂਦਾ ਐਸਿਡ ਬੇਸ ਜਾਂ ਦੋਵੇਂ ਬੇਸ ਕਿਉਂਕਿ ਬੇਸ ਦੇ ਰੰਗ ਨੂੰ ਉਹ ਜ਼ਿਆਦਾ ਬਦਲ ਦਿੰਦਾ ਐ ਐਸਿਡ ਦੇ ਰੰਗ ਚ ਤਾਂ ਉਹ ਫਰਕ ਹੀ ਨਹੀਂ ਦੱਸਦਾ ਇਸ ਤੋਂ ਬਾਅਦ ਸਾਰਾ ਕੁਝ ਕਵਰ ਕਰ ਲਿਆ ਆਜੋ ਤੁਸੀਂ ਸੋਚਿਆ ਕਦੀ ਕਿ ਜਦੋਂ ਕਿਸੇ ਐਸਿਡ ਚ ਬੇਸ ਮਿਲਾ ਦਈਏ ਤਾਂ ਕੀ ਬਣਦਾ ਇੱਕ ਬੜਾ ਮਜ਼ਬੂਤ ਬੜੀ ਮਸ਼ਹੂਰ ਐਗਜ਼ਾਮਪਲ ਆ HCl ਦੀ ਸਲਫਿਉਰਿਕ ਐਸਿਡ ਤੁਸੀਂ ਕਹੋਗੇ ਸਰ ਇਹੀ ਐਗਜ਼ਾਮਪਲ ਤੁਸੀਂ ਦਿੱਤੀ ਸੀ ਇਹੀ ਇੱਥੇ ਲਿਖੀ ਆ ਆ ਚੱਕੋ H2SO4 ਸਲਫਿਉਰਿਕ ਐਸਿਡ ਉਧਰੋਂ ਮੈਂ ਚੱਕੀ ਦੂਜੇ ਪਾਸਿਓਂ ਸੋਡੀਅਮ ਹਾਈਡਰੋਕਸਾਈਡ ਨਹੀਂ ਮੈਂ ਚੱਕਿਆ ম্যাগਨੀਸ਼ੀਅਮ ਹਾਈਡਰੋਕਸਾਈਡ Mg(OH)2 ম্যাগਨੀਸ਼ੀਅਮ ਹਾਈਡਰੋਕਸਾਈਡ ਮਿਲਕ ਆਫ ম্যাগਨੀਸ਼ੀਆ ম্যাগਨੀਸ਼ੀਆ ਦਾ ਦੁੱਧ ਇਹ ਬੇਸ ਤਾਂ ਇਹ ਬਣ ਗਿਆ ম্যাগਨੀਸ਼ੀਅਮ ਸਲਫੇਟ MgSO4 ਇਹ ম্যাগਨੀਸ਼ੀਅਮ ਸਲਫੇਟ ਇਹ ਵੀ ਸਾਲਟ ਆ ਇਹ ਵੀ ਨਮਕ ਆ ਇਹ ਵੀ ਦੋਵਾਂ ਦੇ ਮਿਸ਼ਰਣ ਨਾਲ ਬਣਦਾ ਹੈ ਠੀਕ ਹੈ ਸੋ ਇਹ ਗੱਲ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਠੀਕ ਹੈ ਸੋ ਇਹ ਲੂਣ ਜਾਂ ਨਮਕ ਸਾਲਟ ਹਮੇਸ਼ਾ ਉਦੋਂ ਬਣਦਾ ਹੈ ਜਦੋਂ ਇੱਕ ਐਸਿਡ ਤਜਾਬ ਤੇ ਇੱਕ ਖਾਰਾ ਬੇਸ ਆਪਸ ਵਿੱਚ ਮਿਲ ਜਾਣ ਸੋ ਫਿਰ ਬਣਦਾ ਹੈ ਨਮਕ ਜਿਹਨੂੰ ਆਪਾਂ ਸਾਲਟ ਕਹਿੰਦੇ ਆ ਤੇ ਸਾਲਟ ਹਮੇਸ਼ਾ ਉਦਾਸੀਨ ਹੁੰਦਾ ਹੈ ਨਿਊਟਰਲ ਹੁੰਦਾ ਹੈ ਤੇ ਇਸੇ ਪ੍ਰਕਿਰਿਆ ਨੂੰ ਨਿਊਟਰਲਾਈਜੇਸ਼ਨ ਕਹਿੰਦੇ ਆ ਉਦਾਸੀਨੀ ਕਰਨ ਤੁਸੀਂ ਕਹੋਗੇ ਸਰ ਇਹ ਤਾਂ ਆਪਣੀ ਜ਼ਿੰਦਗੀ 'ਚ ਕੋਈ ਫਾਇਦਾ ਤੋਦੇ ਢਿੱਡ ਚ ਖਾ ਖਾ ਕੇ ਖਾ ਖਾ ਕੇ ਤੁਹਾਡੇ ਸਰੀਰ ਦੇ ਪਾਚਨ ਤੰਤਰ ਨੇ ਐਸਿਡ ਕੱਢ ਕੱਢ ਕੇ ਸਾਡੀ ਬਾਡੀ ਨੂੰ ਪੂਰਾ ਐਸਿਡਿਕ ਕਰਤਾ ਸਾਡਾ ਪਾਚਨ ਤੰਤਰ ਐ ਵੀ ਨਹੀਂ ਸਾਡੀ ਬਾਡੀ ਚ ਐਚ ਸੀ ਐਲ ਪੈਦਾ ਕਰੀ ਜਾਂਦਾ ਜਿੰਨਾ ਖਾਵਾਂਗੇ ਉਹਨੇ ਤਾਂ ਪਚਾਉਣਾ ਹੀ ਉਹਨੇ ਤਾਂ ਭੋਜਨ ਤੋੜਨਾ ਹੀ ਆ ਪੂਰੇ ਦਾ ਪੂਰਾ ਸਾਬਤ ਭੋਜਨ ਅੰਦਰ ਕਿਵੇਂ ਚੱਲ ਜੂਗਾ ਉਹਨੂੰ ਪਚਾਉਣ ਲਈ ਵਿਚਾਰ ਐਸਿਡ ਕੱਢਦਾ ਹੈ ਚਲੋ ਭੋਜਨ ਤਾਂ ਪਚ ਜਾਂਦਾ ਹੈ ਪਰ ਉਹ ਐਸਿਡ ਨੇ ਬਾਅਦ ਚ ਸਰੀਰ ਨੂੰ ਤੰਗ ਤਾਂ ਕਰਨਾ ਫੇਰ ਕੀ ਕਰੋਗੇ ਤੁਹਾਡਾ ਸਰੀਰ ਹੋ ਗਿਆ ਐਸਿਡਿਕ ਐਸਿਡ ਚ ਪਾਓਗੇ ਕੋਈ ਬੇਸ ਫੇਰ ਤੁਸੀਂ ਬੇਕਿੰਗ ਸੋਡਾ ਜਾਂ ਕੋਈ ਇਹੋ ਜੀ ਚੀਜ਼ ਖਾਂਦੇ ਹੋ ਜਿਹੜੀ ਬੇਸਿਕ ਹੋਵੇ ਤੁਹਾਡੇ ਸਰੀਰ ਦੇ ਅੰਦਰ ਫਿਰ ਨਮਕ ਬਣਦਾ ਹੈ ਸਾਲਟ ਬਣਦਾ ਹੈ ਕਿਉਂ ਬਣਦਾ ਹੈ ਇਹਨੂੰ ਕਹਿੰਦੇ ਆ ਉਦਾਸੀਨੀ ਕਰਨ న్యూਟ੍ਰਲਾਈਜੇਸ਼ਨ ਫਿਰ ਤੁਹਾਡੇ ਸਰੀਰ ਦਾ ਪੀ ਐਚ ਘਟਿਆ ਹੁੰਦਾ 7 ਤੋਂ ਥੱਲੇ ਕਿਉਂਕਿ ਜਿੰਨਾ ਜ਼ਿਆਦਾ ਐਸਿਡਿਕ ਤੁਹਾਡਾ ਸਰੀਰ ਹੋਊਗਾ ਪੀ ਐਚ 7 ਤੋਂ ਥੱਲੇ ਤੁਸੀਂ ਇਹੋ ਜੀ ਚੀਜ਼ ਖਾਂਦੇ ਹੋ ਜਿਹਦਾ ਪੀ ਐਚ 7 ਤੋਂ ਉੱਪਰ ਦੋਵੇਂ ਚੀਜ਼ਾਂ ਮਿਲ ਕੇ ਨਿਊਟਰਲ ਪੀ ਐਚ 7 ਆ ਜਾਂਦਾ ਤੁਹਾਡਾ ਕਾਲਜਾ ਠੀਕ ਹੋ ਜਾਂਦਾ ਬਸ ਐਡੀ ਕ ਕਹਾਣੀ ਆ ਤੋ ਐਸਿਡ ਤੇ ਬੇਸ ਤੇ ਸੌਲਟ ਦੀ ਨਿਊਟਰਲਾਈਜੇਸ਼ਨ ਦੀ ਪ੍ਰਕਿਰਿਆ ਵੀ ਸਮਝਾਤੀ ਤੁਹਾਨੂੰ ਮੈਂ ਮਸਲਾ ਰਹੀ ਕੋਈ ਨਹੀਂ ਯਾਰ ਹੋਰ ਕੀ ਰਹਿ ਗਿਆ ਇਹਦੇ ਚ ਕਿਤੇ ਐਸਿਡ ਤੇ ਬੇਸ ਦੀਆਂ ਖਾਸੀਅਤਾਂ ਕੋਈ ਗੱਲਾਂ ਐਸਿਡ ਖੱਟੇ ਹੁੰਦੇ ਆ ਬਲੂ ਲਿਟਮਸ ਨੂੰ ਰੈੱਡ ਚ ਕਨਵਰਟ ਕਰਦੇ ਆ ਫੈਨੇਥਲੀਨ ਨਾਲ ਇਹਨਾਂ ਤੇ ਕੋਈ ਅਸਰ ਨਹੀਂ ਹੁੰਦਾ ਤੇ 스멜 ਦੀ ਗੱਲ ਕਰੀਏ ਪਾਲ ਫੈਕਟਰੀ ਇੰਡੀਕੇਟਰ ਨਾਲ ਜਿਹੜੇ ਗੰਧ ਵਾਲੇ ਆ ਉਹਨਾਂ ਤੇ ਕੋਈ 스멜 ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਬੇਸ ਦੀ ਸਮੈਲ ਨੂੰ ਉਹ ਖਤਮ ਕਰ ਦਿੰਦੇ ਆ ਪਾਲਫੈਕਟਰੀ ਇੰਡੀਕੇਟਰਸ ਜਿਹੜੇ ਸੁਗੰਧ ਵਾਲੇ ਸੂਚਕ ਹੁੰਦੇ ਆ ਜਾਂ ਗੰਦ ਵਾਲੇ ਸੂਚਕ ਤੇ ਬੇਸ ਦੀ ਸਮੈਲੀ ਖਤਮ ਕਰ ਦਿੰਦੇ ਆ ਐਸਿਡ ਦੀ ਸਮੈਲ ਤੇ ਉਹ ਕੋਈ ਅਸਰ ਨਹੀਂ ਪਾਉਂਦੇ ਮੈਂ ਪੜਾਇਆ ਸੀ ਨਾ ਕਿ ਜਿੰਨੇ ਵੀ ਅਲਫੈਕਟਰੀ ਹੁੰਦੇ ਆ ਉਹ ਐਸਿਡਿਕ ਐਸਿਡ ਦੀ ਸਮੈਲ ਨੂੰ ਬਰਕਰਾਰ ਰੱਖਦੇ ਆ ਤੇ ਬੇਸ ਦੀ ਸਮੈਲ ਖਤਮ ਕਰ ਦਿੰਦੇ ਆ ਤੇ ਬੇਸ ਬਾਰੇ ਖੱਟੇ ਹੁੰਦੇ ਆ ਟੱਚ ਕਰਨ 'ਚ ਚਿਕਨੇ ਹੁੰਦੇ ਆ ਰੈੱਡ ਲਿਟਮਸ ਨੂੰ ਬਲੂ ਲਿਟਮਸ ਵਿੱਚ ਕਨਵਰਟ ਕਰ ਦਿੰਦੇ ਆ ਨੈਫਥਲੀਨ ਨਾਲੇ ਗੁਲਾਬੀ ਰੰਗ ਦੇ ਹੋ ਜਾਂਦੇ ਆ ਤੇ ਰੱਬ ਤੁਹਾਡਾ ਭਲਾ ਕਰੇ ਜਦੋਂ ਇਹਨਾਂ ਤੇ ਇੱਕ ਲਾਈਨ ਲਿਖੀ ਨਹੀਂ ਪੰਜਵਾਂ ਪੁਆਇੰਟ ਮੈਂ ਲਿਖਣਾ ਸੀਗਾ ਇੱਕ ਲਾਈਨ ਲਿਖੀ ਨਹੀਂ ਕਿ ਜਦੋਂ ਇਹਨਾਂ ਤੇ ਕੋਈ ਗੰਧ ਵਾਲਾ ਸੂਚਕ 올ਫੈਕਟਰੀ ਸੂਚਕ ਪਾ ਦੇ ਇਹ ਉਹਦੀ ਸਮੈਲ ਨੂੰ ਖਤਮ ਕਰ ਦਿੰਦੇ ਆ ਐਸਿਡ ਦੇ ਕੇਸ ਚ ਸੁਗੰਧ ਮੇਨਟੇਨ ਰਹਿੰਦੀ ਆ ਬਰਕਰਾਰ ਰਹਿੰਦੀ ਆ ਸਾਲਟ ਸਾਲਟਾਂ ਦੀ ਵਿਸ਼ੇਸ਼ਤਾ ਇਹ ਐਸਿਡ ਤੇ ਬੇਸ ਪੰਜਾਬ ਤੇ ਅੰਮਲ ਉਹਦੇ ਖਾਰੇ ਦੀ ਉਦਾਸੀਨੀ ਕਰਨ ਦੀ ਪ੍ਰਕਿਰਿਆ ਤੋਂ ਬਾਅਦ ਬਣਦੇ ਆ ਤੇ ਇਹਨਾਂ ਦਾ ਪੀ ਐਚ 7 ਦੇ ਬਰਾਬਰ ਹੁੰਦਾ ਹੈ ਐਸਿਡਸ ਦਾ ਪੀਐਚ 7 ਤੋਂ ਘੱਟ ਹੁੰਦਾ ਹੈ ਖਾਰ ਬੇਸ ਦਾ ਪੀਐਚ 7 ਤੋਂ ਵੱਧ ਹੁੰਦਾ ਹੈ ਤੇ 14 ਤੱਕ ਜਾਂਦਾ ਹੈ ਐਸਿਡ ਦਾ ਪੀਐਚ ਜਿੰਨਾ 7 ਤੋਂ ਘਟਦਾ ਜਾਂਦਾ ਹੈ 1 ਤੱਕ ਜਾਂਦਾ ਹੈ ਓਨਾ ਐਸਿਡ ਮਜ਼ਬੂਤ ਤਾਕਤਵਰ ਐਸਿਡ ਹੁੰਦਾ ਜਾਂਦਾ ਹੈ ਬੇਸ ਦਾ ਪੀਐਚ ਜਿੰਨਾ 7 ਤੋਂ ਵੱਧ ਕੇ 14 ਤੱਕ ਜਾਂਦਾ ਜਾਂਦਾ ਹੈ ਓਨਾ ਉਹਦਾ ਪੀਐਚ ਸਟਰੋਂਗ ਹੁੰਦਾ ਜਾਂਦਾ ਹੈ ਸਟਰੋਂਗ ਬੇਸ ਸਾਲਟ ਹਮੇਸ਼ਾ ਨਿਊਟਰਲ ਹੁੰਦੇ ਆ ਉਦਾਸੀਨੀ ਹੁੰਦੇ ਆ ਤੇ ਉਹਨਾਂ ਦਾ ਪੀਐਚ ਹਮੇਸ਼ਾ 7 ਦੇ ਨੇੜੇ ਤੇੜੇ ਰਹਿੰਦਾ ਹੈ ਆਖਰ ਜ਼ਿੰਦਗੀ ਦੀ ਰੋਜ਼ਮਰਾਂ ਦੀ ਜ਼ਿੰਦਗੀ ਚ ਉਦਾਸੀ ਨਹੀਂ ਕਰਨਦੀਆਂ ਐਗਜ਼ੈਂਪਲਸ ਸਭ ਤੋਂ ਪਹਿਲੀ ਐਂਟ ਐਸਿਡ ਤੁਹਾਨੂੰ ਪਤਾ ਹੈ ਕਿ ਤੁਹਾਡੇ ਸਰੀਰ ਦੇ ਵਿੱਚ ਬੜੀ ਇੰਪੋਰਟੈਂਟ ਗੱਲ ਆ ਤਾਂ ਅਸੀਂ ਇੱਕ ਗੱਲ ਜਾਣਦੇ ਹਾਂ ਕਿ ਪੇਟ ਦੇ ਅੰਦਰ ਜਾਂ ਸਾਡੇ ਜਿਹੜਾ ਡਾਈਜੈਸਟਿਵ ਸਿਸਟਮ ਆ ਉਹਦੇ ਚ ਇੱਕ ਗੈਸਟ੍ਰਿਕ ਜੂਸ ਪੈਦਾ ਹੁੰਦਾ ਜਿਹਦੇ ਚ ਬਹੁਤ ਹੈਰਾਨੀ ਵਾਲੀ ਗੱਲ ਆ ਕਿ ਐਡਾ ਸਟਰੋਂਗ ਐਸਿਡ ਸਾਡੀ ਸਰੀਰ ਚ ਰਹਿ ਕਿਵੇਂ ਜਾਂਦਾ ਹੈ ਕੁਦਰਤ ਆ ਵੈਸੇ ਜੇ ਕੋਈ ਮੈਨੂੰ ਕਹਵੇ ਕਿ ਸਾਡੇ ਸਰੀਰ ਚ ਸਿਟ੍ਰਿਕ ਐਸਿਡ ਜਾਂ ਐਸਕੋਰਬਿਕ ਐਸਿਡ ਪੈਦਾ ਹੁੰਦਾ ਹੈ ਇਹ ਤਾਂ ਕੋਈ ਗੱਲ ਨਹੀਂ ਵੀਕ ਐਸਿਡਸ ਨੇ ਸਾਡੇ ਸਰੀਰ ਚ ਜਿਹੜਾ ਐਸਿਡ ਕੁਦਰਤ ਨੇ ਬਣਾਇਆ ਹੈ ਉਹ ਸਟਰੋਂਗ ਐਸਿਡ ਬਣਾਇਆ ਹੈ ਹੈ ਤਾਂ ਹੈਰਾਨੀ ਵਾਲੀ ਗੱਲ ਹੈ ਕਿ ਜਿੰਨੂੰ ਅਸੀਂ ਹੱਥ ਤੇ ਨਹੀਂ ਰੱਖ ਸਕਦੇ ਉਹ ਸਾਡੇ ਸਰੀਰ ਦੇ ਅੰਦਰ ਕਿਵੇਂ ਤੁਰਿਆ ਫਿਰਦਾ ਹੋਊਗਾ ਕੁਦਰਤ ਆਏ ਠੀਕ ਆ ਹਾਈਡਰੋਕਲੋਰਿਕ ਐਸਿਡ ਸਾਡੇ ਸਰੀਰ ਦੇ ਅੰਦਰ ਡਾਈਜੈਸ਼ਨ ਚ ਮਦਦ ਕਰਦਾ ਹੈ ਪਰ ਜਿਆਦਾ ਸੋਚੇ ਬਿਨਾ ਖਾਣ ਕਰਕੇ ਸਾਡੇ ਸਰੀਰ ਚ ਐਸਿਡ ਬਣ ਜਾਂਦਾ ਹੈ ਇਸ ਕਰਕੇ ਫਿਰ ਸਾਡੇ ਸਟਮਕ ਚ ਇਰੀਟੇਸ਼ਨ ਹੁੰਦੀ ਹੈ ਠੀਕ ਆ ਪੇਟ ਚ ਜਲਣ ਪੈਦਾ ਹੁੰਦੀ ਹੈ ਇਹਨੂੰ ਐਸਿਡਿਟੀ ਕਹਿੰਦੇ ਆ ਇਨੂੰ ਨਿਊਟਰਲਾਈਜ਼ ਕਰਨ ਵਾਸਤੇ ਫਿਰ ਅਸੀਂ ਜਾਂ ਤਾਂ ਇਨੋ ਵਗੈਰਾ ਜਾਂ ਇਹੋ ਜੀ ਚੀਜ਼ ਖਾਂਦੇ ਆ ਜਿਹੜੀ ਥੋੜੀ ਜੀ ਖਾਰੀ ਹੋਵੇ ਜ਼ਿਆਦਾਤਰ ਅਸੀਂ ਵਰਤਦੇ ਆ ম্যাগਨੀਸ਼ੀਆ ਦਾ ਦੁੱਧ ম্যাগਨੀਸ਼ੀਅਮ ਹਾਈਡਰੋਕਸਾਈਡ ਜਾਂ ਬੇਸਿਕ ਸੋਡਾ ਜਾਂ ਇੱਕ ਉਹ ਕੀ ਹੁੰਦੀ ਆ ਆਪਣੇ ਉਹਦੇ ਚ ਪਾਉਂਦੇ ਆਂਦੇ ਚਾਹ ਦੇ ਵਿੱਚ ਭੁੱਲ ਗਿਆ ਹੁਣ ਮੈਂ ਘਰ ਆਜੋ ਆਜੋ ਅੱਗੇ ਆ ਗਿਆ ਆਂਟ ਬਾਈਟ ਜਦੋਂ ਕੀੜੀ ਕੱਟਦੀ ਆ ਜਦੋਂ ਕੀੜੀ ਕੱਟਦੀ ਆ ਜਾਂ ਕੋਈ ਪੱਤੋ ਕੱਟਦਾ ਭੂੰਡ ਕੱਟਦਾ ਏ ਤਾਂ ਉਹਦੇ ਚੋਂ ਜ਼ਹਿਰ ਨਿਕਲਦੀ ਆ ਐਸਿਡ ਦੇ ਰੂਪ ਚ ਉਹਨੂੰ ਕਹਿੰਦੇ ਆ ਐਚ ਸੀਓਓਐਚ ਛੱਡੋ ਫਾਰਮਿਕ ਐਸਿਡ ਪੇਪਰ ਚਾਹੁੰਦਾ ਹੁੰਦਾ ਕਿ ਜਦੋਂ ਇਹ ਡੰਗ ਮਾਰਦੀ ਐ ਮੱਖੀ ਉਹ ਕਿਹੜਾ ਐਸਿਡ ਹੁੰਦਾ ਐ ਫਾਰਮਿਕ ਐਸਿਡ ਉਹਦੇ ਤੇ ਨਾਲ ਦੀ ਨਾਲ ਕੋਈ ਬੇਸ ਬੇਕਿੰਗ ਸੋਡਾ ਹੀ ਲਾਦੋਗੇ ਨਾ ਮਲਦੋਗੇ ਥੱਬਣ ਮਲਦੋਗੇ ਬੇਕਿੰਗ ਸੋਡਾ ਮਲਦੋਗੇ ਜਿਆਦਾ ਮਲਿਆ ਜਾਂਦਾ ਏ ਉਹਦੇ ਤੇ ਕੈਲਮ ਇਨ ਸੋਲੂਸ਼ਨ ਮੋਸਟ ਇੰਪੋਰਟੈਂਟ ਕੈਲਮ ਇਨ ਸੋਲੂਸ਼ਨ ਹੁੰਦਾ ਜਿੰਕ ਕਾਰਬੋਨੇਟ ਉਹ ਇੱਕ ਬੇਸ ਹੁੰਦਾ ਹੈ ਉਹ ਤਾਂ ਮਲਿਆ ਜਾਂਦਾ ਹੈ ਕਿ ਨਿਊਟਰਲਾਈਜ਼ ਹੋ ਜਾਈ ਉਦਾਸੀਨੀਕਰਨ ਹੋ ਜੇ ਪਤਾ ਲੱਗ ਗਿਆ ਸਾਡੀ ਜ਼ਮੀਨ ਮਿੱਟੀ ਕਹਿੰਦੇ ਨੇ ਯਾਰ ਸਾਡੀ ਮਿੱਟੀ ਦਾ ਕਲਰ ਹੋ ਗਈ ਜਿਵੇਂ ਖੁਸ਼ਕ ਹੋ ਗਈ ਯਾਰ ਇੰਨੀ ਜ਼ਿਆਦਾ ਕੈਮੀਕਲਸ ਪਾਏ ਜਿੰਨਾ ਜ਼ਿਆਦਾ ਤਜਾਬ ਆਪਾਂ ਆਪਣੀ ਮਿੱਟੀ ਚ ਕੈਮੀਕਲਸ ਪਾਵਾਂਗੇ ਉਨੀ ਮਿੱਟੀ ਵੱਧ ਐਸਡਿਕ ਹੁੰਦੀ ਹੈ ਫਿਰ ਕੀ ਕਰਨਾ ਪੈਂਦਾ ਹੈ ਫਿਰ ਆਪਾਂ ਨੂੰ ਆਪਣੀ ਮਿੱਟੀ ਦੇ ਵਿੱਚ ਲਿਆ ਕੇ ਕੈਲਸ਼ੀਅਮ ਹਾਈਡਰੋਕਸਾਈਡ ਆ ਜਿਪਸਮ ਜਿਪਸਮ ਲੈ ਆ ਕੇ ਪਾਉਣੀ ਪੈਂਦੀ ਆ ਤਾਂ ਕਿ ਜਿੰਨੀ ਮਿੱਟੀ ਤਜਾਬੀ ਹੋਗੀ ਕੋਈ بیس ਪਾਓ ਨਿਊਟਰਲਾਈਜ਼ ਹੋ ਸਕੇ ਉਦਾਸੀਨੀ ਕਰਨ ਬੈਲੈਂਸ ਹੋ ਚਕੇ ਨਿਊਟਰਲ ਹੋਣ ਦਾ ਮਤਲਬ ਹੁੰਦਾ ਬੈਲੈਂਸ ਹੋਣਾ ਸੋ ਜੇ ਮਿੱਟੀ ਐਸਿਡਿਕ ਹੋ ਜੇ ਬਹੁਤ ਜ਼ਿਆਦਾ ਕੈਮੀਕਲਸ ਵਰਤ ਕੇ ਫਿਰ ਉਹਨੂੰ بیس ਬਣਾ ਕੁਇਕ ਲਾਈਮ ਜਿਹਨੂੰ ਕੈਲਸ਼ੀਅਮ ਹਾਈਡਰੋਕਸਾਈਡ ਕੁਇਕ ਲਾਈਮ ਦੱਸਿਆ ਨਾ ਮੈਂ ਤੁਹਾਨੂੰ ਕੈਲਸ਼ੀਅਮ ਸਲੇਗਡ ਲਾਈਮ ਕੈਲਸ਼ੀਅਮ ਹਾਈਡਰੋਕਸਾਈਡ ਇਹ ਜਿਪਸਮ ਵਗੈਰਾ ਚ ਹੁੰਦਾ ਜ਼ਿਆਦਾ ਰਾਜਸਥਾਨ ਵਗੈਰਾ ਤੋਂ ਆਉਂਦਾ ਹੈ ਫਿਰ ਸਲੇਗਡ ਲਾਈਮ ਕੁਇਕ ਲਾਈਮ ਫਿਰ ਇਹ ਤੇ ਜੇ ਕਿਤੇ ਮਿੱਟੀ ਬਹੁਤ ਬੇਸਿਕ ਹੋ ਜੇ ਮਿੱਟੀ ਚ ਬਹੁਤ ਖਾਰਾਪਨ ਹੋ ਜੇ ਫਿਰ ਮਿੱਟੀ ਦੇ ਵਿੱਚ ਤਜਾਬ ਵੀ ਚੀਜ਼ ਪਾਈ ਜਾਂਦੀ ਆ ਤੇ ਜਿਹੜੀਆਂ ਸਾਡੀਆਂ ਆਰਗੈਨਿਕ ਮੈਟਰ ਹੁੰਦਾ ਜ਼ਿਆਦਾ ਇਹ ਜ਼ਿਆਦਾ ਤਜਾਬੀ ਹੁੰਦਾ ਹੈ ਜਿਹੜਾ ਸਾਡੇ ਆਰਗੈਨਿਕ ਨਿਕਲ ਫਿਰ ਇਹ ਬੈਲੈਂਸ ਹੋ ਜਾਂਦਾ ਸੋ ਕੱਲੀ ਮਿੱਟੀ ਚ ਇਹ ਨਹੀਂ ਪਹਿਲਾਂ ਮਿੱਟੀ ਦੀ ਟੈਸਟਿੰਗ ਹੁੰਦੀ ਆ ਸੋਇਲ ਟੈਸਟ ਪਤਾ ਲੱਗਦਾ ਕਿ ਮਿੱਟੀ ਐਸਿਡਿਕ ਆ ਕਿ ਬੇਸ ਆ ਇਹ ਨਾ ਹੋਵੇ ਕਿ ਮਿੱਟੀ ਚ ਬੇਸ ਪਹਿਲਾਂ ਹੀ ਜ਼ਿਆਦਾ ਹੋਵੇ ਖਾਰਾਪਨ ਪਹਿਲਾਂ ਹੀ ਜ਼ਿਆਦਾ ਹੋਵੇ ਉਦੋਂ ਤੁਸੀਂ ਆਰਗੈਨਿਕ ਮੈਟਰ ਪਾ ਦਿਓ ਸੌਰੀ ਉਦੋਂ ਤੁਸੀਂ ਜਿਪਸਮ ਪਾ ਦਿਓ ਮਿੱਟੀ ਪਹਿਲਾਂ ਹੀ ਐਸਿਡਿਕ ਹੋ ਜੇ ਤੁਸੀਂ ਉਧਰੋਂ ਚੱਕ ਕੇ ਉਹਦੇ ਵਿੱਚ ਆਰਗੈਨਿਕ ਮੈਟਰ ਪਾ ਦਿਓ ਹੋਰ ਐਸਿਡਿਕ ਹੋ ਜੇ ਫਿਰ ਤਾਂ ਕੰਮ ਖਰਾਬ ਹੀ ਹੋਊਗਾ ਮਿੱਟੀ ਦਾ ਟੈਸਟ ਕਰਾ ਕੇ ਜੇ ਐਸਿਡਿਕ ਆ ਤਾਂ ਉਹਦੇ ਵਿੱਚ ਕੈਲਸ਼ੀਅਮ ਉਹਦੇ ਵਿੱਚ ਕੁਇਕ ਲਾਈਮ ਸਲੇਕਟ ਲਾਈਮ ਜਿਹਨੂੰ ਆਪਾਂ ਕਹਿ ਦਿੰਦੇ ਆ ਚੂਨੇ ਦਾ ਚੂਨੇ ਚੂਨੇ ਵਾਲੀ ਮਿੱਟੀ ਜਿਪਸਮ ਚੂਨੇ ਵਾਲੀ ਮਿੱਟੀ ਪਾਓ ਜਿਉ ਪਹਿਲਾਂ ਬੇਸ ਆ ਫਿਰ ਉਹਦੇ ਵਿੱਚ ਆਰਗੈਨਿਕ ਮੈਟਰ ਪਾਓ ਗੁਡੋਏ ਵਗਰੇ ਜਿਹੜੇ ਉਹਨੂੰ ਐਸਿਡਿਕ ਕਰ ਦੇਣ ਤਜਾਬੀ ਕਰ ਦੇਣ ਤਾਂ ਕਿ ਬੇਸ ਵਾਲੀ ਚੀਜ਼ ਜੇ ਐਸਿਡ ਪਾਵਾਂਗੇ ਨਿਊਟਰਲਾਈਜ਼ ਹੋਊਗੀ ਐਸਿਡ ਵਾਲੀ ਚੀਜ਼ ਤਜਾਬ ਚ ਜੇ ਖਾਰਾ 베ਸ ਮਲਾਵਾਂਗੇ ਫੇਰ ਨਿਊਟਰਲਾਈਜ਼ ਹੋਊਗਾ ਇਸ ਤੋਂ ਸੌਖੀ ਗੱਲ ਕੀ ਹੋ ਸਕਦੀ ਆ ਸੋ ਕੁੱਲ ਮਲਾ ਕੇ ਸਾਨੂੰ ਇੱਕ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਕਿ ਅੱਛਾ ਇਹ ਕਹਾਣੀ ਆ ਹੁਣ ਸਾਡੀ ਜਿਹੜੀ ਮੀਨਸ ਕੀ ਜਿਹੜਾ ਵੇਸਟ ਫੈਕਟਰੀਆਂ ਚੋਂ ਨਿਕਲਦਾ ਏ ਬਹੁਤਾ ਐਸਿਡਿਕ ਹੁੰਦਾ ਹੈ ਕਿਉਂਕਿ ਸਾਡੇ ਨਾ ਪਾਣੀ ਚ ਜਿਹੜਾ ਪਾਣੀ ਖੇਤਾਂ ਚੋਂ ਨਿਕਲਦਾ ਜਾਂ ਇੰਡਸਟਰੀ ਚੋਂ ਨਿਕਲਦਾ ਚ ਬਹੁਤ ਕੈਮੀਕਲਸ ਹੁੰਦੇ ਆ ਜੋ ਜ਼ਿਆਦਾਤਰ ਐਸਿਡਿਕ ਹੁੰਦੇ ਆ ਇਸੇ ਕਰਕੇ ਕਹਿੰਦੇ ਜੇ ਉਸ ਪਾਣੀ ਨੂੰ ਆਪਾਂ ਕਿਸੇ ਨਹਿਰ ਚ ਪਾਉਣਾ ਹੈ ਤਾਂ ਨਹਿਰ ਨਹਿਰ ਦਾ ਪਾਣੀ ਵੀ ਐਸਿਡਿਕ ਹੋ ਜਾਂਦਾ ਫਿਰ ਉਹ ਕਿ ਕਿਸੇ ਨਦੀ ਚ ਜਾਂਦਾ ਨਦੀ ਐਸਿਡਿਕ ਹੋ ਜਾਂਦੀ ਹੈ ਜੀਵ ਜੰਤੂ ਮਰ ਜਾਂਦੇ ਇਸ ਕਰਕੇ ਕੀ ਕੀਤਾ ਜਾਣਾ ਚਾਹੀਦਾ ਹੈ ਕਿ ਉਹਨੂੰ ਨਿਊਟਰਲਾਈਜ਼ ਕਰ ਦੋ ਜੇ ਤਾਂ ਪਾਣੀ ਜਿਆਦਾ ਐਸਿਡਿਕ ਆ ਉਹਨੂੰ ਨਿਊਟਰਲਾਈਜ਼ ਕਰਦੇ ਬੇਸਿਕ ਬਣਾ ਦੋ ਜੇ ਪਾਣੀ ਚ ਚੈੱਕ ਕਰੋ ਕਿ ਬੇਸ ਆ ਫਿਰ ਉਹਦੇ ਚ ਐਸਿਡ ਪਾ ਕੇ ਉਹਨੂੰ ਨਿਊਟਰਲਾਈਜ਼ ਕਰ ਦੋ ਤਾਂ ਕਿ ਜਿਹੜਾ ਪਾਣੀ ਖੇਤਾਂ ਚੋਂ ਤੇ ਗੰਦੇ ਨਾਲੀਆਂ ਚੋਂ ਤੇ ਜਾਂ ਇੰਡਸਟਰੀਜ਼ ਚੋਂ ਨਦੀਆਂ ਤੱਕ ਜਾ ਰਿਹਾ ਹੈ ਉਹ ਨਿਊਟਰਲ ਹੋਣਾ ਚਾਹੀਦਾ ਹੈ ਸਮਝ ਗਏ ਨਾ ਨਿਊਟਰਲ ਹੋਣਾ ਚਾਹੀਦਾ ਸੋ ਇਹ ਕਹਾਣੀ ਸਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਸੋ ਇਹਦੇ ਨਾਲ ਜਲ ਜੀਵਨ ਬਚਿਆ ਰਹਿੰਦਾ ਹੈ ਕੁੱਲ ਮਿਲਾ ਕੇ ਇਹ ਕਹਾਣੀ ਸੀ ਐਸਿਡ ਬੇਸ ਤੇ ਸਾਲਟ ਦੀ ਪਰ ਆਮ ਜ਼ਿੰਦਗੀ ਨਾਲ ਕਿੰਨੀ ਕੁ ਜੁੜੀ ਹੋਈ ਕਹਾਣੀ ਆ ਮੈਨੂੰ ਲੱਗਦਾ ਮੇਰੇ ਨਾਲੋਂ ਵੱਧ ਤੁਸੀਂ ਸਮਝ ਗਏ ਹੋਵੋਗੇ ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ ਧੰਨਵਾਦ